ਭਗਤ ਕਬੀਰ ਜੀ ਦੇ 626ਵੇਂ ਜਨਮਦਿਨ ਦੇ ਮੌਕੇ 'ਤੇ ਇਕੱਠੇ ਹੋਏ ਹਾਂ, ਉਹਨਾਂ ਨੂੰ ਯਾਦ ਕਰਨ ਲਈ ਇਕੱਠੇ ਹੋਏ ਹਾਂ, ਉਹਨਾਂ ਨੂੰ ਕੋਟਨ ਕੋਟ ਪ੍ਰਣਾਮ ਕਰਨ ਲਈ ਇਕੱਠੇ ਹੋਏ ਹਾਂ। ਤਾਂ ਸਭ ਦਾ ਚੱਲਿਆ ਹੋਇਆ ਇੱਕ ਇੱਕ ਕਦਮ ਵੀ ਸਾਡੇ ਲਈ ਬਹੁਤ ਮਹੱਤਵਪੂਰਨ ਹੈ, ਮਾਇਨੇ ਰੱਖਦਾ। ਚੱਲਿਆ ਹੋਇਆ ਇੱਕ ਕਦਮ ਸਾਡੇ ਸਿਰ ਮੱਥੇ, ਸਟੇਜ 'ਤੇ ਬਿਰਾਜਮਾਨ ਸਾਡੇ ਪੰਜਾਬ ਦੀ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ MLA ਗੈਰ ਸ਼ੰਕਰ ਰੋੜੀ ਸਾਹਿਬ, ਜੈਕਿਸ਼ਨ ਜੀ ਰੋੜੀ ਸਾਹਿਬ, ਹੁਸ਼ਿਆਰਪੁਰ ਤੋਂ MLA ਅਤੇ ਪੰਜਾਬ ਦੇ ਰੈਵਨਿਊ ਮਿਨਿਸਟਰ ਬ੍ਰਹਮ ਸ਼ੰਕਰ ਜਿੰਪਾ ਜੀ, ਸਾਡੇ MLA ਸਾਹਿਬ ਪੜ੍ਹੇ ਲਿਖੇ ਡਾਕਟਰ ਨੇ ਜਿਹੜੇ ਨਾਲ ਨਾਲ ਸੇਵਾ ਜਿਹੜੀ ਹੈ ਡਾਕਟਰੀ ਵਾਲੇ ਪਾਸੇ ਵੀ ਨਿਭਾ ਰਹੇ ਨੇ, ਡਾਕਟਰ ਅਵਜੋਤ ਜੀ, ਸਾਡੇ ਪਾਰਟੀ ਦੇ MLA ਸਾਹਿਬ ਗਿੱਲ ਸਾਹਿਬ ਬੈਠੇ, ਔਰ ਹੁਣੇ ਹੁਣੇ ਭਾਰੀ ਗਿਣਤੀ ਦੇ ਵਿੱਚ ਤੁਸੀਂ ਵੋਟਾਂ ਪਾ ਕੇ ਇੱਕ ਨਵਾਂ ਇਤਿਹਾਸ ਹੁਸ਼ਿਆਰਪੁਰ ਦੇ ਲੋਕ ਸਭਾ ਹਲਕੇ ਤੋਂ ਸਿਰਜਿਆ ਹੈ। ਡਾਕਟਰ ਰਾਜ ਕੁਮਾਰ ਚੱਬੇਵਾਲ ਜੀ ਜੀ ਕੇ ਮੈਂਬਰ ਪਾਰਲੀਮੈਂਟ ਬਣੇ ਨੇ, ਬਹੁਤ ਬਹੁਤ ਵਧਾਈਆਂ ਇਹਨਾਂ ਨੂੰ। ਔਰ ਨਾਲ ਸਾਡੇ ਸੰਧੂ ਸਾਹਿਬ ਬੈਠੇ ਨੇ, ਮੁਲਤਾਨੀ ਸਾਹਿਬ ਬੈਠੇ ਨੇ, ਸਾਡੇ ਔਲਖ ਸਾਹਿਬ, ਸਾਡੇ ਸਾਰੀ ਟੀਮ ਹੈ ਜਿਹੜੀ ਹੁਸ਼ਿਆਰਪੁਰ ਦੀ। ਸਾਹਮਣੇ ਵੀ ਮੇਰੇ ਬਹੁਤ ਸਾਰੇ ਅਜੀਤ ਮਿੱਤਰ ਬੈਠੇ ਨੇ, ਸਾਡੇ ਵਲੰਟੀਅਰ ਸਾਹਿਬਾਨ ਬੈਠੇ ਨੇ, ਮੈਂ ਜਾਣਦਾ ਬਹੁਤਿਆਂ ਨੂੰ ਬਾਈ ਨੇਮ ਅਤੇ ਬਾਈ ਫੇਸ ਜਾਣਦਾ, ਮਿਲਦੇ ਰਹਿੰਦੇ ਹਾਂ ਸਾਰਿਆਂ ਨੂੰ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਬ ਹਮ ਆਏ ਜਗਤ ਮੇਂ ਕਬੀਰਾ, ਜਬ ਹਮ ਆਏ ਜਗਤ ਮੇਂ ਜਗ ਹਸੇ ਹਮ ਰੋਏ, ਐਸੀ ਕਰਨੀ ਕਰ ਚਲੇ ਜਗ ਹਮ ਹਸੇ ਜਗ ਰੋਏ। ਮਤਲਬ ਜਦੋਂ ਦੁਨੀਆਂ 'ਚ ਤੁਸੀਂ ਆਏ, ਤੁਸੀਂ ਰੋਏ ਸੀ, ਲੋਕਾਂ ਨੇ ਖੁਸ਼ੀ ਮਨਾਈ ਸੀ, ਪਰ ਇਹੋ ਜਿਹਾ ਕੰਮ ਕਰਕੇ ਜਾਓ ਕਿ ਮਰਨ 'ਤੇ ਤੁਹਾਨੂੰ ਕੋਈ ਚਿੰਤਾ ਨਾ ਹੋਵੇ, ਲੋਕ ਇਸ ਗੱਲ ਦਾ ਦੁੱਖ ਮਨਾਉਣ ਕਿ ਹੋਰ ਜਿਉਣਾ ਚਾਹੀਦਾ ਸੀ ਇਹੋ ਜਿਹਾ ਬੰਦਾ, ਇਹੋ ਜਿਹਾ ਮਾਨਵਤਾ ਨੂੰ ਮਨੁੱਖਤਾ ਦੀ ਸੇਵਾ ਕਰਨ ਵਾਲਾ ਬੰਦਾ। ਇਹ ਭਗਤ ਕਬੀਰ ਜੀ ਦਾ ਇਹ ਸੰਦੇਸ਼ ਹੈ, ਮਾਨਵਤਾ ਲਈ ਸੰਦੇਸ਼ ਹੈ। ਉਹਨਾਂ ਦੇ ਦੋਹੇ, ਉਹਨਾਂ ਦੇ ਸ਼ਲੋਕ ਮੈਂ ਬਹੁਤ ਪੜ੍ਹੇ ਆ, ਜਿੰਨਾ ਕੁ ਮੈਨੂੰ ਮਿਲਿਆ ਕਿਤੋਂ ਵੀ, ਚਾਹੇ ਉਹ ਭਾਈ ਬਲਵਿੰਦਰ ਸਿੰਘ ਰੰਗੀਲਾ ਜੀ ਦਾ ਇੱਕ ਕੈਸੇਟ ਮਿਲ ਗਈ ਸੀ ਮੈਨੂੰ ਪਹਿਲਾਂ ਜਦੋਂ 9ਵੀਂ 10ਵੀਂ 'ਚ ਪੜ੍ਹਦਾ ਸੀ ਉਸ ਵੇਲੇ ਦੀ, ਕਿੰਨਾ ਭਗਤ ਕਬੀਰ ਜੀ ਨੇ ਖੁਦ ਪਿੰਡੇ 'ਤੇ ਗਰੀਬੀ ਹੰਢਾਈ। ਉਸ ਵੇਲੇ ਊਚ ਨੀਚ ਛੂਆ ਛੂਤ ਦਾ ਬਹੁਤ ਰਿਵਾਜ਼ ਸੀ, ਉਸ ਵੇਲੇ ਸਭ ਨੂੰ ਇੱਕ ਕਹਿਣਾ, ਸਾਰੇ ਇੱਕੋ ਜਿਹਾ, ਬਹੁਤ ਵੱਡੀ ਗੱਲ, 14ਵੀਂ ਸਦੀ ਦੀ ਗੱਲ ਹੈ, ਬਹੁਤ ਵੱਡੀ ਗੱਲ ਹੈ ਕਿ ਇੱਕ ਬਹੁਤ ਹੀ ਗਰੀਬ ਘਰ 'ਚ ਤਾਣਾ ਤਣ ਕੇ ਬੁਣ ਕੇ ਕੱਪੜੇ, ਜਿਹੜੀਆਂ ਦਰੀਆਂ ਬੁਣਦੇ ਹਾਂ ਆਪਾਂ, ਉਸ ਪਰਿਵਾਰ 'ਚ ਪੈਦਾ ਹੋ ਕੇ ਉਹਨਾਂ ਨੇ ਐਸੀਆਂ ਰਚਨਾਵਾਂ ਰਚੀਆਂ ਕਿ ਅੱਜ 626 ਸਾਲਾਂ ਬਾਅਦ ਵੀ ਅਸੀਂ ਉਹਨਾਂ ਨੂੰ ਨਤਮਸਤਕ ਕਰ ਰਹੇ ਹਾਂ, ਉਹਨਾਂ ਨੂੰ ਯਾਦ ਕਰ ਰਹੇ ਹਾਂ। ਬਹੁਤ ਘੱਟ ਬੰਦੇ ਹੁੰਦੇ ਨੇ ਜਿਹੜੇ ਜਦੋਂ ਆਪ ਚਲੇ ਜਾਂਦੇ ਨੇ ਪਰ ਉਹਨਾਂ ਦੀ ਸੋਚ ਬਚ ਜਾਂਦੀ ਹੈ। ਭਗਤ ਸਿੰਘ ਹੋਰਾਂ ਨੇ ਵੀ ਕਿਹਾ ਸੀ, ਮੈਨੂੰ ਮੇਰੀ ਮੌਤ 'ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ। ਸੋਚ ਹਮੇਸ਼ਾ ਜਿਉਂਦੀ ਰਹਿੰਦੀ ਹੈ,
ਸੋ ਉਹਨਾਂ ਦੀ ਸੋਚ ਕਰਕੇ ਆਪਾਂ ਅੱਜ ਇੱਥੇ ਇਕੱਠੇ ਹਾਂ। ਉਹਨਾਂ ਜੋ ਉਹਨਾਂ ਨੇ ਸੋਚਿਆ ਸੀ ਹਜੇ ਉਹ ਕੰਪਲੀਟ ਪੂਰਾ ਹੋਇਆ ਨਹੀਂ, ਹਜੇ ਵੀ ਸਮਾਜ ਦੇ ਵਿੱਚ ਸਾਡੇ ਜਿਹੜਾ ਅੱਗੜ ਪਿਛੜ ਊਚ ਨੀਚ ਹੈਗੀ ਹੈ। ਪੜ੍ਹਾਈ ਦੇ ਬਾਵਜੂਦ ਵੀ, ਸਭ ਸਾਇੰਸ ਦੀ ਤਰੱਕੀ ਦੇ ਬਾਵਜੂਦ ਵੀ ਹਜੇ ਵੀ ਸਾਡੇ ਮਨਾਂ ਦੇ ਵਿੱਚ ਜਿਹੜਾ ਇੱਕ ਦੂਜੇ ਤੋਂ ਉੱਪਰ ਥੱਲੇ ਵਾਲਾ ਜਿਹੜਾ ਵਰਤਾਰਾ ਹੈ ਉਹ ਹਜੇ ਗਿਆ ਨਹੀਂ। ਅਤੇ ਭਗਤ ਕਬੀਰ ਜੀ, ਸਤਿਗੁਰੂ ਕਬੀਰ ਜੀ, ਕਿਉਂਕਿ ਆਪ ਕੰਮ ਕਰਦੇ ਸੀ, ਹੱਥੀਂ ਕੰਮ ਕਰਦੇ ਸੀ, ਅਤੇ ਜਿਹੜਾ ਕੰਮ ਕਰਦਾ, ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਰਤ ਕਰੋ ਦਾ ਹੋਕਾ ਦਿੱਤਾ, ਪਰ ਇਕੱਲਾ ਹੋਕਾ ਨਹੀਂ ਦਿੱਤਾ ਨਾ, ਬਾਅਦ 'ਚ ਫਿਰ 16 ਸਾਲ ਆਖਰੀ ਆਪਣੀ ਜ਼ਿੰਦਗੀ 'ਤੇ ਕਰਤਾਰਪੁਰ ਕਿਰਤ ਕੀਤੀ ਵੀ ਨਾ, ਬਲਦਾਂ ਦੀ ਜੋੜੀ ਵੀ ਨਾਲ ਗੁਰੂ ਸਾਹਿਬ ਦੀ ਫੋਟੋ ਦੇ ਨਾਲ ਆਉਂਦੀ ਹੈ ਨਾ। ਸੋ ਕਿਰਤ ਕਰਨ ਵਾਲਾ ਜਿਹੜਾ ਬੰਦਾ ਉਹ ਹਮੇਸ਼ਾ ਕਹਿੰਦਾ ਕੰਮ ਖਤਮ ਕਰੋ, ਕੰਮ ਨਿਬੇੜੋ, ਛੱਡਣਾ ਨਹੀਂ, ਕੱਲ੍ਹ 'ਤੇ ਨਹੀਂ ਛੱਡਣਾ। ਭਗਤ ਕਬੀਰ ਜੀ ਨੇ ਵੀ ਕਿਹਾ ਸੀਗਾ ਕਿ ਕੱਲ੍ਹ ਕਰੇ ਸੋ ਅੱਜ ਕਰ, ਅੱਜ ਕਰੇ ਸੋ ਅੱਬ, ਪਰਮੇ ਪਲਵੇਂ ਪਰਲੋਂ ਹੋਏਗੀ ਬੋਰੀ ਕਰੇਗਾ ਕੱਬ। ਪੜ੍ਹਦੇ ਹੁੰਦੇ ਸੀ ਅਸੀਂ ਸੱਤਵੀਂ ਅੱਠਵੀਂ 'ਚ ਕਿ ਜਿਹੜਾ ਕੱਲ੍ਹ 'ਤੇ ਕੰਮ ਨਾ ਛੱਡ, ਜਿਹੜਾ ਕੱਲ੍ਹ ਨੂੰ ਕਰਨਾ ਅੱਜ ਕਰ, ਜਿਹੜਾ ਅੱਜ ਕਰਨਾ ਉਹ ਹੁਣੇ ਕਰ, ਵੇਟ ਨਾ ਕਰ। ਕਿਉਂਕਿ ਬੰਦੇ ਤੁਝੇ ਪਤਾ ਨਹੀਂ ਆਪਣੇ ਮਲਾਲ ਕਾ, ਪਲ ਕੀ ਖਬਰ ਨਹੀਂ ਸਮਾਨ 80 ਸਾਲ ਕਾ। ਸੋ ਜਿਹੜਾ ਕੰਮ ਨਿਬੜ ਜੇ ਉਹੀ ਕੰਮ ਵਧੀਆ। ਲਟਕਾ ਕੇ ਰੱਖਣਾ ਕਿਸੇ ਵੀ ਕੰਮ ਨੂੰ, ਚਾਹੇ ਉਹ ਕਿਸੇ ਦੀ ਤਰੱਕੀ ਹੈ, ਚਾਹੇ ਉਹ ਕਿਸੇ ਸਮਾਜ ਦਾ ਕੋਈ ਕੋਈ ਵਿਕਾਸ ਦਾ ਕੰਮ ਹੈ। ਆਪਾਂ ਹੁਣ ਤੱਕ ਦੇਖਦੇ ਆਏ ਹਾਂ 70 ਸਾਲਾਂ 'ਚ ਫਾਈਲਾਂ ਹੀ ਲਟਕਦੀਆਂ ਪਈਆਂ ਰਹਿ ਜਾਂਦੀਆਂ ਨੇ, ਫਾਈਲਾਂ ਨੂੰ ਜੰਗ ਲੱਗ ਜਾਂਦੀ ਹੈ, ਧੂੜ ਜੰਮ ਜਾਂਦੀ ਹੈ ਫਾਈਲਾਂ 'ਤੇ, ਫਾਈਲਾਂ ਪਈਆਂ ਰਹਿੰਦੀਆਂ ਨੇ। ਕਿਉਂਕਿ ਜਿਹੜੇ ਸਾਡੇ ਹਾਕਮ ਉਹ ਇਸ ਗੱਲ 'ਚ ਯਕੀਨ ਨਹੀਂ ਰੱਖਦੇ। ਕੋਈ ਗੱਲ ਨਹੀਂ, ਜੇ ਮੇਰੇ ਸਹਿਣ ਨਹੀਂ ਹੋਣਗੇ ਫਿਰ ਕੀ ਹੁੰਦਾ, ਰਹਿਣ ਦਿਉ ਲੋਕਾਂ ਨੂੰ, ਇੱਦਾਂ ਹੀ ਰਹਿਣ ਦਿਉ, ਭਟਕਦੇ ਹੀ ਰਹਿਣ ਦਿਉ, ਲਾਈਨਾਂ 'ਚ ਲੱਗੇ ਹੀ ਰਹਿਣ ਦਿਉ ਇਹਨਾਂ ਨੂੰ, ਪਾਣੀ ਗਲਾਸ ਦੇ ਦਿੰਦੇ। ਸੋ ਅੱਜ ਮੈਂ ਤੁਹਾਡੇ ਨਾਲ ਰਾਜਨੀਤਿਕ ਗੱਲਾਂ ਨਹੀਂ ਕਰਨੀਆਂ, ਅੱਜ ਮੈਂ ਤੁਹਾਡੇ ਨਾਲ ਕੁਛ ਹੋਰ, ਕਿਉਂਕਿ ਭਗਤ ਕਬੀਰ ਜੀ ਦਾ ਜਨਮ ਦਿਨ ਮਨਾ ਰਹੇ ਹਾਂ, ਉਹਨਾਂ ਨਾਲ ਸੰਬੰਧਿਤ ਜਾਂ ਉਹਨਾਂ ਦੀ ਸੋਚ ਦੇ ਨੇੜੇ ਤੇੜੇ ਵਾਲੀਆਂ ਗੱਲਾਂ ਕਰੂੰਗਾ। ਮੈਂ ਭਾਸ਼ਣ ਦੇਣ ਨਹੀਂ ਆਇਆ, ਕਦੇ ਫੇਰ ਕਰ ਲਾਂਗੇ ਭਾਸ਼ਣ, ਉਹ ਬਹੁਤ ਟਾਈਮ ਪਿਆ ਹਜੇ ਰਾਜਨੀਤੀ ਰਾਜਨੀਤੀ ਕਰ ਲਾਂਗੇ, ਬਾਅਦ 'ਚ ਕਰ ਲਾਂਗੇ ਰਾਜਨੀਤਿਕ ਗੱਲਾਂ। ਮੈਨੂੰ ਸਭ ਤੋਂ ਵਧੀਆ ਇਹ ਲੱਗ ਰਿਹਾ ਕਿ ਤੁਸੀਂ ਬੜੇ ਧਿਆਨ ਨਾਲ ਔਰ ਬਹੁਤ ਹੀ ਪਿਆਰ ਨਾਲ ਸੁਣ ਰਹੇ ਹੋ। ਜਦੋਂ ਸਰੋਤੇ ਇੰਨੇ ਵਧੀਆ ਹੋਣ, ਦਰਸ਼ਕ ਇੰਨੇ ਵਧੀਆ ਹੋਣ, ਤਾਂ ਫਿਰ ਜਿਹੜਾ ਬੋਲਣ ਵਾਲਾ ਉਹਦੇ ਵੀ ਹੌਸਲਾ ਵੀ ਵੱਧਦਾ ਅਤੇ ਉਹਨੂੰ ਅੰਦਰੋਂ ਫੁੱਟਦੀਆਂ ਨੇ, ਫਿਰ ਚਸ਼ਮਾ ਜਿਹੜਾ ਨਾ ਉਹ ਅੰਦਰੋਂ ਫੁੱਟਦਾ। ਖੂਹ ਵਾਂਗੂ ਲਾਉਣ ਵਾਲੇ ਦਾ ਮੁਹਤਾਜ ਨਹੀਂ ਹੁੰਦਾ, ਇਹ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਜਿਨ੍ਹਾਂ ਨੂੰ ਅੱਜ ਦਿਲ 'ਤੇ ਪੱਥਰ ਧਰ ਕੇ ਕੁਰਸੀਆਂ ਤੋਂ ਉੱਠਣਾ ਪੈ ਗਿਆ ਜਾਂ ਕੁਰਸੀਆਂ ਖਾਲੀ ਕਰਨੀਆਂ ਪੈ ਗਈਆਂ, ਕੋਠੀਆਂ ਖਾਲੀ ਕਰਨੀਆਂ ਪੈ ਗਈਆਂ, ਕਦੇ ਸੋਚਿਆ ਨਹੀਂ ਸੀ ਜਿਨ੍ਹਾਂ ਨੇ, ਇਹ ਉਹਨਾਂ ਵਾਸਤੇ ਹੈ
ਕਿ ਖੂਹ ਵਾਂਗੂ ਲਾਉਣ ਵਾਲੇ ਦਾ ਮੁਹਤਾਜ ਨਹੀਂ ਹੁੰਦਾ, ਚਸ਼ਮਾ ਜੋ ਝਰਨਾ ਜੋ ਧਰਤੀ ਦੀ ਹਿੱਕ ਪਾੜ ਕੇ ਆਪ ਫੁੱਟਿਆ ਹੁੰਦਾ ਹੈ। ਕਈ ਵਾਰੀ ਪੱਥਰ, ਕਈ ਵਾਰੀ ਦਿਲ 'ਤੇ ਪੱਥਰ ਧਰ ਕੇ ਉਹ ਮੇਲਾ ਦੇਖਣਾ ਪੈ ਜਾਂਦਾ ਜਿਹੜਾ ਬੰਦੇ ਨੇ ਕਦੇ ਆਪ ਲੁੱਟਿਆ ਹੁੰਦਾ। ਸੋ ਅੱਜ ਲੋੜ ਹੈ ਸਾਨੂੰ, ਸਾਡੇ ਸਾਰੇ ਸਮਾਜ ਨੂੰ, ਕਿ ਅਸੀਂ ਏਕਤਾ, ਮਨੁੱਖਤਾ ਅਤੇ ਏਕ ਨੂਰ, ਇਹ ਤਿੰਨੇ ਚੀਜ਼ਾਂ ਦਿਖਾ ਦਈਏ ਬਸ। ਨਹੀਂ ਤਾਂ ਆਪਾਂ ਕੀ ਕਰਿਆ, ਉਹ ਆ ਹੈ ਜੀ, ਆਹ ਉਹ ਹੈ, ਉਹ ਆ ਹੈ, ਆ ਨਹੀਂ ਹੈਗਾ, ਇਹਨਾਂ ਚੱਕਰਾਂ 'ਚ ਹੀ ਫਿਰਦੇ ਹਾਂ। ਸਭ ਤੋਂ ਵੱਡੀ ਇਹਦੇ 'ਚ ਰੋਲ ਅਦਾ ਕਰਦੀ ਹੈ ਵਿੱਦਿਆ। ਤੁਸੀਂ ਪੜ੍ਹਾ ਦਿਓ, ਬੱਚਿਆਂ ਨੂੰ ਪੜ੍ਹਾ ਦਿਓ, ਬਾਕੀ ਸਭ ਕੁਝ ਆਪ ਹੀ ਸਿੱਖ ਜਾਣਗੇ। ਤੀਜਾ ਨੇਤਰ ਕਹਿੰਦੇ ਹਾਂ ਤਾਂ ਹੀ ਆਪਾਂ, ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ, ਸਕੂਲਾਂ ਦੀਆਂ ਕੰਧਾਂ 'ਤੇ ਲਿਖਿਆ ਹੁੰਦਾ। ਸੋ ਇਹ ਤੀਜਾ ਨੇਤਰ ਖੁੱਲ੍ਹ ਜੇ, ਫਿਰ ਸਭ ਕੁਝ ਦੁਨੀਆ ਹੋਰ ਤਰ੍ਹਾਂ ਤਰੀਕੇ ਨਾਲ ਦਿਖਣ ਲੱਗ ਜਾਂਦੀ ਹੈ। ਫਿਰ ਊਚ ਨੀਚ, ਫਿਰ ਆਹ ਛੋਟੀਆਂ ਰਹਿ ਜਾਂਦੀਆਂ ਨੇ ਗੱਲਾਂ, ਪ੍ਰਧਾਨਗੀਆਂ ਜਾਂ ਕੋਈ ਕੁਰਸੀਆਂ, ਇਹ ਅਹੁਦੇ ਛੋਟੇ ਹੋ ਜਾਂਦੇ ਨੇ। ਫਿਰ ਗੁਰੂ ਸਾਹਿਬ, ਗੁਰੂ ਨਾਨਕ ਸਾਹਿਬ ਜਦੋਂ ਉਦਾਸੀਆਂ 'ਤੇ ਨਿਕਲੇ ਤਾਂ ਕਦੇ ਵੀ ਸੋਚਿਆ ਨਹੀਂ ਸੀ ਕਿੱਥੇ ਰਾਤ ਪਊਗੀ, ਕਿੱਥੇ ਰਾਤ ਕੱਟਾਂਗੇ, ਰੋਟੀ ਮਿਲੂ ਅੱਜ ਜਾਂ ਨਹੀਂ ਮਿਲੂ। ਕਿਸੇ ਪਿੰਡੋਂ ਜਵਾਬ ਵੀ ਮਿਲਦਾ ਰਿਹਾ, ਮਨਾ ਵੀ ਹੁੰਦਾ ਰਿਹਾ ਕਿ ਰੋਟੀ ਨਹੀਂ ਦੇਣੀ। ਕਿਸੇ ਪਿੰਡ 'ਚ 36 ਪ੍ਰਕਾਰ ਦੇ ਭੋਜ ਵੀ ਖੁਆਏ ਗਏ, ਵੀ ਫਕੀਰ ਆ ਗਿਆ। ਸੋ ਅੱਜ ਬਾਣੀ ਦਰਜ ਹੈ ਭਗਤ ਕਬੀਰ ਜੀ ਦੀ, ਸ਼ਲੋਕ ਦਰਜ ਨੇ, ਦੋਹੇ ਦਰਜ ਨੇ ਭਗਤ ਕਬੀਰ ਜੀ ਦੇ, ਗੁਰੂ ਸਾਹਿਬ ਗੁਰੂ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ। ਉਹੀ ਸੋਚ ਹੈ ਜਿਹੜੀ ਬਚੀ ਹੈ। ਸੋ ਗੁਰੂ ਸਾਹਿਬ ਨੇ ਵੀ ਬਹੁਤ ਲੰਬੀਆਂ ਯਾਤਰਾਵਾਂ ਕੀਤੀਆਂ। ਹੋਕਾ ਇੱਕੋ ਸੀ, ਨਾਮ ਜਪੋ, ਵੰਡ ਛਕੋ, ਕਿਰਤ ਕਰੋ, ਕੰਮ ਕਰਨ ਦੇ, ਉਹ ਹੱਥੀ ਕੰਮ ਕਰਨ ਦੇ ਰਹੇ ਨੇ ਸਮਰਥਕ। ਫਿਰ ਬਾਬਰ ਹੋਰਾਂ ਨੇ ਫੜ ਲਏ ਵਿੱਚੋਂ, ਜਦੋਂ ਬਾਬਰ ਨੂੰ ਉਸ ਵੇਲੇ ਜਾਬਰ ਕਹਿਤਾ ਸੀਗਾ, ਉਸ ਵੇਲੇ ਰਾਜੇ ਨਾਲ ਪੰਗਾ ਲਿਆ। ਰਾਜੇ ਨੇ ਕਿਹਾ ਤੈਨੂੰ ਜੇਲ੍ਹ 'ਚ ਕਰਦਿਆਂ ਚੱਕੀਆਂ ਆਪ ਹੀ ਚੱਲਣ ਲੱਗ ਗਈਆਂ। ਜਿਹੜੀ ਉਹਦੀ ਚੱਕੀ ਹੈ ਨਾ, ਜਿਹੜੀ ਉਹਦੀ ਚੱਕੀ ਹੈ ਉਹ ਚੱਲਦੀ ਥੋੜ੍ਹੀ ਜਿਹੀ ਹੌਲੀ ਹੈ, ਪਰ ਪੀਂਦੀ ਬਹੁਤ ਬਰੀਕ ਹੈ, ਵਿੱਚ ਦਾਣਾ ਨਹੀਂ ਛੱਡਦੀ ਉਹ। ਇਸ ਕਰਕੇ ਇਸ ਤੋਂ ਪਹਿਲਾਂ ਕਿ ਉਹਦੀ ਚੱਕੀ ਚੱਲੇ, ਆਪਣੇ ਆਪ ਨੂੰ ਸੁਧਾਰ ਲਈਏ, ਕੋਈ ਚਾਰ ਕਿਸੇ ਬੰਦੇ ਦੇ ਕੰਮ ਆ ਜਾਈਏ। ਜੇ ਕਿਸੇ ਗਰੀਬ ਦੀ ਰੋਟੀ ਦੀ ਇੱਕ ਬੁਰਕੀ ਬਣ ਜਾਓਗੇ, ਜੇ ਕਿਸੇ ਗਰੀਬ ਦੇ ਬੱਚੇ ਦੀ ਕਿਤਾਬ ਦਾ ਇੱਕ ਵਰਕਾ ਬਣ ਜਾਓਗੇ, ਜੇ ਕਿਸੇ ਬਿਮਾਰ ਦੇ ਜ਼ਖਮ 'ਤੇ ਮੱਲਮ ਬਣ ਜਾਓਗੇ, ਇਹ ਤੋਂ ਵੱਡਾ ਕੋਈ ਪੁੰਨ ਨਹੀਂ ਹੈਗਾ ਜੀ, ਇਹ ਤੋਂ ਵੱਡਾ ਕੋਈ ਪੁੰਨ ਨਹੀਂ। ਦਿਖਾਵਿਆਂ ਨੂੰ ਜੋ ਮਰਜ਼ੀ ਕਰੀ ਜਾਓ, ਮਨੁੱਖਤਾ ਤੋਂ ਵੱਡੀ ਸੇਵਾ ਕੋਈ ਨਹੀਂ। ਇਹੀ ਸਾਡੇ ਗੁਰੂਆਂ ਨੇ, ਪੀਰਾਂ ਨੇ, ਫਕੀਰਾਂ ਨੇ, ਭਗਤਾਂ ਨੇ, ਸ਼ਾਇਰਾਂ ਨੇ ਦੱਸਿਆ। ਅਸੀਂ ਕੀ ਕਰਦੇ ਹਾਂ, ਅਸੀਂ ਬਿਲਕੁਲ ਉਲਟਾ ਚੱਲਦੇ ਹਾਂ। ਉਹ ਆਦਮੀ ਬਹੁਤ ਦੁਖੀ ਹੈ ਜਿਸ ਕਾ ਪੜੋਸੀ ਸੁਖੀ ਹੈ। ਅਸੀਂ ਆਪਦੇ ਦੁੱਖਾਂ ਤੋਂ ਉਨੇ ਦੁਖੀ ਨਹੀਂ ਹੈਗੇ ਜਿੰਨੇ ਗੁਆਂਢੀਆਂ ਦੇ ਸੁੱਖਾਂ ਤੋਂ ਦੁਖੀ ਹਾਂ, ਵੀ ਇਹ ਕਿਉਂ ਰੋਟੀ ਖਾਈ ਜਾਂਦਾ ਹੈ। ਜੇ ਗੁਆਂਢੀ ਕਾਰ ਲਿਆਵੇ, ਨਵੀਂ ਕਾਰ ਲਿਆਂਦੀ, ਤਾਂ ਆਪਾਂ ਇਹ ਨਹੀਂ ਸੋਚਦੇ ਹੈਗੇ ਕਿ ਮੈਂ ਵੀ ਮਿਹਨਤ ਕਰਕੇ ਇਹ ਤੋਂ ਵੱਡੀ ਕਾਰ ਲਿਆਊਂਗਾ। ਆਪਾਂ ਇਹੀ ਸੋਚਦੇ ਨੇ ਕੋਈ ਗੱਲ ਨਹੀਂ, ਹਾਰਨ ਮਾਰ ਦੇਣਾ, ਕੋਈ ਗੱਲ ਨਹੀਂ, ਕਦੇ ਝਰੀਟਾਂ ਪਾਵਾਂਗੇ।
ਉਹ ਝਰੀਟਾਂ ਪਾ ਵੀ ਦਿੰਦੇ ਹਾਂ, ਲੰਘਦੇ ਲੰਘਦੇ ਕੋਈ ਝਰੀਟ ਪਾ ਦਿੰਦੇ ਹਾਂ, ਮਤਲਬ ਅਸੀਂ ਝਰੀਟਾਂ ਪਾਉਣ ਵਾਲੇ ਪਾਸੇ ਨੂੰ ਹੋ ਜਾਂਦੇ ਹਾਂ ਵੀ ਜੇ ਲਿਆਂਦੀ ਹੈ ਕੋਈ ਗੱਲ ਨਹੀਂ, ਝਰੀਟਾਂ ਅਸੀਂ ਪਾਵਾਂਗੇ। ਅਤੇ ਮੈਂ ਇਹ ਸੋਚਦਾ ਧਾਰ ਰਹੀ ਹਾਂ ਕਿ ਜੇ ਤਰੱਕੀ ਕਰਨੀ ਹੈ ਤਾਂ ਸਾਰੇ ਤਰੱਕੀ ਕਰਨ, ਕਿਸੇ ਦੀ ਲਾਈਨ ਛੋਟੀ ਕਰਕੇ ਆਪਣੀ ਲਾਈਨ ਵੱਡੀ ਨਹੀਂ ਹੋ ਸਕਦੀ। ਦਿਖਦੀ ਹੈ ਵੱਡੀ ਪਰ ਲਾਈਨ ਤਾਂ ਉੱਥੇ ਰਹਿੰਦੀ ਹੈ ਨਾ, ਇੱਕ ਵੱਡੀ ਲਾਈਨ ਹੈ, ਇੱਕ ਬਰਾਬਰ ਦੀਆਂ ਦੋ ਲਾਈਨਾਂ ਨੇ, ਇੱਕ ਨੂੰ ਤੁਸੀਂ ਛੋਟੀ ਕਰਤਾ, ਇੱਕ ਮਟੇਤੀ ਅੱਧੀ, ਤਾਂ ਇੱਕ ਵੱਡੀ ਲੱਗਣ ਲੱਗ ਗਈ। ਵੱਡੀ ਲੱਗਦੀ ਹੋਈ ਹੈ, ਵੱਡੀ ਵਧੀ ਤਾਂ ਨਹੀਂ ਹੈਗੀ ਨਾ, ਉਹ ਤਾਂ ਉੱਥੇ ਖੜੀ ਹੈ ਨਾ, ਉੱਨੀ ਕੀ ਹੈ। ਵੱਡੀ ਉਦੋਂ ਹੋਊਗੀ ਜਦੋਂ ਉਹਦਾ ਆਪਦਾ ਸਾਈਜ਼ ਵਧੂਗਾ। ਇਸ ਕਰਕੇ ਆਪਣੀ ਲਕੀਰ ਵੱਡੀ ਕਰੋ, ਕਿਸੇ ਦੀ ਲਕੀਰ ਢਾਉਣ ਨਾਲੋਂ। ਅਸੀਂ ਵਿੱਦਿਆ ਦੇ ਵਿੱਚ ਲੱਗੇ ਹਾਂ, ਅੱਜ ਮਜਬੂਰੀ 'ਚ ਬੱਚੇ ਗਰੀਬਾਂ ਨੂੰ ਜਿਹੜੇ ਨੇ ਉਹ ਸਰਕਾਰੀ 'ਚ ਪੜ੍ਹਾਉਣੇ ਪੈ ਰਹੇ ਨੇ, ਕਿਉਂਕਿ ਕਰਨ ਕੀ ਫਿਰ, ਹੋਰ ਕੋਈ ਚਾਰਾ ਨਹੀਂ। ਅਸੀਂ ਕਿਹਾ ਵੀ ਇਹ ਬਦਲਦੀ ਹੈ, ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਨੇ ਬਦਲਿਆ ਕਿ ਸਕੂਲ ਠੀਕ ਕਰੀਏ, ਉਹਨਾਂ ਨੂੰ ਟਾਈਮ ਲੱਗ ਗਿਆ, ਉਹਨਾਂ ਦਾ ਕਰਿਆ ਤਜਰਬਾ ਆਪਾਂ ਨੇ ਵਰਤ ਲਿਆ। ਇੱਥੇ ਆਪਾਂ ਬਹੁਤ ਵਧੀਆ, ਬਹੁਤ ਸ਼ਾਨਦਾਰ ਤਰੀਕੇ ਨਾਲ 2 ਸਾਲਾਂ ਦੇ ਵਿੱਚ ਹੀ ਆਪਾਂ ਬਹੁਤ ਅੱਗੇ ਲੰਘੇ ਵਿੱਦਿਆ ਦੇ ਮਾਮਲੇ 'ਚ, ਅਤੇ ਇਸੇ ਤਰ੍ਹਾਂ ਹੀ ਹੈਲਥ 'ਚ, ਗਰੀਬ ਦੇ ਇਲਾਜ 'ਚ। ਮੇਰੀ ਜਿਹੜੀ ਸੋਚ ਹੈ, ਜੋ ਮੈਂ ਸੋਚਦਾ, ਤੁਹਾਡੇ ਸਹਿਯੋਗ ਨਾਲ ਤੁਹਾਡਾ ਸਾਥ ਇਸੇ ਤਰ੍ਹਾਂ ਰਿਹਾ, ਤੁਹਾਡਾ ਯਕੀਨ ਮੇਰੇ 'ਤੇ ਇਸੇ ਤਰ੍ਹਾਂ ਰਿਹਾ, ਤਾਂ ਇੱਕ ਤਾਂ ਮੈਨੂੰ ਥਕਾਵਟ ਨਹੀਂ ਹੁੰਦੀ, ਦੂਜਾ ਮੈਨੂੰ ਇਹ ਹੁੰਦਾ ਕਿ ਪਰਮਾਤਮਾ ਨੇ ਇੰਨਾ ਵਧੀਆ ਮੌਕਾ ਦਿੱਤਾ ਭਗਵੰਤ ਮਾਨਾ, ਹੁਣ ਜੇ ਤੂੰ ਹੁਣ ਵੀ ਨਾ ਕੁਝ ਕਰ ਸਕਿਆ ਪੰਜਾਬ ਵਾਸਤੇ, ਸਟੇਟ ਵਾਸਤੇ, ਲੋਕਾਂ ਵਾਸਤੇ, ਗਰੀਬਾਂ ਵਾਸਤੇ, ਦਬਿਆਂ ਕੁਚਲਿਆਂ ਵਾਸਤੇ, ਫਿਰ ਆਉਣ ਵਾਲੀਆਂ ਪੀੜ੍ਹੀਆਂ ਤੈਨੂੰ ਲਾਂਭਾ ਦੇਣਗੀਆਂ ਵੀ ਇੰਨਾ ਵਧੀਆ ਮੌਕਾ ਮਿਲਿਆ ਸੀ, ਤੁਸੀਂ ਕੀਤਾ ਕਿਉਂ ਨਹੀਂ। ਤਾਂ ਮੈਂ ਇਹੀ ਗੱਲ ਆਪਣੇ ਸਾਥੀਆਂ ਨੂੰ ਕਹਿਣਾ ਕਿ ਬੜਾ ਵਧੀਆ ਮੌਕਾ ਦਿੱਤਾ ਹੋਇਆ ਲੋਕਾਂ ਨੇ, ਆਪਣੇ 'ਤੇ ਯਕੀਨ ਕੀਤਾ ਹੋਇਆ, ਲੋਕ ਕਹਿੰਦੇ ਕਰ ਲਓ, ਠੀਕ ਕਰ ਲਓ, ਅਤੇ ਲੋਕ ਸਭ ਤੋਂ ਵੱਡੇ ਨੇ, ਲੋਕਾਂ ਨੇ ਜਿਹੜੀ ਸ਼ਕਤੀ ਦੇਤੀ ਉਹ ਵੱਡੀ ਹੈ। ਮੇਰੀ ਜਿਹੜੀ ਸੋਚ ਹੈ, ਮੇਰੀ ਸੋਚ ਇਹ ਹੈ ਕਿ ਮੈਂ ਲੋਕਾਂ ਦੀ ਮਜਬੂਰੀ ਨੂੰ ਮਰਜ਼ੀ 'ਚ ਬਦਲਣਾ ਚਾਹੁੰਦਾ। ਅੱਜ ਮਜਬੂਰੀ ਹੈ ਕਿ ਪ੍ਰਾਈਵੇਟ ਹਸਪਤਾਲ 'ਚ ਇਲਾਜ ਕਰਾਉਣਾ ਪੈ ਰਿਹਾ, ਮਜਬੂਰੀ ਹੈ, ਕਿਉਂਕਿ ਸਰਕਾਰੀ 'ਤੇ ਯਕੀਨ ਨਹੀਂ ਰਿਹਾ, ਸਰਕਾਰੀ 'ਚ ਡਾਕਟਰ ਨਹੀਂ ਹੈਗੇ, ਦਵਾਈਆਂ ਨਹੀਂ ਹੈਗੀਆਂ, ਮਸ਼ੀਨਾਂ ਨਹੀਂ ਹੈਗੀਆਂ, ਇਲਾਜ ਹੈ ਨਹੀਂ। ਚੱਲ ਕੋਈ ਨਹੀਂ, ਜੇ 4 ਵਿਘੇ ਜ਼ਮੀਨ ਉਹ ਵੇਚ ਦਿੰਦੇ ਹਾਂ, ਪ੍ਰਾਈਵੇਟ 'ਚ ਮਹਿੰਗਾ ਇਲਾਜ ਹੈ, ਜਾਨ ਤਾਂ ਬਚਾਈਏ, ਜਿਉਣਾ ਤਾਂ ਹਰੇਕ ਚਾਹੁੰਦਾ ਹੈ। ਤਾਂ ਸਾਨੂੰ ਮਜਬੂਰੀ ਦੇ ਵਿੱਚ ਗਰੀਬਾਂ ਨੂੰ ਵੀ ਇਲਾਜ ਮਹਿੰਗਾ ਕਰਾਉਣਾ ਪੈ ਰਿਹਾ ਪ੍ਰਾਈਵੇਟ ਹਸਪਤਾਲਾਂ 'ਚ, ਸਾਨੂੰ ਮਜਬੂਰੀ 'ਚ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਾਉਣੇ ਪੈ ਰਹੇ ਨੇ, ਕਿਉਂਕਿ ਸਰਕਾਰੀ 'ਤੇ ਯਕੀਨ ਨਹੀਂ ਰਿਹਾ। ਉੱਥੇ ਬੈਂਚ ਹੈ ਨਹੀਂ, ਬਾਥਰੂਮ ਹੈ ਨਹੀਂ, ਟੀਚਰ ਹੈ ਨਹੀਂ, ਕਿਤਾਬਾਂ ਹੈ ਨਹੀਂ, ਵਰਦੀਆਂ ਹੈ ਨਹੀਂ। ਬੰਦਾ ਕਹਿੰਦਾ ਚੱਲ ਕੋਈ ਨਹੀਂ, ਮੇਰੀ ਤਾਂ ਚਲੋ ਲੰਘ ਗਈ, ਕਿਵੇਂ ਨਾ ਕਿਵੇਂ ਕਰਕੇ ਜਵਾਕ ਨੂੰ ਪੜ੍ਹਾ ਲਈਏ। ਉੱਥੇ ਫੀਸ ਜ਼ਿਆਦੇ ਆ, ਕੋਈ ਗੱਲ ਨਹੀਂ, ਜਿਹੜੇ 4 ਵਿਘੇ ਇੱਧਰ ਹੈਗੇ ਨੇ ਇੱਧਰ ਵੇਚ ਦਾਂਗੇ, ਜਵਾਕ ਪੜ੍ਹਾ ਲਈਏ, ਮਜਬੂਰੀਆਂ ਹੋ ਗਈਆਂ। 6 ਮਹੀਨਿਆਂ ਦੇ ਵਿੱਚ ਬਚਾਉਣ ਵਾਲੇ, 6 ਮਹੀਨਿਆਂ 'ਚ, 6 ਨਹੀਂ ਤਾਂ ਸਾਲ ਲਾ ਲਓ। ਮੈਂ ਇਹ ਮਜ਼ਬੂਰੀਆਂ ਨੂੰ ਮਰਜ਼ੀ 'ਚ ਬਦਲ ਦੂੰਗਾ ਜੀ। ਕਿਵੇਂ? ਸਕੂਲ ਇੰਨੇ ਸ਼ਾਨਦਾਰ ਬਣਾ ਦੂੰਗਾ, ਸਾਰੀ ਟੀਮ ਨਾਲ ਮਿਲ ਕੇ, ਤੁਹਾਡੇ ਸਹਿਯੋਗ ਨਾਲ, ਤੁਹਾਨੂੰ ਪੁੱਛ ਕੇ ਸਕੂਲ ਇੰਨੇ ਸ਼ਾਨਦਾਰ ਹੋਣਗੇ ਕਿ ਤੁਹਾਡੀ ਮਰਜ਼ੀ ਹੋਊਗੀ। ਪ੍ਰਾਈਵੇਟ 'ਚ ਪੜ੍ਹਾਉਣਾ ਪ੍ਰਾਈਵੇਟ 'ਚ ਪੜ੍ਹਾ ਲਓ, ਸਰਕਾਰੀ 'ਚ ਪੜ੍ਹਾਉਣਾ ਸਰਕਾਰੀ 'ਚ ਪੜ੍ਹਾ ਲਓ। ਪਰ ਉੱਧਰ ਫੀਸ ਲੱਗਦੀ ਹੈ, ਇੱਧਰ ਫੀਸ ਵੀ ਨਹੀਂ ਲੱਗਣੀ ਸਰਕਾਰੀ ਵਾਲੇ ਪਾਸੇ। ਪੜ੍ਹਾਈ ਦਾ ਲੈਵਲ 'ਚ ਕੋਈ ਫਰਕ ਨਹੀਂ ਹੋਊਗਾ, ਬਿਲਕੁਲ ਇਸ ਤਰ੍ਹਾਂ ਹਸਪਤਾਲ ਦਾ ਹੋਊਗਾ, ਤੁਹਾਡੀ ਮਰਜ਼ੀ ਹੋਊਗੀ।
ਪ੍ਰਾਈਵੇਟ ਇਲਾਜ ਕਰਾਉਣਾ ਪ੍ਰਾਈਵੇਟ 'ਚ ਕਰਾ ਲਓ, ਸਰਕਾਰੀ 'ਚ ਕਰਾਉਣਾ ਸਰਕਾਰੀ 'ਚ ਕਰਾ ਲਓ, ਮਸ਼ੀਨਾਂ ਵੀ ਉਹੀ, ਡਾਕਟਰ ਵੀ ਉਸ ਵੱਧ ਕੁਆਲੀਫਾਈਡ, ਅਤੇ ਨਾਲ ਸਟਾਫ ਵੀ, ਕਲੀਨੈਸ ਵੀ, ਸਭ ਕੁਛ ਤੁਹਾਡੀ ਮਰਜ਼ੀ ਹੈ। ਪ੍ਰਾਈਵੇਟ 'ਚ ਇਲਾਜ ਕਰਾਉਣਾ ਪ੍ਰਾਈਵੇਟ 'ਚ ਕਰਾ ਲਓ, ਸਰਕਾਰੀ 'ਚ ਕਰਾਉਣਾ ਸਰਕਾਰੀ 'ਚ ਕਰਾ ਲਓ, ਉੱਧਰ ਪੈਸੇ ਲੱਗਣਗੇ ਟੈਸਟਾਂ ਦੇ, ਇੱਧਰ ਪੈਸੇ ਵੀ ਨਹੀਂ ਲੱਗਣਗੇ। ਇਹ ਮੈਂ ਮਜਬੂਰੀਆਂ ਮਰਜ਼ੀ 'ਚ ਬਦਲਣੀਆਂ ਚਾਹੁੰਦਾ ਜੀ। ਜੇ ਤੁਹਾਨੂੰ ਚੰਗੀ ਲੱਗੀ ਗੱਲ ਤਾਂ ਤਾੜੀਆਂ ਮਾਰ ਕੇ ਸਾਡੀ ਟੀਮ ਦਾ ਹੌਸਲਾ ਵਧਾ। ਇਦੋਂ ਪਹਿਲਾਂ ਉਲਟਾ ਕੀਤਾ ਹੈ ਸਰਕਾਰਾਂ ਨੇ, ਮਰਜ਼ੀਆਂ ਨੂੰ ਮਜਬੂਰੀ 'ਚ ਬਦਲਿਆ। ਸਕੂਲ ਇੰਨੇ ਮਾੜੇ ਕਰ ਦਿਓ ਕਿ ਮਜਬੂਰਨ ਬੱਚੇ ਨੂੰ ਪ੍ਰਾਈਵੇਟ 'ਚ ਪੜ੍ਹਾਉਣਾ ਪੈ ਜੇ, ਸਰਕਾਰੀ ਬੱਸਾਂ ਦੀ ਉਹ ਹਾਲਤ ਕਰ ਦਿਓ ਕਿ ਮਜਬੂਰਨ ਉਹਨਾਂ ਦੀਆਂ ਆਪਦੀਆਂ ਬੱਸਾਂ 'ਚ ਚੜ੍ਹਨਾ ਪੈ ਜੇ ਪ੍ਰਾਈਵੇਟ 'ਚ। ਸਾਰਾ ਕੁਛ ਮਤਲਬ ਉਲਟਾ ਕਰਤਾ ਜੀ, ਕਿ ਗਰੀਬਾਂ ਦੀ ਮਜਬੂਰੀ, ਜਾਣ ਬੁੱਝ ਕੇ ਨਹੀਂ ਪੜ੍ਹਨ ਦਿੰਦੇ ਆਪਣੇ ਜਵਾਕਾਂ ਨੂੰ। ਕਾਰਨ ਪਤਾ ਕੀ ਹੈ? ਕਾਰਨ ਇਹ ਹੈ, ਉਹਨਾਂ ਨੂੰ ਪਤਾ ਹੈ ਕਿ ਜੇ ਗਰੀਬ ਦਾ ਜਵਾਕ ਪੜ੍ਹ ਗਿਆ ਉਹ ਫਸਟ ਆਜੂ, ਉਹ ਤਾਂ ਪੜ੍ਹੂਗਾ ਬਹੁਤ, ਉਹ ਤਾਂ ਫਸਟ ਆਊ, ਉਹ ਨੰਬਰ ਲਊਗਾ, ਫਸਟ ਆਊਗਾ, ਅਫਸਰ ਬਣ ਜੂ, ਅਫਸਰ ਬਣ ਜੂ, ਉਹਨੂੰ ਲੱਖ ਦੋ ਤਿੰਨ ਲੱਖ ਤਨਖਾਹ ਮਿਲਣ ਲੱਗ ਜੂ ਮਹੀਨੇ ਦੀ। ਜੇ ਇੰਨੀ ਤਨਖਾਹ ਮਿਲਣ ਲੱਗ ਗਈ ਉਹਦੇ ਘਰ ਦੀ ਗਰੀਬੀ ਚੱਕੀ ਜਾਊ, ਜੇ ਉਹਦੇ ਘਰ ਦੀ ਗਰੀਬੀ ਚੱਕੀ ਗਈ ਫਿਰ ਲੀਡਰਾਂ ਦੇ ਘਰਾਂ ਮੂਹਰੇ, ਇਹਨਾਂ ਦੇ ਮਹਿਲਾਂ ਮੂਹਰੇ ਤੜਕੀ ਤੜਕੀ ਅਰਜ਼ੀਆਂ ਲੈ ਕੇ ਹੱਥ ਜੋੜ ਕੇ ਲਾਈਨ ਲਾ ਕੇ ਕੌਣ ਆਊਗਾ, ਖੜੂਗਾ ਕੌਣ ਫਿਰ ਇਹਨਾਂ ਕੋਲ ਮਿਹਨਤਾਂ ਕਰਨ ਵਾਸਤੇ? ਤਾਂ ਨਹੀਂ ਪੜ੍ਹਨ ਦਿੰਦੇ ਆਪਣੇ ਜਵਾਕਾਂ ਨੂੰ, ਇਹ ਤਾਂ ਪੜ੍ਹ ਨਹੀਂ ਦਿੰਦੇ। ਬਸ ਮੈਂ ਉਲਟਾ ਕਹਿਣਾ, ਮੈਂ ਕਹਿਣਾ ਕੋਈ ਸਰਕਾਰ, ਕੋਈ ਨੀਲਾ ਕਾਰਡ, ਪੀਲਾ ਕਾਰਡ, ਕੋਈ ਗਰੀਬੀ ਨਹੀਂ ਚੱਕ ਸਕਦਾ। ਗਰੀਬੀ ਚੱਕ ਸਕਦਾ ਤਾਂ ਤੁਹਾਡਾ ਆਪਣੇ ਬੱਚੇ ਚੱਕ ਸਕਦੇ ਨੇ। ਉਹਨਾਂ ਨੂੰ ਪੜ੍ਹਾ ਦਈਏ, ਉਹ ਅਫਸਰ ਬਣ ਜਾਣ, ਉਹ ਤੁਹਾਡੇ ਘਰਾਂ ਦੀਆਂ ਗਰੀਬੀਆਂ ਚੱਕ ਦੇਣਗੇ। ਤੁਸੀਂ ਮੇਰੇ ਨਾਲ ਸ਼ਰਤ ਲਾ ਲਓ, ਇਸ ਮਾਮਲੇ 'ਚ ਮੈਂ ਤਾਂ ਬਿਲਕੁਲ ਕੌਨਫੀਡੈਂਟ ਹਾਂ। ਇਸੇ ਕਰਕੇ ਅਸੀਂ ਸਕੂਲਾਂ ਦਾ ਕਾਇਆ ਪਲਟ ਕਰ ਰਹੇ ਹਾਂ। ਪਹਿਲੀ ਵਾਰ ਹੋਇਆ 158 ਬੱਚੇ JEE ਦਾ ਟੈਸਟ ਪਾਸ ਕਰ ਗਏ ਸਰਕਾਰੀ ਸਕੂਲਾਂ ਦੇ, 158 ਆ ਹੁਣ ਇਸ ਵਾਰ ਦੇ ਰਿਜ਼ਲਟ 'ਚ। ਕੌਣ ਨੇ 158? ਆਮ ਘਰਾਂ ਦੇ, ਗਰੀਬਾਂ ਦੇ। ਉਹ ਪੜ੍ਹਨਗੇ, ਉਹਨਾਂ ਨੂੰ ਉਹਨਾਂ ਦੀ ਪੜ੍ਹਾਈ ਅਸੀਂ ਅੱਗੇ ਕੋਚਿੰਗ ਕਰਵਾਵਾਂਗੇ, ਬਹੁਤ ਵੱਡੇ ਵੱਡੇ ਅਫਸਰ ਬਣ ਕੇ ਨਿਕਲਣਗੇ। ਉਹਨਾਂ ਨੂੰ ਦੇਖ ਕੇ ਹੋਰ ਆਉਣਗੇ, ਉਸੇ ਮੁਹੱਲੇ 'ਚੋਂ ਆਉਣਗੇ, ਗੁਆਂਢੀ ਆਉਣਗੇ, ਰਿਸ਼ਤੇਦਾਰ ਆਉਣਗੇ ਵੀ ਕੀ ਕੀ ਪੜ੍ਹਿਆ ਸੀਗਾ ਜੀ, ਦੱਸੋ। ਇਸੇ ਤਰ੍ਹਾਂ ਹੀ ਨੌਕਰੀਆਂ ਦੇ ਮਾਮਲੇ 'ਚ 43,000 ਤੋਂ ਵੱਧ ਨੌਕਰੀਆਂ ਦਿੱਤੀਆਂ, ਤੁਹਾਡੇ 'ਚੋਂ ਵੀ ਹੋਊਗਾ ਕੋਈ ਰਿਸ਼ਤੇਦਾਰ ਕਿਸੇ ਦਾ ਜਾਂ ਦੋਸਤ ਮਿੱਤਰ ਜੀ ਨੌਕਰੀ ਮਿਲੀ ਹੈ, ਕੋਈ ਹੈਗਾ? ਹੈਗੇ, ਕਈ ਹੱਥ ਖੜੇ ਹੋਏ। ਕੋਈ ਪੈਸਾ ਲੱਗਿਆ ਜੀ? 1 ਰੁਪਈਆ ਵੀ ਲੱਗਿਆ ਹੋਵੇ ਕਿ 1 ਰੁਪਈਆ ਦੇਣਾ ਪੈ ਗਿਆ MLA ਨੂੰ ਜਾਂ ਮੰਤਰੀ ਨੂੰ ਸਿਫਾਰਿਸ਼ ਲਾਉਣੀ ਪੈ ਗਈ? ਨਾ, ਇਹ ਹੋ ਨਹੀਂ ਸਕਦਾ ਕਿ 500 ਨੰਬਰ ਦਾ ਪੇਪਰ ਹੈ, ਕੋਈ ਮੇਰੀ ਭੈਣ ਨੇ 490 ਨੰਬਰ ਲੈ ਲਏ, ਉਹ ਰਹਿ ਗਈ, ਉਹਦਾ ਨੰਬਰ ਆਇਆ ਨਹੀਂ, 450 ਵਾਲਾ ਕੋਈ ਲੱਗ ਗਿਆ, ਨੌਕਰੀ ਲੈ ਗਿਆ, ਕਿਉਂਕਿ ਉਹਦੇ 490 ਵਾਲੀ ਭੈਣ ਦੇ ਕੋਲੇ, ਉਹਦੇ ਪਿਤਾ ਜੀ ਕੋਲੇ ਪੈਸੇ ਨਹੀਂ ਸੀ, ਜਾਂ ਕੋਈ MLA ਨਹੀਂ ਜਾਣਦਾ ਸੀ, 450 ਵਾਲੇ ਕੋਲੇ ਪੈਸੇ ਸੀ ਅਤੇ MLA ਜਾਣਦਾ ਸੀ, ਉਹਦੀ ਸਿਫਾਰਿਸ਼ ਵੀ ਲੱਗ ਗਈ ਅਤੇ ਪੈਸਾ ਵੀ ਚੱਲ ਗਿਆ, ਅਤੇ 490 ਵਾਲਾ ਰਹਿ ਗਿਆ, 450 ਵਾਲਾ ਨੌਕਰੀ ਲੈ ਗਿਆ। ਇਹ ਹੋ ਨਹੀਂ ਸਕਦਾ ਜੀ ਪੰਜਾਬ 'ਚ। ਪੜ੍ਹੋ, ਮੈਂ ਬੱਚਿਆਂ ਨੂੰ ਕਹਿੰਦਾ, ਅੱਜ ਤੁਹਾਡੇ ਥਰੂ ਮੀਡੀਆ ਦੇ ਥਰੂ ਲੱਖਾਂ ਬੰਦੇ ਦੇਖਦੇ ਹੋਣਗੇ, ਕਰੋੜਾਂ ਬੰਦੇ ਦੇਖਦੇ ਹੋਣਗੇ, ਪੜ੍ਹੋ, ਟੈਸਟ ਕਲੀਅਰ ਕਰੋ, ਵੱਧ ਤੋਂ ਵੱਧ ਨੰਬਰ ਲਓ, ਮੈਰਿਟ 'ਚ ਆ ਗਏ
ਕਿਤੇ ਜਾਣ ਦੀ ਲੋੜ ਨਹੀਂ, ਤੁਹਾਡੇ ਘਰੇ ਚਿੱਠੀ ਆਊਗੀ ਸਰਕਾਰ ਦੀ ਕਿ ਆ ਜਾ ਭਾਈ ਫਲਾਨੀ ਕੁਰਸੀ ਤੇਰਾ ਇੰਤਜ਼ਾਰ ਕਰ ਰਹੀ, ਆ ਜਾ ਤੇਰੀ ਨੌਕਰੀ ਪੱਕੀ ਹੋ ਗਈ। ਹਜ਼ਾਰਾਂ ਐਸੇ ਮੁੰਡੇ ਕੁੜੀਆਂ ਮੈਨੂੰ ਮਿਲੇ ਨੇ ਜਿਨ੍ਹਾਂ ਨੇ ਵਿਦੇਸ਼ ਜਾਣ ਦੇ ਪ੍ਰੋਗਰਾਮ ਕੈਂਸਲ ਕਰਤੇ ਕਿ ਨਹੀਂ ਹੁਣ ਨਹੀਂ ਜਾਂਦੇ ਜੀ, ਅਸੀਂ ਸਾਨੂੰ ਇੱਥੇ ਨੌਕਰੀ ਮਿਲ ਗਈ। ਕਈਆਂ ਨੂੰ ਇੱਕ ਸਾਲ 'ਚ ਦੋ ਦੋ ਤਿੰਨ ਤਿੰਨ ਨੌਕਰੀਆਂ ਮਿਲ ਗਈਆਂ, ਉਹਨਾਂ ਨੇ ਪੜ੍ਹ ਕੇ ਅਗਲਾ ਟੈਸਟ ਦਿੱਤਾ, ਅਗਲਾ ਟੈਸਟ ਵੱਡੀ ਨੌਕਰੀ ਦਾ, ਉਹ ਪਹਿਲੀ ਛੱਡਤੀ ਵੀ ਇਹਨੂੰ ਇਹ ਕਿਸੇ ਹੋਰ ਨੂੰ ਮਿਲ ਜੂਗੀ। ਮੈਂ ਪਟਵਾਰੀ ਬਣ ਗਿਆ, ਪਟਵਾਰੀ ਵਾਲੇ 'ਚ ਪੜ੍ਹ ਕੇ ਡੀ ਐੱਸ ਪੀ ਦਾ ਦੇਤਾ ਟੈਸਟ, ਡੀ ਐੱਸ ਪੀ ਬਣ ਗਿਆ, ਪਟਵਾਰੀ ਛੱਡਤਾ। ਕਿੱਥੇ ਤਾਂ ਇੱਕ ਸਾਲ 'ਚ ਤਿੰਨ ਤਿੰਨ, ਇੱਕ ਸਾਲ 'ਚ ਤਿੰਨ ਤਿੰਨ ਮੌਕੇ ਮਿਲ ਰਹੇ ਨੇ, ਕਿਤੇ 70 ਸਾਲ 'ਚ ਇੱਕ ਵੀ ਨਹੀਂ ਮਿਲਿਆ। 70 ਸਾਲ 'ਚ ਇੱਕ ਮੌਕਾ ਦਿੱਤਾ ਇਹਨਾਂ ਨੇ, ਆਪਦੇ ਧੀਆਂ ਪੁੱਤਾਂ ਲਾਉਣੇ ਨਹੀਂ ਹੁੰਦੇ ਇਹਨਾਂ ਨੇ। ਤੁਸੀਂ ਕਿਤੇ ਸੁਣਿਆ ਵੀ ਲੀਡਰ ਦਾ ਮੁੰਡਾ ਸਰਕਾਰੀ ਨੌਕਰੀ ਕਰਦਾ? ਨਹੀਂ ਕਰਦੇ। ਇਹ ਤਾਂ ਚੇਅਰਮੈਨ ਹੀ ਬਣਦੇ ਆ ਸਿੱਧੇ, ਇਹ ਤਾਂ ਸਿਰਫ ਮੰਤਰੀ ਉਹ ਬਣਦੇ ਆ, ਇਹ ਤਾਂ ਸਿੱਧੇ ਡਿਪਟੀ ਮੁੱਖ ਮੰਤਰੀ ਉਹ ਬਣਦੇ ਆ, ਧੱਕੇ ਖਾਣ ਨੂੰ ਤਾਂ ਆਪਾਂ ਰੱਖੇ ਹੋਏ ਹਾਂ ਬਸ। ਸੋ ਇਹਨਾਂ ਨੂੰ ਕੀ ਪਤਾ ਨੌਕਰੀ ਦਾ, ਨੌਕਰੀ ਦਾ ਹੱਲ, ਨੌਕਰੀ ਦਾ, ਸਰਕਾਰੀ ਨੌਕਰੀ ਮਿਲਣ ਦਾ ਪ੍ਰਭਾਵ ਕੀ ਪੈਂਦਾ? ਪੀੜ੍ਹੀ ਬਦਲ ਜਾਂਦੀ ਹੈ, ਪੀੜ੍ਹੀ ਕਿੰਨਾ ਫਰਕ ਪੈ ਜਾਂਦਾ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਜਾ ਕੇ। ਸੋ ਅੱਜ ਧੀਆਂ ਭੈਣਾਂ ਬਹੁਤ ਨੰਬਰ ਲੈ ਕੇ ਆ ਰਹੀਆਂ ਨੇ ਕੁੜੀਆਂ ਸਾਡੀਆਂ, ਮੁੰਡੇ ਬਹੁਤ ਨੰਬਰ ਲੈ ਕੇ ਆ ਰਹੇ ਨੇ, ਔਰ ਬਹੁਤ ਨੰਬਰ ਲੈ ਕੇ ਆ ਰਹੇ ਨੇ, ਤਾਂ ਅਸੀਂ ਉਹਨਾਂ ਨੂੰ ਫਿਰ ਉਸ ਹਿਸਾਬ 'ਤੇ ਨੌਕਰੀ ਦੇਣਾ। 43,000 ਤੋਂ ਵੱਧ ਨੌਕਰੀਆਂ ਦੇ ਦਿੱਤੀਆਂ। ਹੁਣ UPSC ਦੇ 8 ਸੈਂਟਰ ਖੋਲ੍ਹਣ ਲੱਗੇ ਹਾਂ, ਪੜ੍ਹਾਈ ਦਾ ਥੋੜ੍ਹਾ ਜਿਹਾ ਨਾ ਉਹ ਕਰਦੇ ਹਾਂ ਚੇਂਜ। ਆਪਾਂ +2 ਤੱਕ ਹੀ ਪੜ੍ਹਨਾ ਬਸ ਲੱਗ ਗਏ, +2 ਤੋਂ ਬਾਅਦ ਕਹਿੰਦੇ ਆਈਲੈਟਸ ਕਰਕੇ ਚਲੋ ਵੀ ਚੱਲੀਏ, 7 ਬੈਂਡ ਆ ਗਏ, 7.5 ਬੈਂਡ ਆਏ, ਚਲੋ ਮੁਲਕ ਛੱਡ ਕੇ ਚੱਲੀਏ, ਚਲੋ ਵੀ ਕੈਨੇਡਾ ਚੱਲੀਏ, ਨਿਊਜ਼ੀਲੈਂਡ, ਆਸਟ੍ਰੇਲੀਆ ਚੱਲੀਏ, ਇਹ ਬਦਲ ਦੇਣਾ। ਅਸੀਂ UPSC ਦੇ ਸੈਂਟਰ ਖੋਲ੍ਹ ਰਹੇ ਹਾਂ 8, ਤੁਹਾਡੇ ਵੀ ਇੱਥੇ ਹੋਊਗਾ ਕਿਤੇ, ਚੁਣ ਲਏ ਕਈ ਸੈਂਟਰ ਚੁਣ ਲਏ। ਸ਼ਾਨਦਾਰ ਬਿਲਡਿੰਗ ਹੋਊਗੀ, ਰਹਿਣ ਦਾ ਪ੍ਰਬੰਧ ਹੋਊਗਾ, ਹੋਸਟਲ ਹੋਊਗਾ, ਉੱਥੇ ਪੜ੍ਹੋ, ਪੜ੍ਹ ਕੇ ਕੋਚਿੰਗ ਲਓ, UPSC ਦੀ ਕੋਚਿੰਗ ਲਓ, DC ਬਣ ਕੇ ਨਿਕਲੋ, SSP ਬਣ ਕੇ ਨਿਕਲੋ, ਵੱਡੇ ਵੱਡੇ ਅਫਸਰ ਬਣ ਕੇ ਨਿਕਲੋ, ਵੱਡੀ ਪੜ੍ਹਾਈ ਕਰੋ। ਜਿਹੜਾ ਜਹਾਜ਼ ਹੈ ਉਹਦੇ ਇੰਜਣਾਂ 'ਚ ਬਹੁਤ ਤਾਕਤ ਹੁੰਦੀ ਹੈ, 350 ਸਵਾਰੀਆਂ, ਉਹਨਾਂ ਦਾ ਸਮਾਨ, ਆਪਦਾ ਭਾਰ, 1.25 ਲੱਖ ਲੀਟਰ ਤੇਲ ਲੈ ਕੇ ਉੱਡ ਜਾਂਦਾ। ਪਰ ਜਦੋਂ ਉਹ ਜਹਾਜ਼ ਰਨਵੇ 'ਤੇ ਲੱਗਿਆ ਖੜ੍ਹਾ ਹੁੰਦਾ, ਸਟੇਜ ਜਦੋਂ ਉੱਤੇ ਏਅਰਪੋਰਟ ਦੇ ਗੇਟ 'ਤੇ ਲੱਗਿਆ ਖੜ੍ਹਾ ਹੁੰਦਾ ਨਾ, ਉਦੋਂ ਉਹਦੀ ਤਾਕਤ 0 ਹੁੰਦੀ ਹੈ ਜੀ, ਕਿਉਂਕਿ ਜਹਾਜ਼ 'ਤੇ ਬੈਗ ਗੇਅਰ ਨਹੀਂ ਹੁੰਦਾ, ਬੈਗ ਜਾ ਨਹੀਂ ਸਕਦਾ, ਗੇਅਰ ਨਹੀਂ ਹੈਗਾ, ਅੱਗੇ ਬਿਲਡਿੰਗ ਹੈ, ਗੇਟ 'ਤੇ ਲੱਗਿਆ ਖੜ੍ਹਾ, ਖਤਮ। ਫਿਰ ਇੱਕ ਛੋਟਾ ਜਿਹਾ ਟਰੈਕਟਰ ਆਉਂਦਾ, ਟਰੈਕਟਰ ਵਰਗਾ ਹੀ ਹੁੰਦਾ, ਉਹ ਨਾ ਪਿੱਛੇ ਨੂੰ ਕਰਕੇ ਉਹਨੂੰ ਸਿੱਧਾ ਕਰ ਦਿੰਦਾ, ਉਹਨੂੰ ਜਹਾਜ਼ ਨੂੰ ਰਨਵੇ ਨਜ਼ਰ ਆ ਜਾਂਦਾ। ਉਹ ਟਰੈਕਟਰ ਨੂੰ ਕਹਿੰਦਾ ਧੰਨਵਾਦ, ਤੇਰਾ ਕੰਮ ਇੰਨਾ ਹੀ ਸੀ, ਹੁਣ ਤੂੰ ਭਰਾ ਹੋ ਜਾ, ਹੁਣ ਮੇਰਾ ਕੰਮ ਹੈ। ਉਹ ਜਹਾਜ਼ ਉੱਡਦਾ, ਉਹ ਉਹਨਾਂ ਇੰਜਣਾਂ 'ਤੇ ਡਿਪੈਂਡ ਕਰਦਾ, ਉਹ ਦਿੱਲੀ ਤੋਂ ਉੱਡ ਕੇ 35 ਮਿੰਟਾਂ ਬਾਅਦ ਚੰਡੀਗੜ੍ਹ ਉਤਰਦਾ ਜਾਂ 14 ਘੰਟਿਆਂ ਬਾਅਦ ਸਾਨ ਫਰਾਂਸਿਸਕੋ ਉਤਰਦਾ, ਇਹ ਤਾਂ ਉਹਦੇ ਇੰਜਣਾਂ 'ਤੇ ਡਿਪੈਂਡ ਕਰਦਾ। ਪਰ ਸਭ ਤੋਂ ਜਿਹੜੀ ਵੱਡਾ ਰੋਲ ਨਿਭਾਇਆ ਇਹਦੇ ਵਿੱਚ, ਉਹ ਸੀ ਉਸ ਟਰੈਕਟਰ ਦਾ। ਜੇ ਉਹ ਨਾ ਹੁੰਦਾ ਉਹ ਸਿੱਧਾ ਨਹੀਂ ਹੋ ਸਕਦਾ ਸੀ, ਫਿਰ ਉਹ ਤਾਕਤ 0 ਸੀ। ਸੋ ਮੇਰੇ ਪਿਆਰੇ ਪੰਜਾਬੀਓ, ਬਤੌਰ ਮੁੱਖ ਮੰਤਰੀ ਤੁਹਾਡੇ, ਬਤੌਰ ਤੁਹਾਡਾ ਛੋਟਾ ਵੱਡਾ ਭਾਈ, ਤੁਹਾਡਾ ਪੁੱਤ ਭਤੀਜਾ ਬੇਟਾ ਹੋਣ ਦੇ ਨਾਤੇ,
ਮੈਂ ਉਹ ਟਰੈਕਟਰ ਵਾਲਾ ਰੋਲ ਅਦਾ ਕਰਨਾ ਚਾਹੁੰਦਾ। ਯੂਥ ਦੇ ਵਿੱਚ ਪਾਵਰ ਬਹੁਤ ਹੈ, ਯੂਥ ਕੋਲ ਮੈਨੂੰ ਕੋਈ ਸ਼ੱਕ ਨਹੀਂ, ਬਹੁਤ ਟੈਲੈਂਟਡ ਯੂਥ ਹੈ ਸਾਡੇ ਕੋਲ, ਨੌਜਵਾਨ ਮੁੰਡੇ ਕੁੜੀਆਂ ਬਹੁਤ ਜ਼ਿਆਦਾ ਜਿਹੜੇ ਨੇ ਇੰਟੈਲੀਜੈਂਟ ਨੇ, ਪਰ ਗੇਟਾਂ 'ਤੇ ਲੱਗੇ ਖੜ੍ਹੇ ਨੇ। ਕੋਈ ਟੀਚਰ ਜਾਂ ਕੋਈ ਲੀਡਰ ਬਣ ਕੇ ਕੋਈ ਸਿੱਧਾ ਕਰਦੇ ਉਹਨਾਂ ਨੂੰ ਉੱਡ ਜਾਣਗੇ। ਸੋ ਮੈਂ ਉਹ ਆਪਣੀ ਟੀਮ ਨੂੰ ਵੀ ਕਹਿੰਦਾ ਰਹਿੰਦਾ ਕਿ ਉਹ ਟਰੈਕਟਰ ਵਾਲਾ ਰੋਲ ਆਪਾਂ ਅਦਾ ਕਰੀਏ, ਰਨਵੇ ਨੇ ਉਹਨੂੰ ਮੌਕਾ ਦੇ ਦੇਣਾ, ਇੰਜਣਾਂ ਨਾਲ ਉਹਨੇ ਉੱਡ ਜਾਣਾ, ਤਾਂ ਫਿਰ ਕੋਈ ਮੇਰੇ ਖਿਆਲ 'ਚ ਮੰਜ਼ਿਲ ਨਹੀਂ ਇਹੋ ਜਿਹੀ ਹੋਊਗੀ ਜਿਹੜੀ ਸਰ ਨਾ ਕੀਤੀ ਜਾ ਸਕੇ। ਕਿਉਂਕਿ ਪੜ੍ਹਦਾ ਬਹੁਤ ਹਾਂ ਮੈਂ, ਬਹੁਤ ਕੁਛ ਪਤਾ ਲੱਗ ਜਾਂਦਾ ਜ਼ਿੰਦਗੀ ਬਾਰੇ। 17.5 ਸਾਲ ਦਾ ਘਰੋਂ ਨਿਕਲ ਗਿਆ ਸੀ ਜੋ ਤੁਸੀਂ ਮੈਨੂੰ ਭਗਵੰਤ ਮਾਨ ਬਣਾਤਾ ਸੀ 17.5 ਸਾਲ ਦੀ ਉਮਰ 'ਚ। ਹੁਣ ਨਾ ਕੋਈ ਫੋਟੋ ਖਿਚਾਉਣ ਦਾ ਚਾਹ ਹੈ, ਨਾ ਕੋਈ ਇਹ ਚਾਹ ਹੈ ਵੀ ਮੈਂ ਟੀ ਵੀ 'ਤੇ ਆਵਾਂ। ਟੀ ਵੀ 'ਤੇ ਆਉਣ ਵਾਲਾ ਜਾਂ ਫੋਟੋਆਂ ਛਪਾਉਣ ਵਾਲਾ ਉਹ ਤਾਂ ਚਾਹ ਨਵੇੜੀ ਬੈਠੇ ਜੀ। ਹੁਣ ਤਾਂ ਇੱਕੋ ਹੀ ਚਾਹ ਹੈ ਕਿ ਪੰਜਾਬੀਆਂ ਦੇ ਕੰਮ ਕਿਵੇਂ ਆ ਜਾਈਏ, ਕਿਵੇਂ ਆਪਣੇ ਕਿਸੇ ਸਾਈਨ ਕਰਨ ਨਾਲ ਕਿਸੇ ਘਰ ਦਾ ਚੁੱਲ੍ਹਾ ਬਲਦਾ ਹੋਵੇ, ਕਿਵੇਂ ਆਪਾਂ ਪੰਜਾਬ ਨੂੰ ਅੱਗੇ ਉੱਪਰ ਲੈ ਕੇ ਜਾ ਸਕਦੇ ਹਾਂ, ਕਿਵੇਂ ਹਿਸਟਰੀ ਦੇ ਵਿੱਚ ਲਿਖਿਆ ਜਾਊਗਾ ਕਿ ਜਦੋਂ ਪੰਜਾਬ ਦੁਬਾਰੇ ਲੀਹ 'ਤੇ ਚੜ੍ਹਿਆ ਉਦੋਂ ਕੌਣ ਕੌਣ ਅਫਸਰ ਸੀ, ਕੌਣ ਕੌਣ MLA ਸੀ, ਕੌਣ ਕੌਣ ਮੰਤਰੀ ਸੀ, ਕੌਣ ਕੌਣ ਜਿਹੜੇ ਟੀਚਰ ਸੀ, ਕੌਣ ਕੌਣ ਪ੍ਰਿੰਸੀਪਲ ਸੀ, ਉਦੋਂ ਤੁਹਾਡਾ ਸਾਰਿਆਂ ਦਾ ਨਾਮ ਹਿਸਟਰੀ ਦੇ ਵਿੱਚ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਊਗਾ। ਇਹ ਗੱਲ ਮੇਰੀ ਨੋਟ ਕਰ ਲਿਓ। ਸੋ ਮੇਰਾ ਇੱਕੋ ਹੀ ਮਕਸਦ ਹੈ ਕਿ ਮੇਰੇ ਹੱਥੋਂ ਕੋਈ ਇਹੋ ਜਿਹਾ ਫੈਸਲਾ ਨਾ ਹੋਵੇ ਜਿਹੜਾ ਲੋਕ ਵਿਰੋਧੀ ਹੋਵੇ। ਵਿਰੋਧੀ ਪਾਰਟੀਆਂ ਵਾਲਿਆਂ ਨੇ ਤਾਂ ਕੁਛ ਵੀ ਬੋਲ ਦਿਓ ਨਾ, ਉਹਨਾਂ ਕਹਿਣਾ ਹੀ ਕਹਿਣਾ, ਉਹਨਾਂ ਨੇ ਤਾਂ ਨੁਕਸ ਕੱਢਣੇ ਹੀ ਕੱਢਣੇ ਨੇ, ਉਹਦਾ ਕੰਮ ਹੀ ਇਹ ਹੈ ਉਹਨਾਂ ਦਾ। ਇੱਕ ਬੰਦਾ ਸੀਗਾ ਬੜੇ ਨੁਕਸ ਕੱਢਦਾ ਸੀ, ਉਹ ਜਿਹੜੀ ਗੱਲ ਦੇਖ ਲਓ ਉਹ 'ਚ ਨੁਕਸ ਕੱਢ ਦਿੰਦਾ ਸੀ। ਨੈਗੇਟਿਵ ਬੰਦਾ ਸੀ, ਕਦੇ ਖੁਸ਼ ਨਹੀਂ ਹੋਇਆ, ਹਰੇਕ ਚੀਜ਼ 'ਚ ਕਮੀ ਕੱਢ ਦੇਣੀ। ਉਹਦੇ ਦੋਸਤ ਮਿੱਤਰ ਵੀ ਬਹੁਤ ਦੁਖੀ ਸੀ ਯਾਰ, ਹਰੇਕ ਚੀਜ਼ 'ਚ ਕਮੀ ਕੱਢ ਦਿੰਦਾ। ਇੱਕ ਦਿਨ ਕੀ ਹੋਇਆ, ਉਹਨੇ ਦੋਸਤਾਂ ਮਿੱਤਰਾਂ ਨੂੰ ਇੱਕ ਕੁੱਤਾ ਮਿਲ ਗਿਆ ਜਿਹੜਾ ਪਾਣੀ ਦੇ ਉੱਤੇ ਤੁਰ ਸਕਦਾ ਸੀ, ਪਾਣੀ ਦੇ ਉੱਤੇ ਤੁਰ ਸਕਦਾ ਸੀ ਕੁੱਤਾ। ਉਹਨਾਂ ਨੇ ਆਪਸ 'ਚ ਪ੍ਰੋਗਰਾਮ ਬਣਾ ਲਿਆ, ਕਹਿੰਦੇ ਉਹਨੂੰ ਬੁਲਾਈਏ ਇੱਥੇ। ਜਦੋਂ ਉਹਦੇ ਮੂਹਰੇ ਪਾਣੀ ਦੇ ਉੱਤੇ ਤੁਰਿਆ, ਇਹਦੇ 'ਚੋਂ ਨਹੀਂ ਉਹ ਨੁਕਸ ਕੱਢ ਸਕਦਾ, ਇਹ 'ਚ ਕੀ ਕਮੀ ਕੱਢੂਗਾ ਵੀ, ਇਹ 'ਚ ਤਾਂ ਉਹਨੂੰ ਤਾੜੀਆਂ ਮਾਰਨੀਆਂ ਪੈਣਗੀਆਂ ਵੀ ਕਮਾਲ ਹੈ। ਬੁਲਾ ਲਿਆ ਜੀ ਉਹਨੂੰ, ਟੋਬੇ ਦੇ ਇੱਧਰਲੇ ਪਾਸਿਓਂ, ਛੱਪੜ ਦੇ ਇੱਧਰਲੇ ਪਾਸਿਓਂ ਕੁੱਤਾ ਛੱਡਿਆ, ਕੁੱਤਾ ਤੁਰ ਕੇ ਪਾਣੀ ਦੇ ਉੱਤੇ ਤੁਰ ਕੇ ਛੱਪੜ ਦੇ ਪਰਲੇ ਪਾਸੇ ਨਿਕਲ ਗਿਆ। ਯਾਰ ਦੋਸਤ ਕਹਿੰਦੇ ਵਾਹ ਏ ਵਾਹ, ਹੁਣ ਦੱਸ ਬਈ ਕੀ ਕਹਿਣਾ ਚਾਹੇਗਾ। ਕਹਿੰਦਾ ਮੈਂ ਸਮਝ ਗਿਆ ਇਹਦਾ ਮਤਲਬ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ। ਫੇਰ ਕੱਢਤਾ ਨੁਕਸ ਯਾਰ, ਦੱਸੋ ਕੀ ਕਰੀਏ। ਇਹ ਨੇ ਵਿਰੋਧੀ ਪਾਰਟੀਆਂ ਵਾਲੇ ਆਪਣੇ ਵਾਲੇ, ਕੁਛ ਕਰ ਦਿਓ ਮਰਜ਼ੀ, ਉਹ 'ਚ ਕੁਛ ਨੁਕਸ ਕੱਢ ਦੇਣਾ ਬਸ। ਆ ਐਂ ਕਿਉਂ ਨਹੀਂ ਕੀਤਾ ਫਿਰ, ਆਹ ਤਾਂ ਕਰਦਾ ਚੱਲ ਠੀਕ ਆ, ਐਂ ਕਿਉਂ ਨਹੀਂ ਕੀਤਾ। ਕਦੇ ਕਿਸੇ ਵਿਰੋਧੀ ਪਾਰਟੀ ਵਾਲੇ ਨੇ ਦੱਸਿਆ ਕਿ 829 ਮਹੱਲਾ ਕਲੀਨਿਕ ਬਣ ਗਏ ਜਿੱਥੇ 1.5 ਕਰੋੜ ਬੰਦਾ ਦਵਾਈਆਂ ਲੈ ਕੇ ਠੀਕ ਹੋ ਗਿਆ? ਕਦੇ ਦੱਸਿਆ ਕਿਸੇ ਨੇ? ਨਹੀਂ ਦੱਸਿਆ। ਕਿਸੇ ਨੇ ਦੱਸਿਆ ਕਿ ਆਪਾਂ ਪਾਵਰ ਪਲਾਂਟ, ਥਰਮਲ ਪਲਾਂਟ ਆਮ ਤੌਰ 'ਤੇ ਸਰਕਾਰਾਂ ਵੇਚਦੀਆਂ ਹੁੰਦੀਆਂ ਨੇ ਪ੍ਰਾਈਵੇਟ ਵਾਲਿਆਂ ਨੂੰ, ਅਸੀਂ ਪ੍ਰਾਈਵੇਟ ਵਾਲਿਆਂ ਤੋਂ ਇੱਕ ਥਰਮਲ ਪਲਾਂਟ ਜਿਹੜਾ ਗੋਇੰਦਵਾਲ ਸਾਹਿਬ ਵਾਲਾ, ਉਹਦਾ ਨਾਮ ਸ਼੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਰੱਖਿਆ, ਉਹ ਖਰੀਦ ਲਿਆ। ਕਦੇ ਦੱਸਿਆ ਤੁਹਾਨੂੰ ਕਿਸੇ ਨੇ? ਸਗੋਂ ਉਹਦੀ ਖਰੀਦ 'ਚ ਕੱਢੀ ਜਾਂਦੇ, ਨਾ ਤਾਂ ਐਵੇਂ ਉਈਂ ਖਰੀਦ ਲਿਆ, ਹੈ ਨਹੀਂ ਕੁਛ ਇਹ 'ਚ। ਉਹ ਭਾਈ 540 ਮੈਗਾਵਾਟ ਦਾ ਚੱਲਦਾ ਥਰਮਲ ਪਲਾਂਟ ਹੈ, 2 ਕਰੋੜ ਰੁਪਇਆ ਪਰ ਮੈਗਾਵਾਟ ਦੀ ਕੀਮਤ 'ਤੇ ਖਰੀਦਿਆ। ਸਰਕਾਰੀ ਅਦਾਰੇ ਹੁੰਦੇ ਨੇ, ਐਂ ਕੋਈ ਸਿੱਧਾ ਨਹੀਂ ਹੁੰਦਾ ਕਿ ਮੱਝ ਵੇਚਤੀ ਸੰਗਲ ਫੜਾਤਾ ਅਤੇ ਐਂ ਥਰਮਲ ਪਲਾਂਟ ਆ ਗਿਆ। ਨੋ ਨੋ ਨੋ,
ਇੱਕ ਬਕਾਇਦਾ ਤੌਰ 'ਤੇ ਏਜੰਸੀ ਹੈ ਸੈਂਟਰ ਸਰਕਾਰ ਦੀ, ਉੱਥੇ ਸੌਦੇ ਹੁੰਦੇ ਆ, ਉੱਥੇ ਬਿੱਡ ਹੁੰਦੀ ਹੈ, ਉੱਥੇ ਫਿਰ ਜਾ ਕੇ ਕਿਤੇ ਉਹਦਾ ਜਿਹੜਾ ਸਾਰਾ ਫਾਈਨਲਾਈਜ਼ ਹੁੰਦਾ, ਬੈਂਕਾਂ ਦੀਆਂ ਗਰੰਟੀਆਂ ਹੁੰਦੀਆਂ ਨੇ, ਸਭ ਕੁਝ ਫਿਰ ਕਿਤੇ ਖਰੀਦਿਆ ਜਾਂਦਾ। 540 ਮੈਗਾਵਾਟ ਦਾ, 2 ਕਰੋੜ ਪਰ ਮੈਗਾਵਾਟ, 1080 ਕਰੋੜ ਦਾ ਖਰੀਦਿਆ। ਜੇ ਅੱਜ ਬਣਾਉਣਾ ਹੋਵੇ 540 ਮੈਗਾਵਾਟ ਦਾ, ਪਹਿਲੀ ਗੱਲ ਤਾਂ 4 ਸਾਲ ਬਣਨ ਨੂੰ ਲੱਗਣਗੇ। ਨੰਬਰ 2 'ਤੇ ਜਦੋਂ ਤੱਕ ਬਣੂਗਾ ਤਾਂ ਉਹਦੀ ਕੀਮਤ ਹੋਊਗੀ 8 ਕਰੋੜ 35 ਲੱਖ ਰੁਪਈਆ ਪਰ ਮੈਗਾਵਾਟ। ਯਾਨੀ ਕਿ ਜੇ 540 ਵਾਲਾ ਖਰੀਦਣਾ, 5000 ਕਰੋੜ ਦਾ ਸੌਦਾ ਆਪਾਂ ਨੇ 1000 ਕਰੋੜ 'ਚ, 1100 ਕਰੋੜ 'ਚ ਲੈ ਲਿਆ। ਹੋਰ ਇਹ ਤੋਂ ਬਾਅਦ ਕੀ ਸਸਤਾ ਸੌਦਾ ਹੋ ਸਕਦਾ? ਕਦੇ ਇਹਨਾਂ ਨੇ ਦੱਸਿਆ ਵੀ 400 ਕਿੱਲਾ ਉਹਦੇ ਨਾਲ ਆਪਾਂ ਨੂੰ ਫ੍ਰੀ ਵੀ ਆ ਗਿਆ, 400 ਏਕੜ ਜ਼ਮੀਨ ਆ ਗਈ, ਉੱਥੇ ਆਪਾਂ ਸੋਲਰ ਲਾਵਾਂਗੇ ਹੁਣ? ਕਦੇ ਦੱਸਿਆ? ਨਾ, ਨਗੋਚਾ ਨੁਕਸ ਕੱਢਣੇ ਭਗਵੰਤ ਮਾਨ, ਤੜਕੀ ਉੱਠ ਜਾ। ਕਈ ਤਾਂ ਤੜਕੇ ਉੱਠਣ ਸਾਰ ਇੱਕ ਅੱਖ ਅੱਧੀ ਖੁੱਲ੍ਹੀ ਹੁੰਦੀ, ਇੱਕ ਹਜੇ ਖੁੱਲ੍ਹੀ ਨਹੀਂ ਹੁੰਦੀ, ਪਹਿਲੀ ਗੱਲ ਭਗਵੰਤ ਮਾਨ ਦੇ ਵਿਰੁੱਧ ਪਾ ਦਿਓ ਕੁਛ, ਪਾ ਦਿਓ ਯਾਰ, ਪਾ ਦਿਓ ਬਸ, ਪੰਗਾ ਇਹਨਾਂ ਦਾ, ਮੈਨੂੰ ਕੀ ਪ੍ਰੋਬਲਮ ਹੈ? ਕਰੀ ਜਾਣ, ਉਹ 100 ਕੰਮ ਲੱਗੇ ਹੋਏ ਨੇ, ਮੈਂ ਆਪਣਾ ਕੰਮ ਕਰੀ ਜਾਂਦਾ, ਉਹ ਆਪਦਾ ਕਰੀ ਜਾਂਦੇ ਆ। ਸੋ ਇਹ ਉਹਨਾਂ ਦੇ ਪਿੱਛੇ ਲੱਗਣਾ, ਆਪਾਂ ਦੇਖਣਾ ਵੀ ਆਪਾਂ ਤਰੱਕੀ ਕਿਵੇਂ ਕਰ ਰਹੇ ਹਾਂ। ਆਪਣੇ ਬੱਚੇ ਤਰੱਕੀ ਕਰ ਰਹੇ ਨੇ, ਸਕੂਲ ਬਣ ਗਏ, ਸਕੂਲ ਆਫ ਐਮੀਨੈਂਸ ਬਣ ਗਏ, ਬਿਜਲੀ ਦੇ ਬਿੱਲ 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਜੀ, ਤੁਹਾਡੇ 'ਚੋਂ ਵੀ ਬਹੁਤ ਸਾਰਿਆਂ ਦਾ ਆਉਂਦਾ ਹੋਣਾ, ਜ਼ੀਰੋ ਆਊਗਾ ਜੀ। ਜਦੋਂ ਬਿਜਲੀ ਹੈਗੀ ਸਾਡੇ ਕੋਲ, ਮੈਂ ਕਿਹੜਾ ਕੋਈ ਪੱਲਿਓ ਦੇ ਰਿਹਾ ਜੀ ਪੈਸੇ ਜੇ? ਅੱਛਾ, ਫਿਰ ਬਿਜਲੀ ਦਾ ਬਿੱਲ ਬਚ ਗਿਆ 2000 3000 4000, ਬਿਜਲੀ ਦਾ ਬਿੱਲ ਪਹਿਲਾਂ ਆਉਂਦਾ ਹੀ ਹੋਣਾ, 3000 4000 ਬਿਜਲੀ ਦਾ ਬਿੱਲ ਬਚ ਗਿਆ, ਉਹੀ ਕਬੀਲਦਾਰੀ 'ਚ ਕਿਤੇ ਹੋਰ ਲੱਗ ਗਿਆ। ਡਾਕਟਰ ਦੀ ਦਵਾਈ ਬਚ ਗਈ, ਉਹੀ ਕਬੀਲਦਾਰੀ 'ਚ ਕਿਤੇ ਹੋਰ ਲੱਗ ਗਈ। ਇਸੇ ਤਰ੍ਹਾਂ ਹੁੰਦਾ, ਸਾਰਿਆਂ ਦਾ ਹੁੰਦਾ ਹੋਣਾ ਚਾਹੀਦਾ ਮੈਂ ਕਹਿੰਦਾ। ਸੋ ਇਹਨਾਂ 'ਤੇ ਨਾ ਯਕੀਨ ਕਰਿਓ, ਇਹ ਤਾਂ ਨੁਕਸ ਕੱਢਣੇ ਕੱਢਣਾ ਇਹਨਾਂ ਨੇ। ਬਸ ਇਹਨਾਂ ਨੂੰ ਦੁੱਖ ਇਸੇ ਗੱਲ ਦਾ ਹੀ ਹੈ ਕਿ ਆਮ ਘਰਾਂ ਦੇ ਮੁੰਡੇ ਕੁੜੀਆਂ ਮੰਤਰੀ ਅਤੇ ਮੁੱਖ ਮੰਤਰੀ ਕਿਉਂ ਬਣ ਗਏ, ਬਸ ਹੋਰ ਕੋਈ ਦੁੱਖ ਨਹੀਂ ਹੈਗਾ ਇਹਨਾਂ ਨੂੰ। ਇੱਦਾਂ ਦੇ ਆਪਦੇ ਮੁੰਡੇ ਬਿਠਾਉਣੇ ਸੀ ਅਤੇ ਆਪ ਬਹਿਣਾ ਸੀ, ਉਹ ਵਾਰੀ ਕੱਟੀ ਗਈ। ਜਿਹੜੀ ਵਾਰੀ ਕੱਟੀ ਗਈ ਨਾ, ਉਹ ਦੁੱਖ ਦਿੰਦੀ ਹੈ, ਬਸ ਆਹੀ ਪੰਗਾ। ਇੱਕ ਰਾਜਾ ਸੀ, ਉਹਨੇ ਆਪਣੇ ਵਜ਼ੀਰ ਬੁਲਾਏ, ਕਹਿੰਦਾ ਯਾਰ ਮੈਂ ਫੇਮਸ ਕਿਵੇਂ ਹੋ ਸਕਦਾ, ਮਸ਼ਹੂਰ ਕਿਵੇਂ ਹੋ ਸਕਦਾ, ਮੈਂ ਲੋਕਾਂ 'ਚ ਮੇਰੀ ਬੱਲੇ ਬੱਲੇ ਕਿਵੇਂ ਹੋ ਸਕਦੀ ਹੈ? ਵਜ਼ੀਰ ਕਹਿੰਦਾ ਜੀ ਖਜ਼ਾਨੇ ਦਾ ਮੂੰਹ ਖੋਲ੍ਹ ਦਿਉ ਲੋਕਾਂ ਵੱਲ ਨੂੰ, ਲੋਕ ਖੁਸ਼ ਹੋ ਜਾਣਗੇ, ਬੱਲੇ ਬੱਲੇ ਹੋ ਜੂਗੀ। ਉਹਨੇ ਖਜ਼ਾਨੇ ਦਾ ਮੂੰਹ ਖੋਲ੍ਹਤਾ, ਲੋਕ ਆ ਗਏ ਲਾਈਨ ਲਾ ਕੇ, ਕਿਸੇ ਨੂੰ ਮੋਹਰਾਂ ਮਿਲ ਰਹੀਆਂ ਨੇ, ਕਿਸੇ ਨੂੰ ਸੋਨਾ ਮਿਲ ਰਿਹਾ। ਇੱਕ ਫਕੀਰ ਬੰਦਾ ਵਿੱਚ ਆ ਗਿਆ, ਭਗਤ ਫਕੀਰ, ਉਹਦੀ ਜਦੋਂ ਵਾਰੀ ਆਈ ਤਾਂ ਉਹਨੇ ਦੇਖਿਆ ਵੀ ਇੱਕ ਬੰਦਾ ਬੈਠਾ ਸੀ ਖੱਬੇ ਪਾਸੇ, ਉਹ ਕਹਿੰਦਾ ਯਾਰ ਤੂੰ ਤਾਂ ਹਜੇ ਲਾਈਨ 'ਚ ਵੀ ਨਹੀਂ ਲੱਗਿਆ, ਜ਼ਖਮੀ ਹੈ, ਤੂੰ ਤਾਂ ਪੱਟੀ ਕਰ ਰੱਖੀ ਹੈ, ਮਤਲਬ ਤੂੰ ਖੜ੍ਹ ਨਹੀਂ ਸਕਦਾ, ਤੂੰ ਐਂ ਕਰ, ਤੂੰ ਮੇਰੀ ਜਗ੍ਹਾ 'ਤੇ ਆ ਜਾ, ਤੂੰ ਮੇਰੀ ਵਾਰੀ ਲੈ ਲਾ, ਮੈਂ ਬਾਅਦ 'ਚ ਆ ਜੂੰਗਾ, ਮੈਂ ਬਾਅਦ 'ਚ ਪਿੱਛੇ ਲੱਗ ਜਾਣਾ ਲਾਈਨ 'ਚ। ਆਪਣੀ ਵਾਰੀ ਦੇ ਤੀ, ਬਾਅਦ 'ਚ ਪਿੱਛੇ ਲਾਈਨ 'ਚ ਲੱਗ ਗਿਆ। ਅਤੇ ਫਿਰ ਜਦੋਂ ਵਾਰੀ ਆਈ ਤਾਂ ਕਿੱਧਰਲੇ ਪਾਸੇ ਬੈਠਾ, ਉਹ ਕਹਿੰਦਾ ਯਾਰ ਤੂੰ ਤਾਂ ਹੈਂਡੀਕੈਪਟ ਹੈ, ਤਾਂ ਤੂੰ ਤਾਂ ਹਜੇ ਤਾਂ ਲਾਈਨ 'ਚ ਵੀ ਨਹੀਂ ਲੱਗਿਆ, ਤੂੰ ਤਾਂ ਲਾਈਨ ਹੀ ਬਹੁਤ ਲੰਬੀ ਹੈ ਯਾਰ, ਤੇਰੀ ਤਾਂ ਵਾਰੀ ਨਹੀਂ ਆਉਣੀ, ਤੂੰ ਐਂ ਕਰ, ਤੂੰ ਆ ਜਾ ਮੇਰੇ ਵਾਲੀ ਥਾਂ 'ਤੇ ਆ ਜਾ, ਮੈਂ ਬਾਅਦ 'ਚ ਆ ਜਾਂਦਾ। ਆਪਣੀ ਵਾਰੀ ਫਿਰ ਦੇ ਕੇ ਫਿਰ ਪਿੱਛੇ ਲੱਗ ਗਿਆ। ਜਦੋਂ 10-11 ਵਾਰੀ ਇੱਦਾਂ ਕੀਤਾ ਵੀ ਆਪਦੀ ਵਾਰੀ ਦੇ ਦਿਆ ਕਰੇ, ਆਪ ਪਿੱਛੇ ਲਾਈਨ 'ਚ ਲੱਗ ਜਾ ਕਰੇ, ਸਾਰੇ ਸ਼ਹਿਰ 'ਚ ਰਾਜੇ ਦਾ ਕੋਈ ਨਾ ਹੀ ਨਾ ਲਵੇ, ਗੱਲ ਹੀ ਫਕੀਰ ਦੀ ਚੱਲੇ, ਕਹਿੰਦੇ ਇੱਕ ਫਕੀਰ ਹੈ ਬਈ, ਓਏ ਸਵੇਰ ਦਾ ਵਾਰੀਆਂ ਵੰਡੀ ਜਾਂਦਾ ਮਾਂ ਦਾ ਪੁੱਤ ਹੈਂ। ਉਹ ਜਦੋਂ ਰਾਜੇ ਨੂੰ ਪਤਾ ਲੱਗਿਆ, ਉਹਨੂੰ ਬੜਾ ਗੁੱਸਾ ਆਇਆ, ਖਜ਼ਾਨਾ ਮੈਂ ਲਟਾ ਰਿਹਾ, ਬੱਲੇ ਬੱਲੇ ਕਿਸੇ ਹੋਰ ਦੀ ਹੋਈ ਜਾਂਦੀ ਹੈ। ਤਾਂ ਰਾਜਾ ਗਿਆ, ਕਹਿੰਦਾ ਮੈਂ ਵੰਡੂ ਹੱਥਾਂ ਨਾਲ,
ਮੈਂ ਦੇਖਦਾ ਉਹਨੂੰ ਕੀ ਕਰਦਾ ਹੁਣ। ਜਦੋਂ ਰਾਜਾ ਵੰਡਣ ਲੱਗਿਆ ਉਹਦੀ ਫੇਰ ਵਾਰੀ ਆ ਗਈ ਫਕੀਰ ਦੀ, ਉਹਨੇ ਫੇਰ ਦੇਖਿਆ ਕਿਸੇ ਨੂੰ, ਕਹਿੰਦਾ ਯਾਰ ਤੂੰ ਤਾਂ ਬਹੁਤ ਪਿੱਛੇ ਖੜਾ ਯਾਰ, ਤੂੰ ਆਇਆ ਤੂੰ ਮੇਰੀ ਥਾਂ 'ਤੇ ਆਇਆ, ਮੈਂ ਬਾਅਦ 'ਚ ਲਾਈਨ 'ਚ ਲੱਗ ਜਾਣਾ ਬਾਅਦ 'ਚ ਕਰਦੇ ਹਾਂ। ਤਾਂ ਰਾਜਾ ਕਹਿੰਦਾ ਗੱਲ ਸੁਣ ਫਕੀਰਾ, ਤੇਰੀ ਸ਼ਿਕਾਇਤ ਆਈ ਆ ਮੇਰੇ ਕੋਲ, ਤੂੰ ਸਵੇਰ ਦਾ 12-15 ਵਾਰੀ ਇੱਦਾਂ ਕਰ ਚੁੱਕਿਆ, ਆਪਦੀ ਵਾਰੀ ਜਦੋਂ ਤੇਰੀ ਆਉਂਦੀ ਹੈ ਤੂੰ ਕਿਸੇ ਹੋਰ ਨੂੰ ਵਾਰੀ ਦੇ ਕੇ ਆਪ ਪਿੱਛੇ ਲਾਈਨ 'ਚ ਲੱਗ ਜਾਣਾ, ਫਿਰ ਜਦੋਂ ਵਾਰੀ ਆਉਂਦੀ ਹੈ ਫਿਰ ਵਾਰੀ ਆਪਦੀ ਦੇ ਕੇ ਕਿਸੇ ਲਾਈਨ 'ਚ ਲੱਗ ਜਾਣਾ, ਇਹ ਗਲਤ ਹੈ। ਉਹ ਫਕੀਰ ਕਹਿੰਦਾ ਰਾਜਾ ਸਾਹਿਬ ਇਹ 'ਚ ਕੀ ਗਲਤ ਹੈ, ਆਪਾਂ ਦੋਨੇ ਇੱਕੋ ਹੀ ਕੰਮ ਕਰ ਰਹੇ ਹਾਂ। ਕਹਿੰਦਾ ਉਹ ਕਹਿੰਦਾ ਮਤਲਬ ਕੀ? ਕਹਿੰਦਾ ਜੋ ਤੇਰੇ ਕੋਲ ਵੰਡਣ ਨੂੰ ਤੂੰ ਵੰਡੀ ਜਾਂਦਾ, ਜੋ ਮੇਰੇ ਕੋਲ ਵੰਡਣ ਨੂੰ ਮੈਂ ਵੰਡੀ ਜਾਂਦਾ, ਤੇਰੇ ਕੋਲ ਖਜ਼ਾਨਾ ਮੇਰੇ ਕੋਲ ਵਾਰੀ ਹੈ, ਦੇਖਾਂਗੇ ਕੌਣ ਪਹਿਲਾਂ ਮੁੱਕੂ। ਕਹਿੰਦਾ ਤੇਰੇ ਕੋਲ ਖਜ਼ਾਨਾ ਮੇਰੇ ਕੋਲ ਵਾਰੀ ਹੈ, ਜੋ ਤੇਰੇ ਕੋਲ ਤੂੰ ਵੰਡੀ ਜਾਂਦਾ, ਜੋ ਮੇਰੇ ਕੋਲ ਮੈਂ ਵੰਡੀ ਜਾਂਦਾ, ਦੇਖਾਂਗੇ ਕੌਣ ਪਹਿਲਾਂ ਮੁੱਕੂ। ਵੀ ਖਜ਼ਾਨਾ ਤਾਂ ਮੁੱਕ ਹੀ ਜਾਊ ਨਾ ਇੱਕ ਨਾ ਇੱਕ ਦਿਨ, ਵਾਰੀ ਥੋੜ੍ਹੀ ਮੁੱਕੂਗੀ, ਉਹ ਵਾਰੀਆਂ ਦੇਈ ਜਾਊ ਵਾਰੀਆਂ। ਇਹ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਸੁਖਦੇਵ, ਇਹ ਸਾਡੇ ਸ਼ਹੀਦ ਕਰਤਾਰ ਸਿੰਘ ਸਰਾਭੇ ਹੋਰੀ, ਗੁਰੂ ਸਾਹਿਬ ਸਰਬੰਸ ਦਾਨੀ, ਇਹਨਾਂ ਨੇ ਆਪਣੀਆਂ ਆਪਣੇ ਬੱਚਿਆਂ ਦੀਆਂ ਜਿਉਣ ਦੀਆਂ ਵਾਰੀਆਂ ਦੇ ਕੇ, ਵਾਰੀਆਂ ਜਿਉਣ ਦੀਆਂ ਦੇ ਕੇ ਸਾਡਾ ਦੇਸ਼ ਆਜ਼ਾਦ ਕਰਾਇਆ, ਸਾਡੀ ਕੌਮ ਕਰਾਈ ਹੈ। ਉਹਨਾਂ ਨੇ ਵਾਰੀਆਂ ਦਿੱਤੀਆਂ ਆਪਣੀਆਂ। ਭਗਤ ਸਿੰਘ ਕਹਿੰਦਾ 23 ਸਾਲ ਦੀ ਉਮਰ ਤੱਕ ਮੈਂ ਜਿਉਂਦਾ ਨਾ, ਬਸ ਮੈਂ ਆਪਣੀ ਵਾਰੀ ਦੇਸ਼ ਦੇ ਲੇਖੇ ਲਾ ਲੈਂਦਾ, ਮੈਂ ਫਾਂਸੀ ਚੜ੍ਹ ਜਾਂਦਾ ਪਰ ਮੇਰੇ ਲੋਕ ਜਿਉਣਗੇ। ਅਤੇ ਅੱਜ ਲੋਕ ਵੀ ਜਿਉਂਦੇ ਆ ਅਤੇ ਭਗਤ ਸਿੰਘ ਵੀ 23 ਸਾਲ ਦਾ ਹੀ ਹੈ ਅਜੇ, ਭਗਤ ਸਿੰਘ ਵੀ 23 ਦੇ ਰਹੂਗਾ, ਆਉਣ ਵਾਲੀਆਂ ਪੀੜ੍ਹੀਆਂ 'ਚ ਭਗਤ ਸਿੰਘ ਨੌਜਵਾਨ ਹੀ ਰਹੂਗਾ ਹਮੇਸ਼ਾ। ਸੋ ਕੋਈ ਕਿਸੇ ਮਹਾਨ ਬਣਨ ਲਈ ਵੱਡੇ ਵੱਡੇ ਜਿਹੜੇ ਤਿਆਗ ਕਰਨੇ ਪੈਂਦੇ ਆ, ਸਾਡੇ ਸ਼ਹੀਦਾਂ ਨੇ ਸਾਡੇ ਗੁਰੂਆਂ ਨੇ ਤਿਆਗ ਕੀਤੇ ਹੋਏ ਆ, ਤਿਆਗ। ਭਗਤ ਸਿੰਘ ਨੂੰ ਕਿਸੇ ਨੇ ਪੁੱਛਿਆ ਵੀ ਕੀ ਕਹਿਣਾ ਚਾਹੇਗਾ ਆਜ਼ਾਦੀ ਬਾਰੇ, ਉਹ ਕਹਿੰਦਾ ਆਜ਼ਾਦੀ ਤਾਂ ਆਊਗੀ, ਆਜ਼ਾਦੀ ਆਉਣੀ ਹੀ ਆਉਣੀ ਹੈ, ਇਸ ਗੱਲ 'ਚ ਕੋਈ ਸ਼ੱਕ ਨਹੀਂ, ਕੋਈ ਮੈਨੂੰ ਸ਼ਿਕਵਾ ਨਹੀਂ, ਸਿਰਫ ਮੈਨੂੰ ਚਿੰਤਾ ਇਸ ਗੱਲ ਦੀ ਹੈ ਆਜ਼ਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ 'ਚ ਆਊਗਾ। ਬਿਲਕੁਲ ਸਹੀ ਚਿੰਤਾ ਸਾਬਤ ਹੋਈ, ਆਜ਼ਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ 'ਚ ਗਿਆ, ਆ ਖੜਿਆ ਉੱਥੇ ਅਜੇ, ਹਜੇ ਵੀ ਸੀਵਰੇਜ ਠੀਕ ਨਹੀਂ ਹੋਏ, ਹਜੇ ਛੱਪੜਾਂ ਦੇ ਪਾਣੀ ਠੀਕ ਨਹੀਂ ਹੋਏ, ਹਜੇ ਉੱਥੇ ਖੜਿਆ ਸਟਰੀਟ ਲਾਈਟਾਂ 'ਤੇ, ਕੂੜੇ ਦੇ ਢੇਰਾਂ 'ਤੇ। ਉਹ ਮੰਗਲ ਗ੍ਰਹਿ 'ਤੇ ਪਲਾਟ ਕੱਟਣ ਨੂੰ ਫਿਰਦੇ ਆ ਅਮਰੀਕਾ ਵਾਲੇ, ਚੰਦ 'ਤੇ ਨਹਿਰ ਲੈ ਕੇ ਜਾਣ ਨੂੰ ਫਿਰਦੇ ਆ, 7 ਵਜੇ ਘੱਗਰ ਕਾਬੂ ਨਹੀਂ ਹੋਇਆ, ਅਸੀਂ ਉੱਥੇ ਹੀ ਖੜੇ ਹਾਂ ਕਿਉਂਕਿ ਸਾਨੂੰ ਸਾਡੇ ਲੀਡਰਾਂ ਨੇ ਅੱਗੇ ਵਧਣ ਦਿੱਤਾ ਹੀ ਨਹੀਂ। ਮੰਗ ਪੱਤਰਾਂ 'ਚ ਮਾਫੀਆਂ ਹੀ ਮਾਫੀਆਂ, ਤੁਸੀਂ ਉਹ ਸੁਣੀ ਗੱਲ ਮੇਰੇ, ਸ਼ਾਇਦ ਸੁਣੀ ਆਪਾਂ ਨਹੀਂ ਦੇਈ, ਸ਼ਾਇਦ ਸੁਣੀ ਹੋਣੀ ਤੁਸੀਂ, ਮੇਰੇ ਡੈਡੀ ਜਦੋਂ ਪੜ੍ਹਾਉਂਦੇ ਸੀ ਮੈਂ ਨਾਲ ਸੀ, ਅਰਜੀ ਵਾਲੀ ਗੱਲ ਸੁਣੀ, ਕਈਆਂ ਨੇ ਸੁਣੀ ਕਈ ਨਹੀਂ ਸੁਣੀ ਹੋਣੀ, ਦੱਸੀ ਬਸ। ਜਦੋਂ ਮੈਂ ਸਕੂਲ ਪੜ੍ਹਦਾ 7ਵੀਂ 'ਚ, ਪੜ੍ਹਦਾ ਸੀ ਮੈਂ, ਉਸੇ ਸਕੂਲ 'ਚ ਮੇਰੇ ਡੈਡੀ ਹੈੱਡ ਮਾਸਟਰ ਸੀਗੇ, ਉਹ ਸਾਇੰਸ ਪੜ੍ਹਾਉਂਦੇ ਸੀਗੇ, ਮੈਥ ਵੀ ਪੜ੍ਹਾਉਂਦੇ ਸੀ, ਅਤੇ ਸਕੂਲ ਤੋਲੇਵਾਲ ਆ ਸਾਡੇ ਪਿੰਡ ਦੇ ਨੇੜੇ ਹੀ ਆ ਤੋਲੇਵਾਲ, ਮੈਂ ਸਾਈਕਲ 'ਤੇ ਡੈਡੀ ਦੇ ਨਾਲ ਹੀ ਜਾਂਦਾ ਹੁੰਦਾ ਸੀ, ਨਾਲ ਹੀ ਆ ਜਾਂਦਾ ਹੁੰਦਾ ਸੀ। ਸਾਡੀ ਪੰਜਾਬੀ ਦੀ ਟੀਚਰ, ਉਹਨੇ ਇੱਕ ਹਾਊਸ ਟੈਸਟ ਜਿਹਾ ਲਿਆ, ਕਹਿੰਦੀ ਫੀਸ ਮਾਫੀ ਦੀ ਅਰਜ਼ੀ ਲਿਖੋ।
ਲਿਖਤੀ ਮਤਲਬ ਪੰਜਾਬੀ 'ਚ ਸ਼੍ਰੀ ਸੇਵਾ ਵਿਖੇ ਸ਼੍ਰੀਮਾਨ ਮੁੱਖ ਅਧਿਆਪਕ ਜੀ ਸਰਕਾਰੀ ਮਿਡਲ ਸਕੂਲ ਧੋਲਾਵਾਲ, ਸ਼੍ਰੀਮਾਨ ਜੀ ਮੇਰਾ ਨਾਮ ਭਗਵੰਤ ਸਿੰਘ ਹੈ, ਮੈਂ ਰੋਲ ਨੰਬਰ ਇੰਨਾ ਹੈ, ਮੈਂ 7ਵੀਂ ਕਲਾਸ ਦਾ ਵਿਦਿਆਰਥੀ ਹਾਂ, ਮੈਂ ਬਹੁਤ ਪੜ੍ਹਾਈ ਵਿੱਚ ਹੁਸ਼ਿਆਰ ਹਾਂ, ਮੈਂ 6ਵੀਂ ਵਿੱਚੋਂ ਕਲਾਸ 'ਚੋਂ ਫਸਟ ਆਇਆ ਸੀ, ਮੈਂ 7ਵੀਂ ਵਿੱਚੋਂ ਵੀ ਕਲਾਸ 'ਚੋਂ ਪ੍ਰਥਮ ਆਵਾਂਗਾ, ਪਰ ਮੇਰੇ ਪਿਤਾ ਜੀ ਬਹੁਤ ਗਰੀਬ ਹਨ, ਉਹ ਇੱਕ ਚਪੜਾਸੀ ਹਨ, ਅਸੀਂ 3 ਭੈਣ ਭਾਈ ਹਾਂ, ਉਹਨਾਂ ਦੀ ਤਨਖਾਹ ਬਹੁਤ ਘੱਟ ਹੈ, ਉਹਨਾਂ ਦੀ ਤਨਖਾਹ ਨਾਲ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਚੱਲਦਾ ਹੈ, ਇਸ ਕਰਕੇ ਉਹ ਮੇਰੀ ਸਕੂਲ ਦੀ ਫੀਸ ਦੇਣ ਲਈ ਅਸਮਰੱਥ ਹਨ, ਕਿਰਪਾ ਕਰਕੇ ਮੇਰੀ ਪੂਰੀ ਦੀ ਪੂਰੀ ਫੀਸ ਮਾਫ਼ ਕੀਤੀ ਜਾਵੇ, ਮੈਂ ਆਪ ਜੀ ਦਾ ਅਤੇ ਧੰਨਵਾਦੀ ਹੋਵਾਂਗਾ, ਆਪ ਜੀ ਦਾ ਆਗਿਆਕਾਰ, ਰੋਲ ਨੰਬਰ 14 ਭਗਵੰਤ ਸਿੰਘ, ਠੀਕ ਹੈ, ਅਰਜ਼ੀ ਲਿਖਤੀ, ਮੈਡਮ ਨੇ ਚੈੱਕ ਕਰ ਲਈ ਅਰਜ਼ੀ, ਵੈਰੀ ਗੁੱਡ, ਨਾਲੇ ਵੀ ਦੇਤਾ 10:30 ਅਤੇ ਨਾਲੇ ਦੂਜੇ ਨੂੰ ਦੱਸਿਆ, ਐਂ ਲਿਖੀ ਹੁੰਦੀ ਅਰਜ਼ੀ, ਆਹ ਦੇਖੋ, ਪਰ ਮੈਨੂੰ ਨਹੀਂ ਖੁਸ਼ੀ ਹੋਈ ਜੀ ਅਰਜ਼ੀ ਲਿਖ ਕੇ ਜਾਂ ਨੰਬਰ ਲੈ ਕੇ, ਮੇਰੇ ਦਿਮਾਗ 'ਚ ਕੁਛ ਹੋਰ ਚਲੀ ਜਾਵੇ, ਮੈਂ ਕਿਹਾ ਕੋਈ ਗੱਲ ਨਹੀਂ, ਜਾਂਦੇ ਹੋਏ ਪੁੱਛਾਂਗੇ ਬਾਪੂ ਜੀ ਨੂੰ, ਚਲੋ ਛੁੱਟੀ ਹੋ ਗਈ, ਜਾਣ ਲੱਗੇ ਮੈਂ ਕਿੱਕਰ ਜੀ ਥੱਲੇ, ਮੈਂ ਕਿਹਾ ਰੋਕਿਓ ਇੱਥੇ ਡੈਡੀ ਸਾਈਕਲ, ਰੋਕ ਲਿਆ, ਮੈਂ ਕਿਹਾ ਜੀ ਤੁਸੀਂ ਸਾਨੂੰ ਇਹ ਦੱਸੋ ਵੀ ਤੁਸੀਂ ਸਾਨੂੰ ਪੜ੍ਹਾਉਂਦੇ ਕਿਉਂ, ਕਿਉਂ ਪੜ੍ਹਾਉਂਦੇ ਹੋ ਤੁਸੀਂ ਸਾਨੂੰ, ਉਹ ਕਹਿੰਦੇ ਤਾਂ ਕਿ ਤੁਹਾਨੂੰ ਅਕਲ ਆਵੇ, ਤੁਹਾਨੂੰ ਦੁਨੀਆ ਭਰ ਦੀ ਜਾਣਕਾਰੀ ਆਵੇ, ਤੁਹਾਨੂੰ ਸੱਚ ਅਤੇ ਝੂਠ ਦਾ ਫਰਕ ਪਤਾ ਲੱਗੇ, ਮੈਂ ਕਿਹਾ ਜੇ ਮੈਂ ਤੁਹਾਨੂੰ ਇਹ ਕਹਾਂ ਕਿ ਤੁਸੀਂ ਸਾਨੂੰ ਝੂਠ ਪੜ੍ਹਾ ਰਹੇ ਹੋ, ਕਹਿੰਦੇ ਇਹ ਕਿਵੇਂ ਹੋ ਸਕਦਾ ਝੂਠ ਪੜ੍ਹਾ ਰਹੇ ਹੋ, ਝੂਠ ਕਿੱਦਾਂ ਪੜ੍ਹਾਇਆ ਤੁਹਾਨੂੰ ਦੱਸੋ, ਮੈਂ ਕੱਢ ਕੇ ਕਾਪੀ ਦਿਖਾ ਦਿੱਤੀ, ਮੈਂ ਕਿਹਾ ਪੜ੍ਹਿਓ, ਉਹਨੇ ਮੇਰੀ ਅਰਜ਼ੀ ਪੜ੍ਹੀ, ਕਹਿੰਦੇ ਬਹੁਤ ਵਧੀਆ ਲਿਖੀ ਹੋਈ ਹੈ, ਕੋਈ ਗਲਤੀ ਵੀ ਨਹੀਂ ਹੈਗੀ, ਅੱਧ ਕੁ ਟਿੱਪੀ ਦੀ ਕੋਈ ਗਲਤੀ ਨਹੀਂ, 9.5 ਨੰਬਰ ਵੀ ਆਏ ਨੇ, ਅਤੇ ਵੈਰੀ ਵੈਰੀ ਗੁੱਡ ਵੀ ਲਿਖਿਆ ਹੋਇਆ, ਮੈਂ ਕਿਹਾ ਜੀ ਉਹ ਤਾਂ ਠੀਕ ਹੈ, ਪਹਿਲੀ ਗੱਲ ਤਾਂ ਇਹ 'ਚ ਝੂਠ ਹੈ ਕਿ ਮੈਂ ਲਿਖ ਰਿਹਾ ਅਰਜ਼ੀ ਤੁਹਾਨੂੰ, ਸ਼੍ਰੀਮਾਨ ਮੁੱਖ ਅਧਿਆਪਕ ਜੀ ਸਰਕਾਰੀ ਮਿਡਲ ਸਕੂਲ ਧੋਲਾਵਾਲ, ਤੁਸੀਂ ਹੋ ਨਾ, ਕਹਿੰਦੇ ਹਾਂ, ਮੈਂ ਵਿੱਚ ਲਿਖ ਰਿਹਾ ਮੈਂ ਚਪੜਾਸੀ ਹੋ ਤੁਸੀਂ, ਮੇਰੇ ਇਹ ਕਿਹੜੀ ਗੱਲ ਹੋ ਗਈ, ਨਾਲੇ ਤਾਂ ਮੁੱਖ ਅਧਿਆਪਕ ਹੋ ਜੀ, ਨਾਲੇ ਤੁਸੀਂ ਚਪੜਾਸੀ ਹੋ ਜੀ, ਅਤੇ ਨਾਲੇ ਤੁਸੀਂ ਲਿਖਿਆ ਵੀ ਮੈਂ, ਅਸੀਂ 3 ਭੈਣ ਭਰਾ, ਮੈਂ ਕਿਹਾ ਛੋਟੀ ਭੈਣ ਮਨਪ੍ਰੀਤ ਆ, ਉਹ ਤੀਜਾ ਕੌਣ ਹੈ, ਅਤੇ ਮੈਂ ਕਿਹਾ ਜੀ ਇਹ ਤਾਂ ਗਲਤ ਹੈ, ਇਹ ਤਾਂ ਗਲਤ ਹੈ, ਤੁਸੀਂ ਟੋਕਣਾ ਚਾਹੀਦਾ ਸੀ ਵੀ ਨਹੀਂ ਇਹ ਗਲਤ, ਮੇਰੇ ਡੈਡੀ ਮੈਨੂੰ ਕਹਿੰਦੇ ਵੀ ਬੇਟਾ ਜਿੰਨੇ ਚਿਰ ਤੁਸੀਂ ਗਰੀਬੀ ਨਹੀਂ ਦਿਖਾਓਗੇ ਨਾ ਅਰਜ਼ੀ 'ਚ, ਫਿਰ ਫੀਸ ਮਾਫ਼ ਨਹੀਂ ਹੋਣੀ, ਮੈਂ ਕਿਹਾ ਕੋਈ ਗੱਲ ਨਹੀਂ, ਮੇਰੇ ਦਿਮਾਗ 'ਚ ਵੀ ਕੁਦਰਤੀ ਨਿਕਲ ਗਈ ਗੱਲ ਮੇਰੇ ਮੂੰਹੋਂ, ਮੈਂ ਜਿੱਦੇ ਕਦੇ ਕੋਈ ਕਲਮ ਜਾਂ ਪੈੱਨ ਇਹੋ ਜਿਹਾ ਆ ਗਿਆ ਕਿ ਮੈਂ ਸਿਲੇਬਸ ਬਦਲ ਸਕਦਾ ਹੋਇਆ ਤਾਂ ਬਦਲੂੰਗਾ, ਮੈਂ ਇੱਥੇ ਅਰਜ਼ੀ ਰਹੂਗੀ, ਅਰਜ਼ੀ ਫੀਸ ਮਾਫ਼ੀ ਦੀ ਰਹੂਗੀ ਸਿਲੇਬਸ 'ਚ, ਪਰ ਉਹਨੂੰ ਲਿਖਣ ਦਾ ਤਰੀਕਾ ਬਦਲਾਂਗੇ ਕਿ ਸ਼੍ਰੀਮਾਨ ਮੁੱਖ ਅਧਿਆਪਕ ਜੀ ਮੈਂ ਆਹ ਸਟੂਡੈਂਟ ਹਾਂ, ਮੈਂ ਪੜ੍ਹਾਈ 'ਚ ਹੁਸ਼ਿਆਰ ਹਾਂ, ਮੇਰੇ ਪਿਤਾ ਜੀ ਕਿਸਾਨ ਨੇ ਜਾਂ ਮੇਰੇ ਪਿਤਾ ਜੀ ਕੋਈ ਵੀ ਮਜ਼ਦੂਰ ਨੇ ਜਾਂ ਕੁਛ ਵੀ ਲਿਖਣਾ ਜੋ ਸੱਚ ਲਿਖੋ, ਅਤੇ ਉਹਨਾਂ ਦੀ ਕਮਾਈ ਇੰਨੀ ਨਹੀਂ ਹੈਗੀ ਕਿ ਉਹ ਮੇਰੇ ਸਕੂਲ ਦੀ ਫੀਸ ਭਰ ਦੇਣ, ਮੈਂ ਇਹ ਨਹੀਂ ਕਹਿੰਦਾ ਕਿ ਮੇਰੀ ਸਕੂਲ ਦੀ ਫੀਸ ਮਾਫ਼ ਕੀਤੀ ਜਾਵੇ, ਮੈਂ ਇਹ ਚਾਹੁੰਦਾ ਹਾਂ ਮੇਰੀ ਸਕੂਲ ਦੀ ਫੀਸ ਉਧਾਰ ਕੀਤੀ ਜਾਵੇ, ਮੈਂ ਵਾਅਦਾ ਕਰਦਾ ਹਾਂ ਪੜ੍ਹ ਲਿਖ ਕੇ ਵੱਡਾ ਅਫਸਰ ਬਣ ਕੇ ਬਿਆਸ ਸਮੇਤ ਸਕੂਲ ਦੀ ਫੀਸ ਵਾਪਸ ਕਰਕੇ ਜਾਊਂਗਾ, ਇਹ ਕਰਨ ਲੱਗਿਆ ਹੁਣ ਅਸੀਂ ਆਉਣ ਵਾਲੇ ਸਿਲੇਬਸ 'ਚ, ਤਾਂ ਕਿ ਬੱਚੇ ਨੂੰ ਕੋਈ ਪੋਜ਼ਿਟਿਵ ਚੀਜ਼ ਤਾਂ ਮਿਲੇ, 6ਵੀਂ 7ਵੀਂ 'ਚ ਲਾਉਂਦੇ ਹਾਂ ਅਰਜ਼ੀਆਂ ਲਿਖਣ, ਫੀਸ ਮਾਫ਼ੀ, ਜੁਰਮਾਨਾ ਮਾਫ਼ੀ, ਵੱਡੇ ਹੋ ਕੇ ਬਿਜਲੀ ਮਾਫ਼ੀ, ਕਰਜ਼ਾ ਮਾਫ਼ੀ, ਵੱਡੇ ਹੋ ਕੇ ਮਾਫ਼ੀ ਮੰਗਣੀਆਂ ਸਿਖਾਉਂਦੇ ਨੇ ਸਾਨੂੰ ਤਾਂ, ਸੋ ਮਾਫ਼ੀਆਂ ਜਨਤਾ ਨੂੰ ਮਾਫ਼ੀਆਂ ਮੰਗਣਾ ਸਿਖਾਉਂਦੇ ਨੇ, ਸਿਲੇਬਸ 'ਚ ਹੀ ਪਤਾ ਹੀ ਨਹੀਂ ਲੱਗਦਾ ਸਾਨੂੰ ਕਦੋਂ ਭਿਖਾਰੀ ਬਣਾ ਦਿੰਦੇ ਨੇ, ਸੋ ਇਹ ਬਦਲਾਂਗੇ, ਇਹ ਐਟੀਚਿਊਡ ਬਦਲਣ ਵਾਲਾ ਹੈ, ਪੋਜ਼ਿਟਿਵਿਟੀ, ਅਮਰੀਕਾ ਕੈਨੇਡਾ ਹੈ ਉਹਨਾਂ ਦਾ ਜਿਹੜਾ ਸਿਲੇਬਸ ਹੈ ਉਹ 'ਚ ਕਿਸੇ ਵੀ ਸਵਾਲ ਦਾ ਜਵਾਬ ਗਲਤ ਨਹੀਂ ਹੈਗਾ ਜੀ, ਤੁਸੀਂ ਹੈਰਾਨ ਹੋ ਜਾਓਗੇ,
ਜੇ ਕਿਸੇ ਨੇ ਉੱਥੇ ਇੱਕ ਸਵਾਲ ਆ ਗਿਆ ਫਾਸਟ ਫੂਡ ਆ ਜਿਹੜਾ ਮਿਲਦਾ ਆਪਾਂ ਨੂੰ ਮੈਕਡੋਨਲ ਤੇ ਬਰਗਰ ਕਿੰਗ ਤੇ ਪੀਜ਼ੇ ਤੇ, ਫਾਸਟ ਫੂਡ ਤੁਹਾਡੇ ਲਈ ਲਾਭਦਾਇਕ ਹੈ ਜਾਂ ਹਾਨੀਕਾਰਕ ਹੈ? ਜੇ ਤੁਸੀਂ ਲਾਭਦਾਇਕ ਲਿਖਤਾ ਤਾਂ ਲਿਖੋ ਕਾਰਨ ਉਹਦੇ ਵੀ ਆਹ ਇਹਦਾ ਫਾਇਦਾ ਛੇਤੀ ਮਿਲ ਜਾਂਦਾ, ਟਾਈਮ ਬਚਦਾ, ਆਹ 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 ਤੇ ਮੁਕਾ। ਜੇ ਹਾਨੀਕਾਰਕ ਹੈ ਤਾਂ ਲਿਖੋ ਕਿ ਇਹਦੇ ਆਹ ਹਾਨੀਕਾਰਕ ਇਹ 'ਚ ਆਹ ਹੁੰਦੇ ਨੇ, ਇਹ 'ਚ ਜ਼ਿਆਦਾ ਉਹ ਹੁੰਦਾ, ਇਹਦੇ ਨਾਲ ਮੋਟਾਪਾ ਵੱਧਦਾ, ਫਲਾਂ ਤੇ ਲਿਖ ਦਿਉ। ਦੋਨਾਂ ਨੂੰ ਨੰਬਰ, ਇੱਕ ਨੂੰ ਲਾਭ ਲਿਖਣ ਦੇ, ਇੱਕ ਨੂੰ ਹਾਨੀ ਲਿਖਣ ਦੇ, ਦੋਨਾਂ ਨੂੰ ਨੰਬਰ ਬਰਾਬਰ ਵੀ ਆ ਸਕਦੇ ਨੇ। ਆਪਣਾ ਆਪਣਾ ਓਪੀਨੀਅਨ ਲੈਂਦੇ ਆ ਉਹ, ਕਿ ਤੁਸੀਂ ਆਪਦਾ ਆਪਦਾ ਦਿਮਾਗ 'ਚੋਂ ਓਪੀਨੀਅਨ ਦੱਸੋ। ਸਾਡੇ ਇੱਥੇ ਜੋ ਗਾਈਡ 'ਚ ਲਿਖਿਆ ਉਹੀ ਸਹੀ ਆ ਬਸ। ਜੇ ਜਵਾਕ ਨੇ ਆਪਦਾ ਕੋਈ ਹੋਰ ਫਾਰਮੂਲਾ ਬਣਾ ਲਿਆ ਨਾ, ਗਲਤ ਹੈ। ਕੀ ਪਤਾ ਵੀ ਗਾਈਡ ਵਾਲੇ ਦਾ ਕੀ ਪਤਾ, ਉਹਦੇ ਨਾਲ ਹੁਸ਼ਿਆਰ ਹੋਵੇ ਬੱਚਾ, ਉਹ ਵੀ ਤਾਂ ਕੋਈ ਬੰਦਾ ਹੀ ਹੋਊਗਾ। ਸੋ ਇਸ ਕਰਕੇ ਬੱਚਿਆਂ ਨੂੰ ਨਾ ਓਪੀਨੀਅਨ, ਉਹਨੂੰ ਆਪਦਾ ਦਿਮਾਗ ਚਲਾਉਣ ਦਾ ਮੌਕਾ ਮਿਲਣਾ ਚਾਹੀਦਾ। ਇਸ ਲੈਵਲ ਤੱਕ ਸੋਚੀ ਬੈਠਿਆ ਫਿਰ ਕਿਵੇਂ ਮੁਕਾਬਲਾ ਕਰ ਲੈਣਗੇ ਆਪਣਾ ਪੂਰੇ ਦੇਸ਼ ਦੇ ਬੱਚੇ? ਜਦੋਂ ਇਮਤਿਹਾਨ ਹੁੰਦਾ, ਬਸ਼ਰਤੇ ਕਿ ਪੇਪਰ ਲੀਕ ਨਾ ਹੋਵੇ, ਬਸ ਇਮਤਿਹਾਨ ਹੁੰਦਾ ਤਾਂ ਘੱਟੋ ਘੱਟ ਇੱਕੋ ਥਾਂ ਹੀ ਹੁੰਦਾ, ਅਸੀਂ ਉੱਥੇ ਡਰ ਜਾਂਦੇ ਹਾਂ ਕਿਉਂਕਿ ਸਾਨੂੰ ਉਹ ਪੜ੍ਹਾਇਆ ਹੀ ਨਹੀਂ ਜਾਂਦਾ। ਸਾਨੂੰ ਤਾਂ ਇੱਥੇ ਗਾਈਡਾਂ 'ਤੇ ਰੱਖ ਲਿਆ, ਰੱਟੇ ਲਾ ਲਓ ਰੱਟੇ। ਸਾਡੇ ਨਾਲ ਇੱਕ ਮੁੰਡਾ ਸੀਗਾ ਦਸਵੀਂ ਕਲਾਸ 'ਚ, ਫਲਾਇੰਗ ਆ ਗਈ ਉਹਦੇ, ਨਕਲ ਦਾ ਪਰਚਾ ਬਣ ਗਿਆ, ਨਕਲ ਦਾ ਕੇਸ ਪੈ ਗਿਆ। ਉਹਨੇ ਇੱਥੇ ਲਿਖ ਰੱਖਿਆ ਸੀਗਾ ਬਾਂਹ 'ਤੇ, ਅਤੇ ਉਹ ਗਿਆ ਲੀਡਰ ਕੋਲ। ਹੁਣ ਵੀ 25-30 ਸਾਲ ਪਹਿਲਾਂ ਦੀ ਗੱਲ ਹੈ ਵੀ ਜਨਾਬ ਜੀ MLA ਕੋਲ ਗਿਆ, ਲੋਕਲ ਕੋਲ, ਉਹਦਾ ਬਾਪੂ ਜਾਣਦਾ ਹੋਣਾ, ਵੀ ਐਂ ਕਰਕੇ ਕੇਸ ਪੈ ਗਿਆ। ਉਹਨੇ ਬੋਰਡ ਦੇ ਚੇਅਰਮੈਨ ਨੂੰ ਕਿਹਾ, ਚੇਅਰਮੈਨ ਕਹਿੰਦਾ ਵੀ ਠੀਕ ਹੈ ਕੋਈ ਨਹੀਂ, ਕਹਿੰਦਾ ਹੁਣ ਕੇਸ ਤਾਂ ਪੈ ਗਿਆ, ਹੁਣ ਇਹ ਮੁੰਡੇ ਦੀ ਪੇਸ਼ੀ ਪਊਗੀ ਮੇਰੇ ਕੋਲ, ਇਹ ਮੈਨੂੰ ਗੱਲਾਂ 3 ਕਹਿ ਦੇ, ਮੈਂ ਬਰੀ ਕਰ ਦੇਣਾ। ਇੱਕ ਤਾਂ ਇਹ ਕਹਿ ਦੇ ਮੈਂ ਕੱਲ੍ਹ ਪੇਪਰਾਂ ਦੀ ਤਿਆਰੀ ਕਰਨ ਵੇਲੇ ਬਾਂਹ 'ਤੇ ਲਿਖਿਆ ਸੀ, ਮੈਂ ਮਿਟਾਉਣਾ ਭੁੱਲ ਗਿਆ। ਇੱਕ ਕਹਿ ਦੇ ਕਿ ਜੀ ਮੈਂ ਜੋ ਇਹ 'ਤੇ ਲਿਖਿਆ ਹੋਇਆ ਉਹ 'ਚੋਂ ਪੇਪਰ 'ਚ ਕੁਛ ਆਇਆ ਵੀ ਨਹੀਂ, ਅਤੇ ਤੀਜਾ ਸਮਝ ਵੀ ਨਹੀਂ ਆਉਂਦੀ ਸੀ ਪੜ੍ਹਾਈ, ਮਤਲਬ ਵੀ ਜੋ ਪੜ੍ਹਿਆ ਜਾ ਸਕੇ, ਬਸ ਸਿਆਹੀ ਦੇ ਸ਼ੱਕ 'ਚ ਮੇਰੇ 'ਤੇ ਕੇਸ ਬਣਾ ਦਿਉ। ਆਹ 3 ਗੱਲਾਂ ਕਹਿੰਦਾ ਕਹਿ ਦੇ, ਪਰੀ ਕਰ ਦੇਣਾ। ਉਹ ਕਹਿੰਦਾ ਠੀਕ ਹੈ ਜੀ, ਪੇਸ਼ੀ ਪੈ ਗਈ, ਚਲਿਆ ਗਿਆ ਮੁੰਡਾ। ਅਤੇ ਉਹਨੇ ਫੋਨ ਕੀਤਾ ਬੋਰਡ ਦੇ ਚੇਅਰਮੈਨ ਨੇ MLA ਨੂੰ, ਕਹਿੰਦੇ ਕਿਹੜੇ ਪਿੰਡ ਦਾ? ਕਹਿੰਦਾ ਸਤੌਜ ਦਾ ਜੀ। ਉਦੋਂ ਪਿੰਡ ਮੇਰਾ ਮੇਰੇ ਕਰਕੇ ਮਸ਼ਹੂਰ ਸੀ ਕਲਾਕਾਰ ਦੇ, ਅੱਛਾ ਭਗਵੰਤ ਮਾਨ ਵਾਲਾ ਸਤੌਜ? ਕਹਿੰਦੇ ਹਾਂਜੀ। ਫਿਰ ਤਾਂ ਠੀਕ ਹੈ, ਕਹਿੰਦੇ ਕੀ ਗੱਲ ਜੀ? ਕਹਿੰਦਾ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਫੈਸਲਾ ਕੀ ਲਵਾਂ। ਉਹ ਕਹਿੰਦੇ ਕਿਵੇਂ? ਕਹਿੰਦੇ ਜਿਹੜੀਆਂ 3 ਗੱਲਾਂ ਅੱਜ ਮੈਨੂੰ ਕਹਿਣੀਆਂ ਸੀ ਉਹ ਵੀ ਬਾਂਹ 'ਤੇ ਲਿਖ ਕੇ ਲਿਆ। ਐਂ ਲਿਆ, ਲਿਖ ਕੇ ਲੈ ਗਿਆ ਜੀ, ਮੈਂ ਕੱਲ੍ਹ ਮਿਟਾਉਣਾ ਭੁੱਲ ਗਿਆ ਸੀ। ਐਂ ਕਹਿੰਦੇ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੇਸ ਹੋਰ ਪਾਵਾਂ ਇਹ 'ਤੇ ਜਾਂ ਇਹਨੂੰ ਬਰੀ ਕਰਾਂ। ਸੋ ਸਾਨੂੰ ਤਾਂ ਨਾ ਸਿਖਾਉਂਦੇ ਹੀ ਨਹੀਂ ਜੀ, ਸਾਨੂੰ ਤਾਂ ਬਾਹਾਂ ਬੂਹਾਂ 'ਤੇ ਲਿਖਣਾ ਹੀ ਸਿਖਾਉਂਦੇ ਨੇ, ਬਸ ਪਰਚੀ ਖਾ ਜਾਓ, 4 ਨੰਬਰ ਘੱਟ ਆ ਜਾਣਗੇ ਯਾਰ, ਤੁਸੀਂ ਸਰੀਰ ਤਾਂ ਨਾ ਘੱਟੋ ਘੱਟ ਰਿਸਕ 'ਤੇ ਪਾਓ, ਪਰਚੀ ਖਾ ਗਏ। ਪਤਾ ਨਹੀਂ ਕੀ ਸਿਖਾਈ ਹੈ ਸਾਨੂੰ ਯਾਰ, ਨਹੀਂ ਹੁਣ ਬਦਲਾਂਗੇ। ਆਪਣੇ ਕੋਲ ਬਹੁਤ ਵਧੀਆ ਮੌਕਾ ਹੈ ਹੁਣ, ਆਪਾਂ ਖਾਸ ਤੌਰ 'ਤੇ ਜਿਹੜਾ ਗਰੀਬ ਤਬਕਾ ਹੈ ਨਾ, ਗਰੀਬ ਤਬਕਾ ਬਹੁਤ ਪੜ੍ਹਨ ਨੂੰ ਤਿਆਰ ਹੈ, ਫਸਟ ਉਹੀ ਆਉਂਦੇ ਨੇ, ਕਿਉਂਕਿ ਗਰੀਬ ਨੂੰ ਇਹ ਹੁੰਦਾ ਨਾ ਕਿ ਆਹ ਕਿਤਾਬ ਮੇਰਾ ਅਤੇ ਮੇਰੇ ਘਰਦਿਆਂ ਦਾ ਜੀਵਨ ਪੱਧਰ ਬਦਲ ਸਕਦੇ ਆ, ਆਹ ਕਿਤਾਬ ਜਿਹੜੀ ਆ ਮੇਰੀ ਜ਼ਿੰਦਗੀ ਬਦਲ ਸਕਦੀ ਹੈ, ਉਹ ਇਸ ਤਰੀਕੇ ਨਾਲ ਜਨੂੰਨੀ ਹੋ ਕੇ ਪੜ੍ਹਦਾ। ਜਿਹੜੇ ਪਹਿਲੀ ਏਸੀਆਂ 'ਚ
ਜਾਂ ਫਿਰ ਵੱਡੀਆਂ ਗੱਡੀਆਂ 'ਚ ਜਾ ਕੇ ਪੜ੍ਹਨ ਜਾਂਦੇ ਨੇ, ਉਹ ਨਹੀਂ ਪੜ੍ਹ ਸਕਦੇ। ਉਹ ਕਿਤਾਬੀ ਕੀੜੇ ਭਾਵੇਂ ਬਣਾ ਲਓਗੇ ਉਹਨਾਂ ਨੂੰ, ਪਰ ਉਹ ਨਹੀਂ ਕਰ ਸਕਦੇ। ਉਹ ਆਹੀ ਤਾਂ ਫਰਕ ਪੈ ਗਿਆ ਹੁਣ। ਆ ਜਿਹੜੇ ਮੇਰੇ ਸਾਹਮਣੇ ਸਾਰੇ ਵਿਰੋਧੀ ਪਾਰਟੀ ਲੀਡਰ ਨੇ, ਕੋਈ ਸਰਕਾਰੀ ਸਕੂਲ 'ਚ ਨਹੀਂ ਪੜ੍ਹਿਆ ਹੋਇਆ, 'ਚੋਂ ਸਾਰੇ ਪਹਾੜਾਂ ਵਾਲੇ ਨੇ। ਪੰਜਾਬੀ ਨਹੀਂ ਆਉਂਦੀ, ਉਹ 'ਚ ਫਸ ਜਾਂਦੇ ਨੇ ਫਿਰ। ਪੰਜਾਬੀ ਆਉਂਦੀ ਨਹੀਂ ਕਿਉਂਕਿ ਉੱਥੇ ਤਾਂ ਪੰਜਾਬੀ ਤਾਂ ਹੈ ਨਹੀਂ ਉਹਨਾਂ 'ਚ, ਬੋਲਣੀ ਵੀ ਨਹੀਂ ਆਉਂਦੀ, ਲਿਖਣੀ ਤਾਂ ਦੂਰ ਦੀ ਗੱਲ ਹੈ, ਉਹਦੇ ਮਤਲਬ ਨਹੀਂ ਪਤਾ ਵੀ ਕੀ ਮਤਲਬ ਨਿਕਲਦੇ ਨੇ। ਆਹੀ ਫਰਕ ਹੈ ਬਸ। ਆਪਾਂ ਸਰਕਾਰੀ ਵਾਲੇ ਹਾਂ, ਆਪਾਂ ਆਪਦੀ ਬੋਰੀ ਨਾਲ ਲੈ ਕੇ ਜਾਂਦੇ ਹੁੰਦੇ ਸੀ। ਸਰਕਾਰੀ ਸਕੂਲ ਦਾ ਅਤੇ ਪ੍ਰਾਈਵੇਟ ਜਿਹੜੇ ਕਾਨਵੈਂਟ ਨੇ ਪਹਾੜਾਂ ਵਾਲੇ ਮਹਿੰਗੇ ਸਕੂਲ, ਉਹਨਾਂ ਦਾ ਇੱਕ ਬਹੁਤ ਵੱਡਾ ਫਰਕ ਹੈ। ਮੈਂ ਕਿਤੇ ਪੱਤਰਕਾਰ ਨੂੰ ਕਹਿਤਾ ਇੱਕ ਦਿਨ, ਮੈਂ ਕਿਹਾ ਵੀ ਜੋ ਕੰਮ ਸਰਕਾਰੀ ਕਰ ਸਕਦੇ ਨੇ ਪ੍ਰਾਈਵੇਟ ਨਹੀਂ ਕਰ ਸਕਦੇ? ਕਹਿੰਦੇ ਕੀ? ਮੈਂ ਕਿਹਾ ਵੀ ਪ੍ਰਾਈਵੇਟ ਇਕੱਲਾ ਪੜ੍ਹਾਉਂਦੇ ਨੇ, ਨੰਬਰ ਆਉਂਦੇ ਨੇ, ਪਰ ਸਰਕਾਰੀ ਨਾ ਪਰਸਨੈਲਿਟੀ ਡਿਵੈਲਪਮੈਂਟ ਕਰਦੇ ਆ, ਬੰਦੇ ਨੂੰ ਬਹੁਤ ਕੁਝ ਸਿਖਾਉਂਦੇ ਆ ਪੜ੍ਹਾਈ ਤੋਂ ਬਿਨਾਂ ਵੀ। ਕਹਿੰਦੇ ਕੀ ਮਤਲਬ? ਮੈਂ ਸਭ ਤੋਂ ਪਹਿਲਾਂ ਦੇਖੋ, ਸਰਕਾਰੀ ਸਕੂਲ ਫੈਸਲਾ ਲੈਣ ਦੀ ਸ਼ਕਤੀ ਪੈਦਾ ਕਰਦੇ ਆ ਸਰਕਾਰੀ ਸਕੂਲ। ਕਹਿੰਦੇ ਕਿਵੇਂ? ਮੈਂ ਘਰੋਂ ਚੱਲ ਪੈਂਦੇ ਹਾਂ, ਬਾਅਦ 'ਚ ਇਹ ਫੈਸਲਾ ਕਰਨਾ ਹੁਣ, ਘਰੋਂ ਤਾਂ ਚੱਲ ਪਿਆ, ਅੱਜ ਸਕੂਲ ਜਾਣਾ ਜਾਂ ਨਹੀਂ ਜਾਣਾ। ਕਿੱਡਾ ਵੱਡਾ ਫੈਸਲਾ ਹੈ ਜੀ, ਦੇਖੋ ਆਪ ਹੀ ਲੈਣਾ ਤੁਸੀਂ, ਠੀਕ ਹੈ ਨਾ? ਪ੍ਰਾਈਵੇਟ ਥੋੜ੍ਹੀ ਹੋ ਜਾਊਗਾ, ਉਹ ਤਾਂ ਫੋਨ ਆ ਜਾਊਗਾ ਉਹਦੀ ਘਰੇ, ਵੇਖ ਤੁਹਾਡਾ ਬੱਚਾ ਆਇਆ ਨਹੀਂ। ਸੇ ਕੰਮ ਇਕੱਲਾ ਸਰਕਾਰੀ ਕਰ ਸਕਦਾ। ਦੂਜਾ ਫਿਰ ਸਰਕਾਰੀ ਸਕੂਲ ਚਲੇ ਗਏ, ਜਾ ਕੇ ਫਿਰ ਇਹ ਫੈਸਲਾ ਲੈਣਾ, ਅੱਜ ਅੱਧੀ ਛੁੱਟੀ ਵੇਲੇ ਭੱਜਣਾ ਜਾਂ ਅੱਠਵੇਂ ਪੀਰ 'ਚ ਭੱਜਣਾ। ਇਹ ਵੀ ਫੈਸਲਾ ਬੜਾ ਔਖਾ ਹੈ। ਫਿਰ ਰਾਜਨੀਤਿਕ, ਲੋਕਤੰਤਰਿਕ ਜਾਂ ਡੈਮੋਕ੍ਰੇਸੀ ਬਹੁਤ ਸਿਖਾਉਂਦਾ ਸਕੂਲ। ਫਿਰ ਇਹ ਫੈਸਲਾ ਕਰਨਾ, ਇਕੱਲੇ ਨੇ ਭੱਜਣਾ ਜਾਂ ਦੋ ਚਾਰ ਨਾਲ ਲੈ ਲਈਏ, ਬਹੁਮਤ ਹੋ ਜੇ। ਇਹ ਬਹੁਤ ਵੱਡੀ ਪ੍ਰਸ਼ਨ, ਇਹ ਸਰਕਾਰੀ ਪ੍ਰਾਈਵੇਟ 'ਚ ਨਹੀਂ ਸਿਖਾ ਸਕਦੇ। ਫਿਰ ਉਹ ਤੋਂ ਬਾਅਦ ਇਹ ਫੈਸਲਾ ਕਰਨਾ, ਸਾਰੀ ਛੁੱਟੀ ਵੇਲੇ ਕੁੱਟਣਾ ਕੌਣ ਹੈ, ਅਤੇ ਇਹ ਵੀ ਦੇਖਣਾ ਉਹਦੇ ਨਾਲ ਕਿੰਨੇ ਨੇ, ਜੇ ਉਹਦੇ ਨਾਲ ਜ਼ਿਆਦਾ ਨੇ ਫਿਰ ਇਹ ਵੀ ਦੇਖਣਾ ਭੱਜਣਾ ਕਿੱਧਰ ਦੀ ਹੈ। ਕਿੰਨੀਆਂ ਚੀਜ਼ਾਂ ਸਿਖਾਉਂਦਾ ਸਰਕਾਰੀ ਸਕੂਲ ਯਾਰ। ਪ੍ਰਾਈਵੇਟ ਵਾਲਿਆਂ 'ਚ ਇਕੱਲਾ ਪੜ੍ਹਾਈ ਜਾਓ, ਪੜ੍ਹਾਈ ਜਾਓ। ਸੋ ਜ਼ਿੰਦਗੀ 'ਚ ਸਿਆਣੇ ਕਹਿੰਦੇ ਆ, ਟਰੱਕਾਂ 'ਤੇ ਵੀ ਲਿਖਿਆ ਹੁੰਦਾ, ਅਕਲ ਬਦਾਮ ਖਾ ਕੇ ਨਹੀਂ ਧੱਕੇ ਖਾ ਕੇ ਆਉਂਦੀ ਹੈ। ਪ੍ਰੈਕਟੀਕਲ ਤੁਹਾਨੂੰ ਜ਼ਿਆਦਾ ਸਿਖਾਉਂਦਾ ਹੈ ਥਿਓਰੀ ਨਾਲੋਂ, ਥਿਓਰੀ ਨਾਲੋਂ ਪ੍ਰੈਕਟੀਕਲ ਜ਼ਿਆਦਾ ਸਿਖਾਉਂਦਾ ਹੈ। ਜਿੰਨਾ ਤੁਸੀਂ ਘੁੰਮਦੇ ਹੋ, ਜਿੰਨਾ ਤੁਸੀਂ ਜਾਂਦੇ ਹੋ, ਤੁਹਾਨੂੰ ਉਹ ਹੋਰ ਧੋਖੇ ਹੋਣਗੇ ਦੋ ਚਾਰ ਤੁਹਾਡੇ ਨਾਲ, ਉੱਥੋਂ ਹੀ ਤਾਂ ਸਿੱਖੋਗੇ ਫਿਰ। ਜਿਹਨੇ ਕੋਈ ਗਲਤੀ ਨਹੀਂ ਕੀਤੀ ਇਹਦਾ ਮਤਲਬ ਉਹਨੇ ਕੋਈ ਕੰਮ ਵੀ ਨਹੀਂ ਕੀਤਾ ਫਿਰ। ਗਲਤੀ ਕੰਮ ਦੌਰਾਨ ਹੁੰਦੀ ਹੈ, ਹੋ ਜਾਂਦੀ ਹੈ, ਠੀਕ ਕਰ ਲਓ ਉਹਨੂੰ ਫਿਰ। ਹੁਣ ਗਲਤੀ ਵੀ ਤਾਂ ਉਹੀ ਕਰੂ ਜਿਹੜਾ ਕੰਮ ਕਰੂ, ਘਰੇ ਬੈਠੇ ਤੋਂ ਕੀ ਗਲਤੀ ਹੋ ਜੂਗੀ ਜੀ? ਸੋ ਆ ਜਿਹੜੇ ਹੁਣ ਪੈਦਾ ਜਿਹੜੇ ਲੀਡਰ ਨੇ, ਇਹਨੂੰ ਪਿੰਡਾਂ ਦੇ ਸਮੱਸਿਆ ਹੀ ਨਹੀਂ ਪਤਾ। ਹੁਣ ਜੇ ਡਾਕਟਰ ਨੂੰ ਪਤਾ ਹੀ ਨਾ ਹੋਵੇ ਕਿ ਬਿਮਾਰੀ ਕੀ ਹੈ, ਇਲਾਜ ਕੀ ਕਰੂਗਾ? ਨਾ ਉਹਨਾਂ ਨੂੰ ਗਰੀਬ ਦਾ ਘਰ ਦਾ ਪਤਾ ਨਕਸ਼ਾ, ਵੀ ਸਿਰ ਦੇ ਵਾਲ ਝੜ ਗਏ ਮਾਵਾਂ ਭੈਣਾਂ ਦੇ, ਖਾਸ ਤੌਰ 'ਤੇ SC ਦਲਿਤ ਭਾਈਚਾਰੇ ਦੀਆਂ ਮਾਵਾਂ ਭੈਣਾਂ ਦੇ ਵਾਲ ਝੜ ਗਏ ਸਿਰ ਦੇ। ਇਨੂੰ ਰੱਖਿਆ ਹੁੰਦਾ ਇੱਥੇ, ਇਨੂੰ ਕਹਿੰਦੇ ਆ ਸਾਡੇ ਇਲਾਕੇ 'ਚ ਨੂੰ, ਸਵੇਰੇ ਗੋਹੇ ਵਾਲਾ ਬੱਠਲ ਜਾਂ ਕੂੜੇ ਵਾਲਾ ਬੱਠਲ, ਤਸਲਾ ਕਹਿੰਦੇ ਆ ਤੁਹਾਡੇ ਕਨੀ, ਦੁਪਹਿਰੇ ਲੱਕੜਾਂ ਦੀ ਭਰੀ ਜਿਹੜੀ ਸ਼ਾਮ ਨੂੰ ਰੋਟੀ ਬਣਾਉਣੀ ਹੈ, ਸ਼ਾਮ ਨੂੰ ਚਰੀ ਜਾਂ ਬਰਸੀਮ ਦੀ ਪੰਡ ਜਿਹੜੇ ਪਸ਼ੂਆਂ ਨੂੰ ਲੈ ਕੇ ਆਉਣੇ, ਹਰ ਵਕਤ ਸਿਰ 'ਤੇ
ਕੋਈ ਨਾ ਕੋਈ ਪੰਡ ਕੋਈ ਨਾ ਕੋਈ ਭਾਰ ਪਿਆ ਰਹਿੰਦਾ, ਇਹ ਜਾਣਦੇ ਨੇ। ਇਹ ਤਾਂ ਜਾਣਨ ਨਾ ਜੇ ਆਪ ਦਿਹਾੜੀ ਕਰਨ ਕਿਸੇ ਨੂੰ ਦਿਹਾੜੀ ਵਾਸਤੇ ਪੁੱਛਣ ਗਏ ਹੋਣ, ਜਾਂ ਕਦੇ ਆਪ ਕਣਕ ਵੱਢੀ ਹੋਵੇ ਜਾਂ ਹੱਥੀ ਝੋਨਾ ਲਾਇਆ ਹੋਵੇ, ਇਹਨੂੰ ਕੀ ਪਤਾ ਗਰੀਬੀਆਂ ਕੀ ਹੁੰਦੀਆਂ ਨੇ। ਮੈਂ ਵੀ ਪਿੰਡ ਜਾਂਦਾ, ਮੇਰੇ ਅੱਜ ਮੇਰੇ ਵੀ ਉਹ ਮੇਰੀਆਂ ਚਾਚੀਆਂ ਤਾਈਆਂ ਭਾਬੀਆਂ ਉਹ ਮਿਲਦੀਆਂ ਰਹਿੰਦੀਆਂ, ਜਿਹੜੇ ਸਾਡੇ ਨਾਲ ਨੌਕਰ ਸੀਰੀ ਪਾਲੀ ਰਹੇ, ਅਸੀਂ ਸਾਰੇ ਇਕੱਠੇ ਰਹਿੰਦੇ ਸੀ, ਸਾਰੇ ਇਕੱਠੇ ਕੰਮ ਕਰਦੇ ਸੀ, ਇੱਕੋ ਖੇਤ ਹੈ, ਇੱਕੋ ਖਵਾਜਾ ਪੀਰ ਦਾ ਬੋਰ ਹੈ, ਉੱਥੇ ਮੱਥਾ ਟੇਕ ਕੇ ਬੋਰ ਚਲਾਉਂਦੇ ਸੀ। ਇਹਨੂੰ ਪਤਾ ਖਵਾਜਾ ਪੀਰ ਦਾ ਕਿ ਖਵਾਜਾ ਪੀਰ ਪਾਣੀ ਨਾਲ ਸੰਬੰਧਿਤ ਹੈ? ਨਾ, ਕਦੇ ਪਾਣੀ ਦੀ ਘਾਟ ਹੋਈ ਹੋਵੇ ਤਾਂ ਪਤਾ ਲੱਗੇ, ਨਹਿਰਾਂ ਤਾਂ ਜਾ ਕੇ ਖੇਤਾਂ 'ਚ ਖਤਮ ਹੋ ਜਾਂਦੀ ਇਹਨਾਂ ਦੇ। ਇਹਨਾਂ ਨੂੰ ਕੀ ਪਤਾ ਪਾਣੀ ਕੀ ਹੁੰਦਾ, ਇਹਨੂੰ ਕੀ ਪਤਾ ਪਾਣੀ ਦੀ ਵੈਲਿਊ ਕੀ ਹੁੰਦੀ ਹੈ, ਕੱਸੀ ਕੀ ਹੁੰਦੀ ਹੈ, ਸੂਆ ਕੀ ਹੁੰਦਾ, ਰਜਵਾਹ ਕੀ ਹੁੰਦਾ। ਆਹ ਦੁੱਖ ਰਿਹਾ ਮੈਨੂੰ ਕਿ ਯਾਰ ਇਹ ਉਹ ਬੰਦੇ ਰਾਜ ਕਰੀਏ ਜਿਹਨਾਂ ਨੂੰ ਕੱਖ ਨਹੀਂ ਪਤਾ, ਅੱਜ ਵੀ ਨਹੀਂ ਪਤਾ। ਸ਼ਰਤ ਲਾ ਲਓ, ਅੱਜ ਪੁੱਛ ਲਓ, ਸੁਖਬੀਰ ਬਾਦਲ ਕੋਲ ਗੰਨੇ ਵਾਲੇ ਚਲੇ ਗਏ ਜਦੋਂ ਡਿਪਟੀ ਸੀ ਐਮ ਸੀ, ਵੀ ਗੰਨੇ ਦਾ ਸਾਡਾ ਪੇਮੈਂਟ ਨਹੀਂ ਹੋ ਰਹੀ। ਕਹਿੰਦਾ ਹਾਂ ਮੈਨੂੰ ਪਤਾ ਹੈ, ਗੰਨਾ ਬੀਜਣਾ ਵੀ ਬਹੁਤ ਔਖਾ ਹੈ। ਉਹ ਕਹਿੰਦੇ ਕਿਵੇਂ? ਕਹਿੰਦੇ ਦੇਖ ਲਓ, ਗੁੜ ਦੀਆਂ ਛੋਟੀਆਂ ਛੋਟੀਆਂ ਡਲੀਆਂ ਕਰਕੇ ਐਂ ਧਰਤੀ 'ਚ ਐਂ ਦੱਬਣੀਆਂ ਪੈਂ, ਉਹਦੀ ਮੁੜਿਆ। ਕਹਿੰਦੇ ਛੱਡੋ ਪਰੇ ਰਹਿਣ ਦਿਓ ਮੁਆਵਜ਼ੇ ਨੂੰ ਪਹਿਲਾਂ ਇਹਨੂੰ, ਇਹ ਇਹੀ ਤਾਂ ਪਤਾ ਨਹੀਂ ਗੰਨਾ ਬੀਜਿਆ ਕਿਵੇਂ ਜਾਂਦਾ। ਉਹ ਤਾਂ ਪਤਾ ਹੋਵੇ ਕਦੇ ਖੇਤ ਗਿਆ ਹੋਵੇ। ਹਰਸਿਮਰਤ ਕੌਰ ਕਿਤੇ ਚਲੀ ਗਈ ਮੁਆਵਜ਼ਾ ਦੇਣ, ਝਨੀਰ ਸਰਦੂਰਗੜ੍ਹ ਕੋਲ ਝਨੀਰ, ਉਹਦਾ ਹਲਕਾ ਪੈਂਦਾ ਬਠਿੰਡਾ, ਉੱਥੇ ਕੋਈ ਹੜ੍ਹ ਆ ਗਏ ਸੀਗੇ, ਮੁਆਵਜ਼ਾ ਦੇਣ ਚਲੀ ਗਈ। ਇੱਕ ਬੰਦਾ ਕਹਿੰਦੇ ਮੇਰੇ 2 ਕਿੱਲੇ ਹਰੀਆਂ ਮਿਰਚਾਂ ਮਾਰੀਆਂ ਗਈਆਂ, ਮੁਆਵਜ਼ਾ ਦਿਓ ਜੀ। ਉਹਨੇ ਪੁੱਛ ਲਿਆ ਸਰਪੰਚ ਨੂੰ, ਹਰੀਆਂ ਮਿਰਚਾਂ ਕੀ ਭਾਅ ਵਿਕਦੀਆਂ? ਉਹ ਕਹਿੰਦੀ ਉਹ ਕਹਿੰਦਾ ਹਰੀਆਂ ਮਿਰਚਾਂ 2500-2600 ਵਿਕ ਜਾਂਦੀਆਂ, ਲਾਲ ਵਿਕ ਜਾਂਦੀਆਂ ਜੀ 5600-6000 ਤੱਕ। ਕਹਿੰਦੇ ਫਿਰ ਕਮਲੇ ਹੋ ਤੁਸੀਂ, ਤੁਸੀਂ ਹਰੀਆਂ ਕਿਉਂ ਬੀਜਦੇ, ਸਿੱਧੀਆਂ ਲਾਲ ਹੀ ਬੀਜਿਆ ਕਰੋ। ਲੈ ਹੁਣ ਕਿਵੇਂ ਪਤਾ, ਕਿਵੇਂ ਦੱਸੀ ਉਹਨੂੰ ਵੀ ਹਰੀਆਂ ਤੋਂ ਲਾਲ ਬਣਦੀਆਂ ਨੇ? ਨਹੀਂ ਪਤਾ ਨਾ ਜੀ, ਸਮੱਸਿਆਵਾਂ ਦਾ ਨਹੀਂ ਪਤਾ। ਗੱਲਾਂ ਸਹੀ ਲੱਗ ਰਹੀਆਂ ਨੇ, ਸੱਚੀਆਂ ਲੱਗ ਰਹੀਆਂ ਨੇ, ਤਾੜੀਆਂ ਮਾਰ ਕੇ ਥੋੜ੍ਹਾ ਹੌਸਲਾ ਵਧਾ। ਦੱਸ ਦਿਓ, ਜ਼ਿਆਦਾ ਟਾਈਮ ਤਾਂ ਨਹੀਂ ਲੈ ਰਿਹਾ, ਆਪਾਂ ਜਲੰਧਰ ਵਾਲੇ ਪਾਸੋਂ ਲੰਘ ਜਾਂਦੇ ਹਾਂ। ਹੈ ਆਪਣਾ ਕੀ ਹੈ, ਜਾ ਕੇ ਉੱਥੇ ਵੀ ਸੱਚ ਬੋਲਣਾ। ਸੱਚ ਬੋਲਣ ਦਾ ਇੱਕੋ ਹੀ ਫਾਇਦਾ ਹੁੰਦਾ, ਉਹਨੂੰ ਇੱਕ ਵਾਰੀ ਬੋਲ ਕੇ ਦੁਬਾਰੇ ਯਾਦ ਨਹੀਂ ਰੱਖਣਾ ਪੈਂਦਾ। ਜਦੋਂ ਬੋਲੋਗੇ ਸੱਚ ਹੀ ਬੋਲੋਗੇ ਬਸ। ਸੋ ਇਹ ਤਾਂ ਮੈਂ ਸੁਣਾ ਰਿਹਾ ਕਿਉਂਕਿ ਭਗਤ ਕਬੀਰ ਜੀ ਇਹ ਗੱਲਾਂ ਕਹਿੰਦੇ ਰਹੇ ਨੇ ਕਿ ਜਿਹੜੇ ਉੱਚੇ ਕਹਾਉਂਦੇ ਆਪਣੇ ਆਪ ਨੂੰ, ਉਹਨਾਂ ਨੂੰ ਨੀਵਿਆਂ ਤੋਂ ਸਿੱਖਣਾ ਪਊਗਾ, ਨੀਵਿਆਂ ਦੇ ਨਾਲ ਨਿਭਾਉਣੀ ਪਊਗੀ। ਹਾਂ, ਮੈਂ ਨੀਵਾਂ ਮੇਰਾ ਮੁਰਸ਼ਦ ਉੱਚਾ, ਅਸੀਂ ਉੱਚਿਆਂ ਦੇ ਸੰਗ ਲਾਈ, ਸਦ ਕੇ ਜਾਈਏ ਉਹਨਾਂ ਉੱਚਿਆਂ ਦੇ ਜਿਹਨਾਂ ਨੀਵਿਆਂ ਸੰਗ ਨਿਭਾਈ। ਸੋਹਣੀ ਸੂਰਤ 'ਤੇ ਆਸ਼ਕ ਹੋਣਾ ਕਾਹਦੀ ਹੈ ਵਡਿਆਈ, ਸੋਹਣੀ ਸੂਰਤ 'ਤੇ ਆਸ਼ਕ ਹੋਣਾ ਕਾਹਦੀ ਹੈ ਵਡਿਆਈ, ਆਸ਼ਕ ਹੋ ਤੂੰ ਉਸ ਸੋਹਣੇ ਦਾ ਜਿਸ ਇਹ ਸ਼ਕਲ ਬਣਾਈ। ਸੋ ਪਰਮਾਤਮਾ ਲੋਕਾਂ 'ਚ ਹੀ ਵੱਸਦਾ, ਪਰਮਾਤਮਾ ਲੋਕਾਂ 'ਚ ਹੀ ਵੱਸਦਾ। ਮੈਂ ਤਾਂ ਕੰਮ ਜਦੋਂ ਮੈਂ ਛੱਡਿਆ, ਮੈਨੂੰ ਵੀ ਲੜਾਈ ਹੋਈ ਸਾਡੇ ਘਰੇ, ਵੀ ਸਾਡੇ ਯਾਰਾਂ ਦੋਸਤਾਂ ਨੇ ਵੀ ਕਿਹਾ ਕੀ ਕਿੱਧਰ ਪੈਂਦਾ ਯਾਰ, ਟੋਬਿਆਂ ਦੇ ਮੌਕੇ ਦੇਖੀ ਜਾਏਗਾ, ਉੱਥੇ ਨਾਲੀਆਂ 'ਚ ਫਿਰਦਾ ਰਹੇਗਾ। ਮੈਂ ਕੁਛ ਨਹੀਂ ਹੁੰਦਾ ਯਾਰ, ਇਹ ਕਿਹੜੀ ਗੱਲ ਹੈ ਯਾਰ, ਮੈਂ ਕੈਸਟਾਂ ਸੀਡੀਆਂ ਕੱਢ ਕੇ ਦੁਨੀਆਂ ਤੋਂ ਤੁਰ ਜਾਂ, ਮੇਰੇ ਅੱਖਾਂ ਸਾਹਮਣੇ ਪੰਜਾਬ ਖਤਮ ਹੋ ਜਾਂਦਾ, ਜ਼ਿਆਦਾ ਨਹੀਂ ਤਾਂ ਮੈਂ ਘੱਟੋ ਘੱਟ ਯਾਰ ਹਾ ਦਾ ਨਾਰਾ ਤਾਂ ਮਾਰ ਸਕਦਾ, ਮੈਂ ਵਿਰੋਧ ਤਾਂ ਕਰ ਸਕਦਾ, ਮੇਰੇ ਕਹੇ 'ਤੇ ਬਦਲੇ ਨਾ ਬਦਲੇ, ਲੇਕਿਨ ਘੱਟੋ ਘੱਟ ਮੈਂ ਦੂਜੇ ਪਾਸੇ ਖੜ ਤਾਂ ਸਕਦਾ, ਇਹ 'ਚ ਕਿਹੜੀ ਗੱਲ ਹੈ ਯਾਰ। ਮੈਂ ਕਿਹਾ ਮੇਰਾ ਮੇਰੀ ਮਰਜ਼ੀ ਹੈ, ਮੈਂ ਕੋਈ ਏਟੀਐਮ ਥੋੜ੍ਹੀ ਹਾਂ ਮੇਰੇ 'ਚੋਂ ਪੈਸੇ ਕੱਢੀ ਜਾਣਗੇ ਸਾਰੇ। ਇੱਕ ਜੰਗਲ 'ਚ ਅੱਗ ਲੱਗ ਗਈ, ਸਾਰੇ ਜਾਨਵਰ ਭੱਜਣ ਲੱਗ ਗਏ, ਇਕੱਲੀ ਚਿੜੀ ਸੀ,
ਚੁੰਝ ਦੇ ਵਿੱਚ ਪਾਣੀ ਭਰਿਆ ਕਰੇ ਛੱਪੜ 'ਚੋਂ, ਅੱਗ 'ਤੇ ਪਾ ਦਿਆ ਕਰੇ, ਫਿਰ ਪਾਣੀ ਭਰਿਆ ਕਰੇ ਚੁੰਝ 'ਚ, ਅੱਗ 'ਤੇ ਪਾਇਆ ਕਰੇ, ਫਿਰ ਪਾਣੀ ਭਰਿਆ ਅੱਗ 'ਤੇ। 15-20 ਵਾਰ ਜਦੋਂ ਇੱਦਾਂ ਕੀਤਾ ਕਿ ਚੁੰਝ 'ਚ ਪਾਣੀ ਭਰ ਕੇ ਛੱਪੜ 'ਚੋਂ ਅੱਗ 'ਤੇ ਪਾਇਆ ਕਰੇ, ਤਾਂ ਦੂਜੇ ਜਾਨਵਰ ਹੱਸਣ ਲੱਗ ਗਏ, ਮਜ਼ਾਕ ਕਰਨ ਲੱਗ ਗਏ। ਉਹ ਕਹਿੰਦੇ ਚਿੜੀਏ ਕਮਲੀਆਂ ਭੋਲੀਆਂ, ਇਹ ਜੰਗਲ ਦੀ ਅੱਗ ਹੈ, ਇਹ ਤੇਰੀ ਚੁੰਝ ਦੇ ਪਾਣੀ ਨਾਲ ਨਹੀਂ ਬੁਝਣੀ, ਭੱਜਣ ਦੀ ਕਰ, ਭੱਜ ਆ। ਉਹ ਕਹਿੰਦੀ ਮੈਨੂੰ ਪਤਾ ਹੈ ਕਿ ਮੇਰੀ ਚੁੰਝ ਦੇ ਪਾਣੀ ਨਾਲ ਅੱਗ ਨਹੀਂ ਬੁਝਣੀ, ਪਰ ਜਦੋਂ ਜੰਗਲ ਦੀ ਹਿਸਟਰੀ ਲਿਖੀ ਜਾਊਗੀ ਤਾਂ ਤੁਹਾਡਾ ਨਾਮ ਤਮਾਸ਼ਾ ਦੇਖਣ ਵਾਲਿਆਂ 'ਚ ਅਤੇ ਡਰ ਕੇ ਭੱਜਣ 'ਚ ਲਿਖਿਆ ਜਾਊ, ਮੇਰਾ ਇਕੱਲੀ ਦਾ ਨਾਮ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲਿਆਂ 'ਚ ਲਿਖਿਆ ਜਾਊ। ਕੋਸ਼ਿਸ਼ ਤਾਂ ਕਰੋ। ਜੇ ਭਗਤ ਸਿੰਘ ਹੋਰੀ ਕਹਿ ਦਿੰਦੇ ਆਪਾਂ ਕੀ ਲੈਣਾ, ਆਪਾਂ ਕਹਿ ਦਿੰਦੇ ਆਮ ਤੌਰ 'ਤੇ ਰਾਜਨੀਤੀ ਬਾਰੇ, ਚਲੋ ਆਪਾਂ ਕੀ ਲੈਣਾ, ਕਿਉਂ ਨਹੀਂ ਲੈਣਾ ਬਈ? ਹਰ ਗੱਲ ਨੂੰ ਰਾਜਨੀਤੀ ਪ੍ਰਭਾਵਿਤ ਕਰਦੀ ਹੈ। ਤੁਹਾਡੇ ਚੁੱਲ੍ਹੇ ਦੀ ਅੱਗ ਰਾਜਨੀਤੀ ਡਿਸਾਈਡ ਕਰਦੀ ਹੈ ਕਿ ਅੱਜ ਬਲਣੀ ਹੈ, ਕਿੰਨੀ ਮਹਿੰਗੀ ਬਲਣੀ ਹੈ, ਕਿੰਨੀ ਸਸਤੀ ਬਲਣੀ ਹੈ, ਇਹ ਰਾਜਨੀਤੀ ਡਿਸਾਈਡ ਕਰਦੀ ਹੈ। ਅਤੇ ਆਪਾਂ ਰਾਜਨੀਤੀ ਤੋਂ ਮੂੰਹ ਕਿਉਂ ਮੋੜਦੇ ਹਾਂ ਬਈ? ਵੀ ਚਲੋ ਛੱਡ ਪਰੇ, ਆਪਾਂ ਕੀ ਲੈਣਾ, ਕਿਉਂ ਨਹੀਂ ਲੈਣਾ? ਆਓ ਰਾਜਨੀਤੀ 'ਚ, ਆਓ ਰਾਜਨੀਤੀ 'ਚ ਆ ਕੇ ਆਪ ਬੈਠੋ। ਆਪ ਮਰੇ ਬਿਨਾਂ ਕੋਈ ਸੁਰਗਾਂ ਨੂੰ ਨਹੀਂ ਜਾਂਦਾ। ਜੇ ਕਿਸੇ ਫਸਲ ਨੂੰ ਸੁੰਡੀ ਲੱਗ ਜੇ, ਕੋਈ ਸਪਰੇਅ ਕਰਨ ਪਰ ਕਰਨੀ ਪੈ ਜੇ, ਤਾਂ ਬਾਹਰੋਂ ਡਲੇ ਮਾਰ ਕੇ ਜਾਂ ਰੋੜੇ ਮਾਰ ਕੇ ਥੋੜ੍ਹੀ ਹੋਊਗਾ, ਸਪਰੇਅ ਵੀ ਬਾਹਰ ਕਰੀ ਜਾਓਗੇ ਤਾਂ ਵੀ ਨਹੀਂ ਕੁਛ ਹੁੰਦਾ। ਢੋਲੀ ਮੋਢੇ 'ਤੇ ਰੱਖ ਕੇ ਸਪਰੇਅ ਵਾਲੀ ਅੰਦਰ ਵੜਨਾ ਪੈਂਦਾ, ਅੰਦਰ ਗਟਰ ਸਾਫ਼ ਕਰਨਾ ਤਾਂ ਗਟਰ ਦੇ ਵਿੱਚ ਉਤਰਨਾ ਪੈਂਦਾ, ਬਾਹਰੋਂ ਰੌਲਾ ਪਾ ਕੇ ਨਹੀਂ ਹੁੰਦਾ ਕੰਮ। ਸੋ ਇਸ ਕਰਕੇ ਜਦੋਂ ਮੈਂ ਛੱਡਿਆ, ਮੈਨੂੰ ਵੀ ਲੱਗ ਕੇ ਕਹਿਣਾ, ਹੁਣ ਵੀ ਕਈ ਵਾਰੀ ਮੇਰੇ ਕਦਾ ਕਹਿ ਦਿੰਦਾ, ਮੇਰੇ ਵਰਗੇ ਕਮਲੇ ਨੂੰ ਇੱਕ ਬੰਦਾ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਾਰ 'ਤੇ ਲਾ ਲੈਂਦਾ, ਹੁਣ ਤੱਕ ਤੂੰ ਮੇਰਿਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ, ਪੈਸੇ ਨਾਲ ਪੁਜੀਸ਼ਨ ਬਣਦੀ, ਕੋਈ ਕਾਰੋਬਾਰ ਚਲਾ ਲੈਂਦਾ, ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ। ਅੱਗਿਓਂ ਫਿਰ ਜਵਾਬ ਆਇਆ, ਗੱਲ ਤਾਂ ਤੇਰੀ ਠੀਕ ਹੈ ਮਿੱਤਰਾ, ਮੈਂ ਪੈਸੇ ਬਹੁਤ ਕਮਾ ਲੈਂਦਾ, ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ, ਪਰ ਰੁੱਖਾਂ ਨਾਲ ਛਾਵਾਂ ਮਿਟਦੀਆਂ, ਇਹ ਸਮਾਂ ਸਭ ਨੂੰ ਢਾ ਲੈਂਦਾ। ਉਹ ਕਿੰਨੇ ਧਨੀ ਹੋ ਹੋ ਤੁਰ ਗਏ, ਕੌਣ ਕਿਸੇ ਦਾ ਨਾਂ ਲੈਂਦਾ, ਕੌਣ ਲਿਖਦਾ ਫਿਰ ਸੱਚੀ ਗੁਰਬਾਣੀ, ਜੇ ਨਾਨਕ ਹੱਟੀ ਪਾ ਲੈਂਦਾ। ਜੇ ਗੁਰੂ ਨਾਨਕ ਦੇਵ ਜੀ ਦੁਕਾਨ ਖੋਲ੍ਹ ਕੇ ਬਹਿ ਜਾਂਦੇ, ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ, ਪੰਜਿਆਂ ਨਾਲ ਪਹਾੜ ਕੌਣ ਰੋਕਦਾ, ਭਾਈ ਲਾਲੋ ਅਤੇ ਮਲਕ ਭਾਗੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ, ਕਿਰਤ ਕਰੋ ਵੰਡ ਛਕੋ ਦਾ ਹੋਕਾ ਕੌਣ ਦਿੰਦਾ, ਫਰਕ ਹੁੰਦਾ। ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ, ਕਿਸੇ ਹੋਰ ਵਾਸਤੇ, ਹੋਰ ਦੇ ਕੰਮ ਆਉਣਾ ਵੀ ਬਹੁਤ ਨਜ਼ਾਰੇਦਾਰ ਗੱਲ ਹੁੰਦੀ ਹੈ। ਉਹਦਾ ਨਜ਼ਾਰਾ ਲੈ ਕੇ ਦੇਖਿਓ, ਕਦੇ ਕਿਸੇ ਹੋਰ ਦੇ ਕੰਮ ਆ ਕੇ ਦੇਖਿਓ, ਜੋ ਤੁਹਾਨੂੰ ਸਕੂਨ ਮਿਲੂ ਉਹਦਾ ਦੁਨੀਆ ਦੀ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਕਿ ਯਾਰ ਮੈਂ ਅੱਜ ਕਿਸੇ ਦੇ ਕੰਮ ਆ ਗਿਆ। ਯਾਰ ਆਪਦੇ ਵਾਸਤੇ ਤਾਂ ਦੁਨੀਆ ਹੀ ਕਰਦੀ ਹੈ, ਆਪਦੇ ਵਾਸਤੇ ਹਰੇ ਕਰਦਾ। ਆਪਣੇ ਕੋਲ ਕਿੰਨਾ ਭਗਤ ਪਿੰਗਲਵਾੜੇ ਵਾਲੇ ਭਗਤ ਪੂਰਨ ਸਿੰਘ ਜੀ, ਕਿਆ ਉਹਨਾਂ ਨੇ ਸੇਵਾ, ਅੱਜ ਵੀ ਚਲੀ ਜਾਂਦੇ ਸੇਵਾ 'ਚ, ਕਿਆ ਉਹਨਾਂ ਨੇ ਨਾਮ, ਰਾਸ਼ਟਰਪਤੀ ਕਿਹੜੇ ਛੋਟੇ ਅਵਾਰਡ ਛੋਟੇ ਰਹਿ ਜਾਂਦੇ ਨੇ ਜੀ, ਅਵਾਰਡ ਛੋਟੇ ਰਹਿ ਜਾਂਦੇ ਆ ਇਹਨਾਂ ਚੀਜ਼ਾਂ ਦੇ ਵਿੱਚ, ਬੜੇ ਪਏ ਨੇ। ਅੱਜ ਵੀ NGO ਬਹੁਤ ਚੱਲ ਰਹੇ ਨੇ ਜਿਹੜੇ ਨਿਸ਼ਕਾਮ ਸੇਵਾ ਕਰ ਰਹੇ ਆ, ਬਾਬਾ ਸੇਵਾ ਸਿੰਘ ਜੀ ਉਹ ਬੜੀ ਸੇਵਾ ਕਰ ਰਹੇ, ਉਹਨਾਂ ਦੀ ਆਪਣੇ ਆਪਣਾ ਇੱਕ ਉਹਨਾਂ ਦੇ ਆਪਦੀ ਇੱਕ ਲਿਵ ਲੱਗੀ ਹੋਈ ਹੈ। ਬੜੇ ਖਾਸ ਤੌਰ 'ਤੇ ਦੁਆਬੇ 'ਚ ਤਾਂ ਬਹੁਤ ਸਾਰੇ ਸੰਤ ਮਹਾਤਮਾ ਪੀਰ ਫਕੀਰ ਜਿਹੜੇ ਨਿਸ਼ਕਾਮ ਸੇਵਾ ਕਰ ਰਹੇ ਨੇ, ਕੁਛ ਲੈਣਾ ਦੇਣਾ ਨਹੀਂ ਉਹਨਾਂ ਨੂੰ ਦੁਨੀਆ ਨਾਲ, ਕੋਈ ਮਾਇਆ ਨਾਲ ਕੁਛ। ਜਦੋਂ ਬੰਦਾ ਨਾ ਆ ਮੋਹ ਮਾਇਆ ਤੋਂ ਉੱਪਰ ਉੱਠ ਜਾਏ ਨਾ, ਫਿਰ ਉਦੋਂ ਇੱਕ ਹੋਰ ਸਟੇਜ ਆ ਜਾਂਦੀ ਹੈ, ਉਦੋਂ ਫਿਰ ਆ ਛੋਟੀਆਂ ਲੱਗਣ ਲੱਗ ਜਾਂਦੀਆਂ ਚੀਜ਼ਾਂ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ,
ਇਹ ਹੈਗੀ ਹੈ ਜੀ ਗੱਲ 26 ਦਸੰਬਰ 2018 ਦੀ। ਪਾਰਲੀਮੈਂਟ ਚੱਲ ਰਹੀ ਸੀ, ਮੈਂ ਐਮ ਪੀ ਸੀ ਸੰਗਰੂਰ ਤੋਂ, ਤਾਂ 27 ਦਸੰਬਰ ਨੂੰ ਆਪਾਂ ਮਨਾਉਂਦੇ ਹਾਂ ਸ਼ਹੀਦੀ ਦਿਹਾੜਾ ਛੋਟੇ ਸਾਹਿਬਜ਼ਾਦਿਆਂ ਦਾ। ਤਾਂ ਮੈਂ 26 ਨੂੰ ਇੱਕ ਅਰਜ਼ੀ ਲੈ ਕੇ, ਐਪਲੀਕੇਸ਼ਨ ਲੈ ਕੇ ਗਿਆ, ਮੈਡਮ ਸਪੀਕਰ ਸੀ ਸੁਮਿਤਰਾ ਮਹਾਜਨ ਉਹਦੇ ਕਮਰੇ 'ਚ, ਉਹ ਤੋਂ ਪਹਿਲਾਂ ਮੈਂ ਕੰਪਿਊਟਰ ਦੇ ਵਿੱਚ, ਰਾਜਕੁਮਾਰ ਜੀ ਜਾਣਗੇ ਹੁਣ ਉੱਥੇ, ਇਹਨਾਂ ਨੂੰ ਇੱਕ ਪਾਸਵਰਡ ਮਿਲੂਗਾ ਕਿ ਉਹ ਹਰੇਕ ਐਮ ਪੀ ਨੂੰ ਅਲੱਗ ਅਲੱਗ ਮਿਲਦਾ, ਆਪਦਾ ਪਾਸਵਰਡ ਚੇਂਜ ਕਰ ਸਕਦੇ ਨੇ ਇਹ, ਉਹ ਇਹ ਚੈੱਕ ਕਰ ਸਕਦੇ ਨੇ ਕਿ ਇਦੋਂ ਪਹਿਲਾਂ ਇਹ ਸਵਾਲ ਕਿਸੇ ਨੇ ਪੁੱਛਿਆ, ਤਾਂ ਕੰਪਿਊਟਰ ਸਾਰਾ ਦੱਸ ਦਿੰਦਾ ਵੀ ਹਾਂ ਇਹਨੇ ਪੁੱਛਿਆ ਸੀ ਇੰਨੇ ਸਾਲ 'ਚ, ਅੱਜ ਤੋਂ 25 ਸਾਲ ਪਹਿਲਾਂ, 30 ਸਾਲ ਪਹਿਲਾਂ। ਮੈਂ ਉੱਥੇ ਲਿਖ ਕੇ ਪਾਤਾ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਕਦੇ ਪਾਰਲੀਮੈਂਟ 'ਚੋਂ ਸ਼ਰਧਾਂਜਲੀ ਦਿੱਤੀ ਗਈ ਹੈ? ਉਹ 'ਤੇ ਆ ਗਿਆ ਨੈਵਰ ਐਵਰ, ਕਦੇ ਵੀ ਨਹੀਂ। ਮੈਂ ਐਪਲੀਕੇਸ਼ਨ ਲਿਖੀ, ਮੈਡਮ ਸਪੀਕਰ ਕੋਲ ਗਿਆ, ਮੈਂ ਕਿਹਾ ਜੀ ਕੱਲ੍ਹ ਨੂੰ ਇੱਦਾਂ ਕਰਕੇ, ਬਹੁਤ ਵੱਡੀ ਕੁਰਬਾਨੀ ਹੈ, ਲਾਮਿਸਾਲ ਕੁਰਬਾਨੀ ਹੈ ਛੋਟੇ ਸਾਹਿਬਜ਼ਾਦਿਆਂ ਦੀ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੀ, ਅਤੇ ਉਹਦੇ ਬਾਰੇ ਨਾ ਤੁਸੀਂ ਨਾਲੇ ਤਾਂ ਅੱਧੇ ਘੰਟੇ ਦੀ ਡਿਬੇਟ ਕਰੋ ਤਾਂ ਕਿ ਪਤਾ ਲੱਗੇ ਆਉਣ ਵਾਲੀਆਂ ਪੀੜ੍ਹੀਆਂ ਨੂੰ, ਅਤੇ ਨਾਲੇ ਉਹਨਾਂ ਨੂੰ ਸ਼ਰਧਾਂਜਲੀ ਦਿਓ ਜੀ, ਮੌਨ ਰੱਖੋ। ਉਹ ਕਹਿੰਦੇ ਪਹਿਲੇ ਤੋਂ ਕੀਆ ਨਹੀਂ ਗਿਆ? ਮੈਂ ਕਿਹਾ ਇਹੀ ਤਾਂ ਦੁੱਖ ਹੈ ਜੀ, ਪਹਿਲਾਂ ਕਿਉਂ ਨਹੀਂ ਕੀਆ ਗਿਆ, ਤੁਸੀਂ ਸ਼ੁਰੂ ਕਰ ਦਿਓ ਜੀ। ਕਹਿੰਦੇ ਉਹ TDP ਵਾਲੇ ਚੱਲਣੇ ਨਹੀਂ ਦੇ ਰਹੇ, ਪਾਰਲੀਮੈਂਟ ਚੱਲ ਨਹੀਂ ਰਹੀ। ਮੈਂ ਕਿਹਾ ਉਹਨਾਂ ਨੂੰ ਮੈਂ ਆਪ ਹੀ ਮਨਾ ਲਊਂਗਾ, ਮੈਂ ਉਹਨਾਂ ਨੂੰ ਮਨਾ ਲਊਂਗਾ, ਤੁਸੀਂ ਸ਼ਰਧਾਂਜਲੀ ਦੇਣ ਦੀ ਗੱਲ ਕਰੋ ਔਰ ਔਨ ਰਿਕਾਰਡ ਦਿਓ। ਕਹਿੰਦੇ ਠੀਕ ਹੈ, ਆਹ ਮੈਨੂੰ ਡਿਟੇਲ ਦਿਓ, ਸਾਰਾ ਦੱਸਤਾ ਮੈਂ 1705 ਈਸਵੀ ਦੇ ਵਿੱਚ ਇਸ ਤਰ੍ਹਾਂ ਸੂਬਾ ਸਰਹੰਦ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਚੁਣਿਆ। ਅਗਲੇ ਦਿਨ ਮੈਂ 10 ਵਜੇ ਆਇਆ, ਪਾਰਲੀਮੈਂਟ 11 ਚੱਲਦੀ ਹੈ, ਮੈਂ ਉਹਨਾਂ ਦੇ ਦਫ਼ਤਰ ਚਲਾ ਗਿਆ TDP ਵਾਲਿਆਂ ਦੇ, ਚੰਦਰਬਾਬੂ ਨਾਇਡੂ ਦੀ ਪਾਰਟੀ ਸੀ, ਅਤੇ ਉਹ ਇਸ ਗੱਲ 'ਤੇ ਕਰ ਰਹੇ ਸੀ ਗੁੱਸਾ ਕਿ ਸਾਡੇ ਆਂਧਰਾ ਪ੍ਰਦੇਸ਼ ਨੂੰ ਸਪੈਸ਼ਲ ਸਟੇਟ ਦਾ ਦਰਜਾ ਦਿਓ। ਉਹ ਬੈਲ ਚਾ ਕੇ ਰੌਲਾ ਪਾਉਂਦੇ ਸੀ, ਪਾਰਲੀਮੈਂਟ ਚੱਲਦੀ ਨਹੀਂ ਸੀ। ਮੈਂ ਉਹਨਾਂ ਨੂੰ ਕਿਹਾ ਦੇਖੋ ਮੈਂ ਤੁਹਾਡੇ ਕਈ ਵਾਰੀ ਕੰਮ ਆਇਆ। ਕਹਿੰਦੇ ਹਾਂ, ਆਪ ਮਾਰੀ ਸਪੋਰਟ ਕਰਦੇ ਹੋ, ਤਾਂ ਹੁਣ ਮੇਰਾ ਇੱਕ ਕੰਮ ਕਰ ਦਿਉ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨਾਲ ਅੱਜ ਸ਼ਰਧਾਂਜਲੀ ਦਿਵਸ ਹੈ, ਅੱਜ ਸ਼ਰਧਾਂਜਲੀ ਹੋ ਲੈਣ ਦਿਉ, ਉਹਨਾਂ 'ਚ ਰੌਲਾ ਨਾ ਪਾਇਓ। ਉਹ ਤੋਂ ਬਾਅਦ ਜੋ ਮੈਂ ਜਾਊਂਗਾ ਤੁਹਾਡੇ ਨਾਲ ਤੁਹਾਡੀ ਮੰਗ ਵਾਸਤੇ। ਕਹਿੰਦੇ ਠੀਕ ਹੈ। ਉਹਨਾਂ ਦੇ ਲੀਡਰ ਨੇ ਕਹਿਤਾ ਕਿ ਮਾਨ ਸਾਹਿਬ ਨੇ ਕਿਹਾ ਜਿਤਨੀ ਦੇਰ ਸ਼ਰਧਾਂਜਲੀ ਔਰ ਮੌਨ ਨਹੀਂ ਹੋਤਾ ਹਮ ਕੁਛ ਨਹੀਂ ਕਹੇ। ਠੀਕ ਠੀਕ ਆ ਗਏ ਜੀ, ਚੱਲ ਪੀ ਸਭਾ, ਉਹ ਆਏ ਨਹੀਂ, ਤਾਂ ਮੈਡਮ ਸਪੀਕਰ ਨੇ ਸ਼ੁਰੂ ਕੀਤਾ। ਮੇਰੇ ਦਿਲ ਨੂੰ ਇੰਨੀ ਤਸੱਲੀ, ਇੰਨਾ ਸਕੂਨ ਕਦੇ ਜ਼ਿੰਦਗੀ 'ਚ ਨਹੀਂ ਮਿਲਿਆ। ਉਸ ਦਿਨ ਤੋਂ ਬਾਅਦ ਮੇਰਾ ਪ੍ਰਧਾਨਗੀਆਂ ਛੋਟੀਆਂ ਮੋਟੀਆਂ ਆਹ ਗੱਲਾਂ ਜਿਹੜੀਆਂ ਨਾ ਬਹੁਤ ਛੋਟੀਆਂ ਲੱਗਣ ਲੱਗ ਗਈਆਂ। ਪਰਮਾਤਮਾ ਕਿਸੇ ਬੰਦੇ ਤੋਂ ਐਡਾ ਵੱਡਾ ਕੰਮ ਵੀ ਕਰਵਾ ਸਕਦਾ। ਮੈਂ ਆਪਣੇ ਆਪ ਨਾਲ ਗੱਲ ਕੀਤੀ ਕਿ ਪਹਿਲੀ ਵਾਰ ਹੋਇਆ ਲੋਕ ਸਭਾ ਦੇ ਵਿੱਚ 27 ਦਸੰਬਰ 2018 ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਔਨ ਰਿਕਾਰਡ ਸ਼ਰਧਾਂਜਲੀ ਦਿੱਤੀ ਗਈ। ਪਹਿਲੀ ਵਾਰ ਹੋਇਆ ਹੈ, ਪਹਿਲੀ ਵਾਰ। ਅੱਧੇ ਘੰਟੇ ਦੀ ਡਿਬੇਟ ਹੋਈ ਜਿਹਦੇ 'ਚ ਮੈਂ ਵੀ ਬੋਲਿਆ, ਜਿਹਦੇ 'ਚ ਉੱਧਰੋਂ ਆਲੂਵਾਲੀਆ ਉਹਨਾਂ ਦੇ ਐਮ ਪੀ ਨੇ ਬੰਗਾਲ ਤੋਂ ਸਿਲ ਉੱਤੋਂ ਦਾਰਜੀਲਿੰਗ ਤੋਂ ਜਿੱਤ ਕੇ ਆਉਂਦੇ ਨੇ, ਉਹ ਵੀ ਬੋਲੇ ਪੰਜਾਬੀ ਨੇ। ਰਣਜੀਤਾ ਰੰਜਨ ਉਹ ਜਿਹੜੀ ਉਹ ਐਮ ਪੀ ਹੈ ਹੁਣ ਰਾਜ ਸਭਾ 'ਚ, ਸਾਰੇ ਜਿੰਨੇ ਵੀ ਪੰਜਾਬ ਨਾਲ ਸੰਬੰਧਿਤ ਸੀਗੇ ਜਾਂ ਪੰਜਾਬੀ ਸੀਗੇ ਉਹ ਸਾਰੇ ਬੋਲੇ ਪਹਿਲੀ ਵਾਰ। ਉਸ ਬਾਅਦ ਮੇਰਾ ਇਹ ਮੈਨੂੰ ਇਹ ਲੱਗਿਆ, ਇੰਨੇ ਫੋਨ ਆਏ ਮੈਨੂੰ ਮੈਂ ਬੜੀਆਂ ਬੜੀਆਂ ਕੈਸਟਾਂ ਸੀਡੀਆਂ ਕੱਢੀਆਂ, ਬਹੁਤ ਕਾਮਯਾਬ ਵੀ ਰਹੀਆਂ, ਕਦੇ ਇੰਨਾ ਨਹੀਂ ਮੈਨੂੰ ਫੋਨ ਆਏ ਜਿੰਨੇ ਉਹਦੇ ਫੋਨ ਆਏ ਕਿ ਜੀ ਆਹ ਤਾਂ ਤੁਸੀਂ ਕਮਾਲ ਹੈ। ਮੈਂ ਕਿਹਾ ਜੀ ਮੈਥੋਂ ਨਹੀਂ, ਇਹਦਾ ਪਤਾ ਨਹੀਂ ਕਿਵੇਂ ਪਰਮਾਤਮਾ ਨੇ ਹਿੰਮਤ ਬਖਸ਼ਤੀ, ਸਮੱਤ ਬਖਸ਼ਤੀ, ਮੈਥੋਂ ਕਰਵਾ ਲਿਆ ਕੰਮ। ਹੁਣ ਜਦੋਂ ਵੀ ਕਿਤੇ ਕਦੇ ਗੱਲ ਚੱਲਿਆ ਕਰੂਗੀ ਵੀ ਪਹਿਲੀ ਵਾਰ ਸ਼ਰਧਾਂਜਲੀ ਕਿਹਨੇ ਦਵਾਈ, ਛੋਟੇ ਸਾਹਿਬਜ਼ਾਦੇ ਤਾਂ ਬਹੁਤ ਵੱਡੀ ਚੀਜ਼ ਆ, ਬਹੁਤ ਵੱਡੇ, ਉਹ ਤਾਂ ਪਰਮਾਤਮਾ ਦਾ ਰੂਪ ਸੀ, ਇਸ ਤੋਂ ਉਹਨਾਂ ਦੇ ਕਦਮਾਂ ਦੇ ਤਿਣਕਾ ਵੀ ਨਹੀਂ ਹੈਗੇ ਉਹਨਾਂ ਦੇ ਕਦਮਾਂ ਦਾ।
ਤਾਂ ਨਾਲ ਇਹ ਵੀ ਮੇਰਾ ਵੀ ਛੋਟਾ ਜਿਹਾ ਨਾਮ ਆ ਜਾ ਕਰੂਗਾ ਵੀ ਇਹਨਾਂ ਨੇ ਕਰਾਈ ਸੀ। ਇੱਦੂ ਵੱਡੀ ਕੋਈ ਚੀਜ਼ ਹੋ ਸਕਦੀ ਜੀ ਕਿਸੇ ਬੰਦੇ ਵਾਸਤੇ? ਫਿਰ ਪੈਸਾ ਥੱਲੇ ਨਹੀਂ ਰਹਿ ਜਾਂਦਾ, ਫਿਰ ਆਹ ਜਿਹੜੀਆਂ ਅਹੁਦੇ ਸ਼ਹੁਦੇ ਸਾਰੇ ਥੱਲੇ ਨਹੀਂ ਰਹਿ ਜਾਂਦੇ ਫਿਰ? ਸੋ ਇਸ ਤਰ੍ਹਾਂ ਦਾ ਕੰਮ ਕਰੀਏ ਜਿਹਦੇ ਨਾਲ ਸਾਨੂੰ ਦੁਨੀਆ ਯਾਦ ਰੱਖੇ। ਉਹੀ ਗੱਲ ਕਬੀਰਾ, ਜਬ ਹਮ ਆਏ ਜਗਤ ਮੇਂ ਹੈਂ ਜਗ ਹੱਸੇ ਹਮ ਰੋਏ, ਐਸੀ ਕਰਨੀ ਕਰ ਚਲੇ ਹਮ ਹੱਸੇ ਜਗ ਰੋਏ। ਇਹ ਪਰਮਾਤਮਾ ਕਿਸੇ ਕਿਸੇ ਨੂੰ ਬਖਸ਼ ਦਿੰਦਾ। ਰਲ ਮਿਲ ਸਹੀਆਂ ਪਾਣੀ ਨੂੰ ਗਈਆਂ, ਕੋਈ ਕੋਈ ਮੁੜਪੀ ਭਰ ਕੇ, ਜਿੰਨਾ ਭਰ ਕੇ ਸਿਰ 'ਤੇ ਧਰਿਆ ਉਹ ਪੈਰ ਧਰਨ ਦਾ ਡਰ ਕੇ। ਮਤਲਬ ਘੜਾ ਨਹੀਂ ਹੈਗਾ, ਪਾਣੀ ਦੀ ਗੱਲ ਨਹੀਂ ਕਰਦਾ ਇੱਥੇ ਸ਼ਾਇਰ, ਇੱਥੇ ਗੱਲ ਕਰ ਰਿਹਾ ਉਹ ਜ਼ਿੰਮੇਵਾਰੀ ਦੀ ਕਿ ਪਰਮਾਤਮਾ ਹਰੇਕ ਦਾ ਜ਼ਿੰਮੇਵਾਰੀ ਵਾਲਾ ਘੜਾ ਨਹੀਂ ਭਰਦਾ। ਕੋਈ ਕੋਈ ਮੁੜਪੀ ਭਰ ਕੇ ਕਿਸੇ ਕਿਸੇ ਦੇ ਸਿਰ 'ਤੇ ਪਰਮਾਤਮਾ ਜ਼ਿੰਮੇਵਾਰੀ ਵਾਲਾ ਘੜਾ ਧਰਦਾ, ਪਰ ਜਿੰਨਾ ਭਰ ਕੇ ਸਿਰ 'ਤੇ ਧਰਿਆ, ਜਿਨ੍ਹਾਂ ਦਾ ਘੜਾ ਜ਼ਿੰਮੇਵਾਰੀ ਵਾਲਾ ਭਰਤਾ ਉਹ ਪੈਰ ਧਰਨ ਡਰ ਡਰ ਕੇ, ਉਹਨਾਂ ਨੂੰ ਸੰਭਲ ਸੰਭਲ ਕੇ ਬੋਝ ਬੋਝ ਕੇ ਪੈਰ ਧਰਨੇ ਪੈਂਦੇ ਆ। ਕਿਉਂਕਿ ਮੈਂ ਅੰਨਾ ਅਤੇ ਤਿਲਕਣ ਰਸਤਾ ਅਤੇ ਦੇਵੇ ਕੌਣ ਸੰਭਾਲਾ, ਧੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ ਪਕੜਨ ਵਾਲਾ। ਸਾਰੇ ਪਾਸੇ ਧੱਕੇ ਦੇਣ ਵਾਲੇ ਹੀ ਹੈ ਸਾਰੇ, ਤੋ ਹੱਥ ਫੜਨ ਵਾਲਾ ਉਹੀ ਹੈ, ਇੱਕੋ ਹੀ ਹੈ। ਉਹਦਾ ਉਹਦੀ ਰਜ਼ਾ 'ਚ ਰਿਹਾ ਕਰੋ, ਸ਼ੁਕਰਾਨਾ ਕਰਿਆ ਕਰੋ, ਜੋ ਮਿਲੀ ਜਾਂਦਾ ਜੋ ਹੋਈ ਜਾਂਦਾ ਬਹੁਤ ਵਧੀਆ ਹੋਈ ਜਾਂਦਾ, ਜਿੰਨਾ ਹੋਈ ਜਾਂਦਾ ਬਹੁਤ ਵਧੀਆ ਹੋਈ ਜਾਂਦਾ। ਜੋ ਕਰਤਾ ਵਧੀਆ ਹੀ ਕਰਤਾ, ਆਪਦੇ ਵੱਲੋਂ ਮਿਹਨਤ ਪੱਖੋਂ ਕੋਈ ਕਮੀ ਨਾ ਛੱਡੋ, ਆਪਦੇ ਵੱਲੋਂ ਕਮੀ ਨਾ ਛੱਡੋ, ਬਾਕੀ ਉੱਥੇ ਛੱਡ ਦਿਓ। ਉਹਨੂੰ ਪਤਾ ਕਦੋਂ ਫਲ ਲਾਉਣਾ ਕਦੋਂ ਨਹੀਂ ਲਾਉਣਾ। ਕਈ ਵਾਰੀ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹ 'ਚ ਤੁਹਾਨੂੰ ਵੀ ਹਨ। ਇੱਕ ਗਰੀਬ ਦਾ ਮਜ਼ਦੂਰ ਦਾ ਬੇਟਾ ਹੁਸ਼ਿਆਰ ਸੀ, ਉਹ ਮਜ਼ਦੂਰ ਨੇ ਸੋਚਿਆ ਯਾਰ ਚਾਰ ਪੀੜ੍ਹੀਆਂ ਤੋਂ ਤਾਂ ਮਜ਼ਦੂਰੀ ਕਰ ਰਹੇ ਹਾਂ, ਅਗਲੀਆਂ ਵੀ ਪੀੜ੍ਹੀਆਂ ਮਜ਼ਦੂਰੀ ਵਾਲੀਆਂ ਹੀ ਆ ਰਹੀਆਂ ਨੇ, ਦਿਹਾੜੀਆਂ ਵਾਲੀਆਂ ਹੀ, ਯਾਰ ਕਿਉਂ ਨਾ ਕੁਛ ਬਦਲ ਦਈਏ। ਮੈਂ ਇੱਕ ਡੰਗ ਰੋਟੀ ਘਟਾ ਦਿੰਦਾ, ਢਿੱਡ ਬੰਨ ਕੇ ਗੁਜ਼ਾਰਾ ਕਰ ਲੈਂਦਾ, ਥੋੜ੍ਹੇ ਜਿਹੇ ਪੈਸੇ ਬਚਾ ਲੈਂਦਾ ਅਤੇ ਬੱਚੇ ਨੂੰ ਪੜ੍ਹਾ ਲੈਂਦਾ, ਕੀ ਪਤਾ ਜੂਨ ਬਦਲ ਜੇ। ਉਹਨੇ ਜੀ ਇੱਕ ਡੰਗ ਦੀ ਰੋਟੀ ਘਟਾਤੀ, ਕੰਮ ਵੀ ਵੱਧ ਕਰਨ ਲੱਗ ਗਿਆ ਘੰਟਾ, ਪੈਸੇ ਬਚਣ ਲੱਗ ਗਏ, ਤਾਂ ਉਹਨੇ ਬੱਚਾ ਪੜ੍ਹਾ ਲਿਆ ਜੀ। ਬੱਚਾ ਬਹੁਤ ਹੁਸ਼ਿਆਰ ਸੀ ਜੀ, ਬੱਚਾ ਪੜ੍ਹ ਲਿਖ ਕੇ ਜੱਜ ਬਣ ਗਿਆ ਜੀ। ਸੁਣਨ ਵਾਲੀ ਗੱਲ ਹੈ, ਜੱਜ ਬਣ ਗਿਆ, ਇਲਾਕੇ 'ਚ ਬਹੁਤ ਮਹਿਮਾ ਹੋਈ ਕਿ ਜੀ ਗਰੀਬ ਦਾ ਜਵਾਕ ਜੱਜ ਬਣ ਗਿਆ ਬਈ, ਕਮਾਲ ਹੋ ਗਈ ਬਈ। ਅਤੇ ਜਿਸ ਦਿਨ ਜੱਜ ਸਾਹਿਬ ਨੇ ਕੁਰਸੀ 'ਤੇ ਬਹਿਣਾ ਸੀ, ਆਪਣਾ ਕਾਰਜਕਾਰ ਸੰਭਾਲਣਾ ਸੀ, ਉਸ ਦਿਨ ਉਹ ਬਾਪੂ ਵੀ ਚਲਾ ਗਿਆ ਵੀ ਅੱਜ ਮੇਰਾ ਪੁੱਤ ਜੱਜ ਬਣ ਗਿਆ, ਅੱਜ ਪਹਿਲਾ ਦਿਨ ਹੈ ਮੈਂ ਵੀ ਜਾ ਕੇ ਆਉਣਾ। ਜਦੋਂ ਕਮਰੇ 'ਚ ਗਿਆ ਪਿੱਛੇ ਚੈਂਬਰ 'ਚ, ਤਾਂ ਜੱਜ ਸਾਹਿਬ ਕੁਰਸੀ 'ਤੇ ਬੈਠੇ ਸੀ, ਜਾ ਕੇ ਬਾਪੂ ਨੇ ਮੋਢੇ 'ਤੇ ਹੱਥ ਧਰਿਆ, ਇੱਦਾਂ ਕਹਿੰਦਾ ਪੁੱਤ ਬਹੁਤ ਬਹੁਤ ਵਧਾਈਆਂ। ਉਹ ਕਹਿੰਦਾ ਧੰਨਵਾਦ ਬਾਪੂ ਜੀ। ਕਹਿੰਦਾ ਪੁੱਤ ਹੁਣ ਤੂੰ ਮੈਨੂੰ ਦੱਸ ਸੱਚੇ ਦਿਲੋਂ, ਇੱਦਾਂ ਮੋਢੇ 'ਤੇ ਹੱਥ ਰੱਖੇ ਹੋਏ ਸੀਗਾ, ਕਿ ਇਸ ਵਕਤ ਦੁਨੀਆ ਦਾ ਸਭ ਤੋਂ ਖੁਸ਼ ਨਸੀਬ, ਸਭ ਤੋਂ ਸ਼ਕਤੀਸ਼ਾਲੀ ਅਤੇ ਸਭ ਤੋਂ ਵੱਧ ਕਿਸਮਤ ਵਾਲਾ ਕੌਣ ਬੰਦਾ ਹੋ ਸਕਦਾ? ਉਹ ਕਹਿੰਦਾ ਬਾਪੂ ਜੀ ਮੈਂ ਹਾਂ, ਸਭ ਤੋਂ ਵੱਧ ਸ਼ਕਤੀਸ਼ਾਲੀ, ਸਭ ਤੋਂ ਖੁਸ਼ ਨਸੀਬ, ਸਭ ਤੋਂ ਕਿਸਮਤ ਵਾਲਾ, ਕਿਉਂਕਿ ਮੈਂ ਜਿਹਨੂੰ ਮਰਜ਼ੀ ਬਰੀ ਕਰਦਾ, ਜਿਹਨੂੰ ਮਰਜ਼ੀ ਸਜ਼ਾ ਦੇ ਦਾ। ਬਾਪੂ ਨੇ ਫਿਰ ਪੁੱਛਿਆ, ਕਹਿੰਦਾ ਪੁੱਤ ਫਿਰ ਦੱਸ ਦੇ ਇੱਕ ਵਾਰੀ, ਇਸ ਵਕਤ ਪਹਿਲਾਂ ਤੇਰੀ ਨਜ਼ਰਾਂ 'ਚ ਸਭ ਤੋਂ ਵੱਧ ਸ਼ਕਤੀਸ਼ਾਲੀ, ਸਭ ਤੋਂ ਵੱਧ ਕਿਸਮਤ ਵਾਲਾ, ਸਭ ਤੋਂ ਵੱਧ ਖੁਸ਼ਕਿਸਮਤ ਕੌਣ ਹੋ ਸਕਦਾ? ਉਹ ਕਹਿੰਦਾ ਬਾਪੂ ਜੀ ਮੈਂ ਹਾਂ। ਚਲੋ ਬਾਪੂ ਜੀ ਦਾ ਦਿਲ ਟੁੱਟ ਗਿਆ, ਕਹਿੰਦਾ ਚੰਗਾ ਪੁੱਤ ਬਹੁਤ ਬਹੁਤ ਵਧਾਈਆਂ, ਮੈਂ ਜਾਣਾ। ਫਿਰ ਜਾਣ ਲੱਗਿਆ ਤਾਂ ਗੇਟ 'ਤੇ ਗਿਆ ਸੀ, ਗੇਟ 'ਤੇ ਖੜ ਕੇ ਫਿਰ ਪੁੱਛ ਲਿਆ ਪਿੱਛੇ ਨੂੰ ਗੱਲ ਮੂੰਹ ਕਰਕੇ, ਕਹਿੰਦਾ ਪੁੱਤ ਦੱਸ ਦਿਆ ਇੱਕ ਵਾਰੀ ਫਿਰ।
ਇਸ ਵਕਤ ਸਭ ਤੋਂ ਵੱਧ ਸ਼ਕਤੀਸ਼ਾਲੀ, ਸਭ ਤੋਂ ਵੱਧ ਕਿਸਮਤ ਵਾਲਾ ਅਤੇ ਸਭ ਤੋਂ ਵੱਧ ਖੁਸ਼ਨਸੀਬ ਬੰਦਾ ਕੌਣ ਹੈ ਤੇਰੀ ਨਜ਼ਰ 'ਚ? ਕਹਿੰਦਾ ਬਾਪੂ ਜੀ ਤੁਸੀਂ ਹੋ। ਉਹ ਮੁੜਿਆ, ਉਹ ਕਹਿੰਦਾ ਦਿਲ ਬੇਟੇ 10 ਸਕਿੰਟ ਪਹਿਲਾਂ ਇਹੀ ਗੱਲ 2 ਵਾਰੀ ਪੁੱਛੀ ਸੀ ਮੈਂ ਵੀ ਸਭ ਤੋਂ ਵੱਧ ਸ਼ਕਤੀਸ਼ਾਲੀ, ਸਭ ਤੋਂ ਖੁਸ਼ਨਸੀਬ, ਸਭ ਤੋਂ ਵੱਧ ਮਹਾਨ ਬੰਦਾ ਕੌਣ ਹੋ ਸਕਦਾ ਇਸ ਵਕਤ? ਕਹਿੰਦਾ ਉਹ ਤਾਂ ਆਪਦਾ ਨਾਂ ਲਿਆ ਸੀ, ਹੁਣ ਜਦੋਂ ਮੈਂ ਉੱਥੇ ਜਾ ਕੇ ਪੁੱਛਿਆ ਹੁਣ ਤੂੰ ਮੇਰਾ ਨਾਂ ਲੈਣ ਲੱਗ ਗਿਆ, ਇਹਦਾ ਮਤਲਬ ਕੀ ਸਮਝਾਂ? ਉਹ ਮੁੰਡਾ ਕਹਿੰਦਾ ਬਾਪੂ ਜੀ ਜਦੋਂ ਤੁਸੀਂ ਪਹਿਲਾਂ 2 ਵਾਰੀ ਪੁੱਛਿਆ ਸੀ ਉਦੋਂ ਤੁਹਾਡਾ ਹੱਥ ਮੇਰੇ ਮੋਢੇ 'ਤੇ ਸੀ, ਅਤੇ ਜੇ ਤੁਹਾਡੇ ਵਰਗੇ ਬਾਪ ਦਾ ਹੱਥ ਕਿਸੇ ਪੁੱਤ ਦੇ ਮੋਢੇ 'ਤੇ ਹੋਵੇ ਉਹ ਤੋਂ ਵੱਧ ਖੁਸ਼ਨਸੀਬ, ਉਹ ਤੋਂ ਵੱਧ ਸ਼ਕਤੀਸ਼ਾਲੀ, ਉਹ ਤੋਂ ਵੱਧ ਕਿਸਮਤ ਵਾਲਾ ਹੋ ਨਹੀਂ ਸਕਦਾ। ਜਦੋਂ ਉੱਥੇ ਜਾ ਕੇ ਪੁੱਛਿਆ ਸੀ ਉਦੋਂ ਤੁਹਾਡਾ ਹੱਥ ਮੇਰੇ ਮੋਢੇ 'ਤੇ ਨਹੀਂ ਸੀ, ਅਸਲ 'ਚ ਸ਼ਕਤੀਸ਼ਾਲੀ, ਖੁਸ਼ਨਸੀਬ ਅਤੇ ਕਿਸਮਤ ਵਾਲੇ ਤੁਸੀਂ ਹੋ। ਸੋ ਸਾਡੇ ਕੋਲੇ ਇਹੋ ਜਿਹੇ ਬਾਪ ਪਏ ਨੇ, ਚਾਹੇ ਸ਼ਬਦ ਗੁਰੂ ਦੇ ਰੂਪ 'ਚ ਗੁਰੂ ਗ੍ਰੰਥ ਸਾਹਿਬ ਜੀ ਜਿਹਦੇ ਵਿੱਚ ਸਾਰੀਆਂ ਬਾਣੀਆਂ ਦਰਜ ਨੇ, ਜਿਹ 'ਚ ਸਾਰੇ ਆਸ਼ੀਰਵਾਦ ਦਰਜ ਨੇ, ਜੇ ਕਿਤੇ ਉਹਨਾਂ ਦਾ ਹੱਥ ਪਰਮਾਤਮਾ ਆਪਣੇ ਮੋਢੇ 'ਤੇ ਰੱਖੇ ਤਾਂ ਆਪਣੇ ਤੋਂ ਵੱਧ ਖੁਸ਼ਨਸੀਬ, ਆਪਣੇ ਤੋਂ ਵੱਧ ਸ਼ਕਤੀਸ਼ਾਲੀ ਅਤੇ ਆਪਣੇ ਤੋਂ ਵੱਧ ਕਿਸਮਤ ਵਾਲਾ ਹੋਰ ਕੋਈ ਨਹੀਂ ਹੋ ਸਕਦਾ। ਬਸ ਗੱਲ ਸਮਝਣ ਦੀ ਗੱਲ ਹੈ, ਬਸ ਬਾਕੀ ਤਾਂ ਚੱਲੀ ਜਾਂਦਾ, ਪੈਸੇ ਵੀ ਕਮਾਈ ਜਾਂਦੇ ਆ, ਪੈਰ ਪਸਾਰ ਪਿਆ ਵਿੱਚ ਵਿਹੜੇ, ਕਿੱਥੇ ਗਏ ਤੇਰੇ ਘਰ ਦੇ ਜਿੰਨਾ ਪਿੱਛੇ ਕਾ ਪਾਪ ਕਮਾਏ, ਚੱਕੋ ਚੱਕੋ ਕਰਦੇ, ਘੰਟਾ ਨਹੀਂ ਰੱਖਦੇ ਘਰੇ, ਉਹੀ ਕਹਿ ਦਿੰਦੇ ਨੇ ਕੋਈ ਗੱਲ ਨਹੀਂ ਮਾਲਪੁਰ ਵਾਲੀ ਭੂਆ ਫੁੱਲਾਂ 'ਤੇ ਆਜੂਗੀ ਚੱਕਣ ਦੀ ਕਰੀਏ, ਜਿਹਨਾਂ ਪਿੱਛੇ ਪਾਪ ਕਮਾਈ ਜਾਂਦੇ ਆ, ਠੱਗੀਆਂ ਮਾਰੀ ਜਾਂਦੇ ਆ, ਉਹ ਕਰ ਦਿਉ, ਇਹਦਾ ਹੱਕ ਮਾਰ ਲਓ, ਕਰ ਲਓ। ਇਸ ਕਰਕੇ ਮੈਂ ਕਹਿਣਾ ਕਿ ਆਪਦੇ ਹੱਕ ਦੀ ਖਾਓ, ਸੱਚ ਦੀ ਖਾਓ, ਕਿਸੇ ਗਰੀਬ ਦੇ ਕੰਮ ਆ ਜਾਓਗੇ, ਵੱਡਾ ਤੀਰਥ ਕੋਈ ਨਹੀਂ। ਤੋਂ ਸੋ ਬਤੌਰ ਇੱਕ ਪੰਜਾਬ ਦਾ ਸੱਚੇ ਦਿਲੋਂ ਪੰਜਾਬ ਨੂੰ ਪਿਆਰ ਕਰਨ ਵਾਲਾ ਔਰ ਸੱਚੇ ਦਿਲੋਂ ਹਰ ਧੜਕਣ ਦੇ ਵਿੱਚ ਪੰਜਾਬ ਨੂੰ ਵਸਾਉਣ ਵਾਲਾ ਔਰ ਬਤੌਰ ਮੁੱਖ ਮੰਤਰੀ ਮੈਨੂੰ ਅੱਜ ਬਹੁਤ ਜ਼ਿਆਦਾ ਚੰਗਾ ਲੱਗਿਆ ਇੱਥੇ ਆ ਕੇ ਕਿ ਉਸ ਇਲਾਕੇ 'ਚ ਜਿੱਥੇ ਅਸੀਂ ਤੁਸੀਂ ਸਾਨੂੰ ਨਵਾਜ਼ਿਆ, ਤੁਸੀਂ ਸਾਨੂੰ ਸ਼ਕਤੀ ਦਿੱਤੀ ਹੈ ਹੁਸ਼ਿਆਰਪੁਰ ਤੋਂ ਕਿ ਜਾ ਕੇ ਉੱਥੇ ਪਾਰਲੀਮੈਂਟ 'ਚ ਤੁਹਾਡੀ ਆਵਾਜ਼ ਗੂੰਜੇ, ਧੰਨਵਾਦ ਵੀ ਕਰਦਾ ਮੈਂ, ਆਉਂਦਾ ਜਾਂਦਾ ਵੀ ਰਹੂੰਗਾ। ਅਤੇ ਇੱਕ ਜਿਹੜਾ ਤੁਸੀਂ ਕਹਿੰਦੇ ਹੋ ਕਿ ਇਹ ਧਾਮ ਜਿਹੜਾ ਆਪਾਂ MP ਸਾਹਿਬ ਉਹ ਤੁਸੀਂ ਜਗ੍ਹਾ ਕਰ ਲਓ ਫਾਈਨਲ, ਜਲੰਧਰ ਕਰਨੀ ਹੈ ਜਾਂ ਕਿਤੇ ਵੀ ਹੈ ਨਾ, ਆਪਾਂ ਜ਼ਰੂਰ ਬਣਾਵਾਂ ਕਿਉਂਕਿ ਇਹੋ ਜਿਹੀਆਂ ਚੀਜ਼ਾਂ ਤਾਂ ਸਦੀਆਂ ਵਾਸਤੇ ਰੱਖਣੀਆਂ ਜ਼ਰੂਰੀ ਨੇ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਪਤਾ ਤਾਂ ਲੱਗੇ ਕਿ ਕੌਣ ਕੌਣ ਸਾਡੇ ਫਕੀਰ ਧਰਮ ਸ਼ਾਇਰ ਹੋਏ, ਕਿਹੜੀਆਂ ਕਿਹੜੇ ਹਾਲਾਤਾਂ 'ਚੋਂ ਲੰਘੇ, ਕਿਵੇਂ ਕਿੱਥੋਂ ਕਿੱਥੋਂ ਕੁਰਬਾਨੀਆਂ ਹੋਈਆਂ, ਸਾਰਾ ਪਤਾ ਲੱਗਣਾ ਚਾਹੀਦਾ। ਨਹੀਂ ਤਾਂ ਵਟਸਐਪ 'ਤੇ ਫੇਸਬੁੱਕ 'ਤੇ ਅੱਜ ਦੀ ਡੇਟ 'ਚ ਪਤਾ ਨਹੀਂ ਲੱਗਦਾ ਕੁਛ ਕੀ ਹੋਈ ਜਾਂਦਾ, ਅਸੀਂ ਆਪਣਾ ਵਿਰਸਾ ਭੁੱਲਦੇ ਜਾਂਦੇ ਹਾਂ। ਸੋ ਵਿਰਸਾ ਯਾਦ ਰੱਖਣਾ, ਕਿਹੜੀਆਂ ਕੌਮਾਂ ਵਿਰਸਾ ਯਾਦ ਰੱਖਦੀਆਂ ਨੇ ਉਹ ਕਦੇ ਨਹੀਂ ਮਿਟਦੀਆਂ, ਉਹ ਹਮੇਸ਼ਾ ਜਿਉਂਦੀਆਂ ਰਹਿੰਦੀਆਂ ਨੇ। ਸੋ ਦਲਿਤਾਂ ਗਰੀਬਾਂ ਲਈ ਆਉਣ ਵਾਲੇ ਦਿਨਾਂ 'ਚ ਬਹੁਤ ਵੱਡੀਆਂ ਵੱਡੀਆਂ ਸਕੀਮਾਂ, ਪੈਸੇ ਤੁਹਾਡੇ ਨੇ, ਪੈਸੇ ਤੁਹਾਨੂੰ ਹੀ ਦੇਣੇ ਨੇ, ਮੈਂ ਕੋਈ ਮਸ਼ੀਨ ਨਹੀਂ ਹੈਗੀ ਮੇਰੇ ਕੋਲ ਕਿ ਮੈਂ ਛਾਪ ਕੇ ਤੁਹਾਨੂੰ ਦਿੰਦਾ, ਟੈਕਸ ਲੈਂਦੇ ਹਾਂ ਤੁਹਾਡੇ ਤੋਂ, ਉਹੀ ਟੈਕਸ ਸਹੂਲਤਾਂ ਦੇ ਰੂਪ 'ਚ ਵਾਪਸ ਦੇਣਾ, ਇਹ ਸਰਕਾਰ ਦਾ ਕੰਮ ਹੁੰਦਾ। ਔਰ 2.5 ਸਾਲ 2.5 ਸਾਲ ਹੋ ਗਏ, ਕਦੇ 1 ਰੁਪਈਏ ਦੀ ਮੇਰੇ 'ਤੇ ਕੋਈ ਇਲਜ਼ਾਮ ਲੱਗਿਆ ਹੋਵੇ, ਕਿਉਂਕਿ ਮੈਂ ਇਸ ਕੰਮ 'ਚ ਹੈ ਹੀ ਨਹੀਂ ਜੀ, ਮੇਰਾ ਤਾਂ ਇਹ ਪਾਸਾ ਹੀ ਹੈ ਨਹੀਂ। ਸੋ ਮੈਂ ਤਾਂ ਇਸ 'ਚ ਵੀ ਜੇ ਤੁਹਾਨੂੰ ਕਦੇ ਇਸ ਤਰ੍ਹਾਂ ਦਾ ਕੋਈ ਆ ਗਿਆ ਨਾ ਕੋਈ ਇਨਫੋਰਮੇਸ਼ਨ
ਕਿ ਭਗਵੰਤ ਮਾਨ ਨੇ ਇੱਕ ਰੁਪਈਆ ਖਾ ਲਿਆ ਯਾਰ, ਸਰਕਾਰ ਦਾ ਸੀ ਉਹ, ਆਪ ਖਾ ਲਿਆ। ਉਹ ਰੁਪਈਆ ਨਹੀਂ ਹੋਊਗਾ, ਉਹ ਸਰਫਾਸ ਦੀ ਗੋਲੀ ਹੋਊ। ਇਹ ਮੈਂ ਪਹਿਲਾਂ ਕਹਿ ਚੁੱਕਿਆ ਗੱਲ। ਪੈਸੇ ਕਮਾਉਣੇ ਹੁੰਦੇ ਤਾਂ ਕਲਾਕਾਰੀ ਵਾਲੇ ਜੀਵਨ 'ਚ ਕਮਾ ਲੈਂਦੇ ਬਹੁਤ ਜ਼ਿਆਦਾ। ਅੱਜ ਵੀ ਬੁਲਾਈ ਜਾਂਦੇ ਨੇ ਤਾਂ ਬੰਬੇ ਵਾਲੇ ਮੈਨੂੰ, ਮਗਰ ਨਹੀਂ ਨਹੀਂ ਹੁਣ ਤਾਂ ਠਿੱਲ ਪਏ ਬਈ, ਹੁਣ ਨਹੀਂ, ਹੁਣ ਤਾਂ ਲੋਕਾਂ ਦੇ ਹੱਕ 'ਚ ਹੋ ਗਏ, ਲੋਕ ਆਪਣੇ ਹੱਕ 'ਚ ਹੋ ਗਏ, ਹੁਣ ਨਹੀਂ ਮੈਂ ਕਹਿੰਦਾ ਸਾਥ ਛੱਡਿਆ ਜਾਣਾ ਵੀਰੇ। ਹੁਣ ਤਾਂ ਜੇ ਜਿਹੋ ਜਿਹੇ ਹੈਗੇ ਆਇਆ ਜੀ ਰਹਾਂਗੇ। ਔਰ ਇਹਦੇ ਨਾਲ ਕੀ ਹੈ ਨਾ, ਦਿਲ ਬਹੁਤ ਵੱਡਾ ਟੁੱਟ ਜੂਗਾ ਜੇ ਕੋਈ ਇੱਦਾਂ ਦੀ ਖਬਰ ਆ ਗਈ ਨਾ। ਜ਼ਿੰਮੇਵਾਰੀਆਂ ਬਹੁਤ ਵੱਧ ਜਾਂਦੀਆਂ ਨੇ। ਇਮਾਨਦਾਰ ਕਹਾਉਣਾ ਬਹੁਤ ਸੌਖਾ, ਰਹਿਣਾ ਬਹੁਤ ਔਖਾ। ਸਾਡੇ ਤਾਂ ਇਹ ਕਿਹਾ ਜਾਂਦਾ ਹੈ, ਸਾਡੇ ਆਪਣੇ ਕਲਚਰ 'ਚ, ਕਿ ਇਮਾਨਦਾਰ ਉਹੀ ਹੈ ਜਿਹਨੂੰ ਮੌਕਾ ਨਹੀਂ ਮਿਲਦਾ। ਇਮਾਨਦਾਰ ਉਹੀ ਹੈ ਜਿਹਨੂੰ ਮੌਕਾ ਨਹੀਂ ਮਿਲਿਆ। ਜੇ ਮੌਕਾ ਮਿਲਣ ਤੋਂ ਬਾਅਦ ਵੀ ਇਮਾਨਦਾਰ ਹੈ, ਫਿਰ ਸੱਚੀ ਇਮਾਨਦਾਰ ਹੈ। ਜਿਹੜਾ ਕਹਿੰਦਾ ਮੈਂ ਇਮਾਨਦਾਰ ਹਾਂ, ਉਹਨੂੰ ਵੇਖ ਆਪਾਂ ਕਿਹੜੇ ਕਿਹੜੇ ਉਹਦੇ 'ਤੇ ਰਹਿਆਂ, ਨਹੀਂ ਆਪਣਾ ਉਹਦਾ ਕੋਈ ਨਹੀਂ ਮਿਲਿਆ ਜੀ, ਫਿਰ ਇਮਾਨਦਾਰੀ ਹੈ ਜਦੋਂ ਮੌਕਾ ਹੀ ਨਹੀਂ ਮਿਲਿਆ। ਅਤੇ ਜੇ ਮੌਕਾ ਮਿਲਣ ਤੋਂ ਬਾਅਦ ਵੀ ਇਮਾਨਦਾਰ ਹੈ, ਫਿਰ ਸੱਚੀ ਇਮਾਨਦਾਰ ਹੈ। ਸੋ ਇਹ ਦਿਲ ਟੁੱਟ ਜਾਂਦਾ ਲੋਕਾਂ ਦੀਆਂ, ਬਹੁਤ ਉਮੀਦਾਂ ਜੁੜੀਆਂ ਹੁੰਦੀਆਂ ਨੇ ਵੀ ਇੱਥੋਂ ਤਾਂ ਘੱਟੋ ਘੱਟ ਮੈਂ ਅੱਖਾਂ ਮੀਚ ਕੇ ਵਿਸ਼ਵਾਸ ਕਰ ਸਕਦਾ ਯਾਰ, ਇੱਧਰੋਂ ਤਾਂ ਇਸ ਪਾਸੇ ਤਾਂ ਯਾਰ ਮੈਨੂੰ ਕਦੇ ਵੀ ਖਬਰ ਇੱਦਾਂ ਦੀ ਆਉਂਦੀ ਨਹੀਂ। ਇੱਕ ਸਾਧੂ ਸੀ, ਉਹਦੇ ਕੋਲ ਬਹੁਤ ਰੇਅਰੈਸਟ ਆਫ ਰੇਅਰ ਨਸਲ ਦਾ ਘੋੜਾ ਸੀ, ਚਿੱਟੇ ਰੰਗ ਦਾ। ਉਹ ਨਸਲ ਹੀ ਗਾਇਬ ਹੋ ਗਈ ਸੀ, ਇੱਕੋ ਹੀ ਘੋੜਾ ਸੀ ਉਹਦੇ ਕੋਲ। ਡਾਕੂਆਂ ਨੂੰ ਪਤਾ ਲੱਗ ਗਿਆ ਵੀ ਫਲਾਨੇ ਡੇਰੇ ਦੇ ਸਾਧ ਕੋਲ ਘੋੜਾ ਹੈ। ਉਹ ਡਾਕੂਆਂ ਸਰਦਾਰ ਕਹਿੰਦਾ ਖੂਨ ਖਰਾਬਾ ਕਾਹਨੂੰ ਕਰਨਾ, ਸਾਧੂ ਬੰਦਾ ਹੈ। ਇੱਕ ਡਾਕੂ ਭੇਜਤਾ, ਕਹਿੰਦਾ ਉਹਨੂੰ ਪੁੱਛ ਲਾ ਕਿੰਨੇ ਪੈਸਿਆਂ ਦਾ ਵੇਚਦਾ, ਘੋੜਾ ਲੈ ਲਓ। ਲੈਣੇ ਲੈਣਾ ਘੋੜਾ, ਕਹਿੰਦੇ ਆਪਾਂ। ਉਹ ਜਾ ਕੇ ਕਹਿੰਦਾ ਬਾਬਾ ਜੀ ਉਹ ਜਿਹੜਾ ਘੋੜਾ ਹੈ ਕਿੰਨੇ ਦਾ ਵੇਚਣਾ? ਕਹਿੰਦਾ ਮੈਂ ਵੇਚਣਾ ਹੀ ਨਹੀਂ। ਕਹਿੰਦਾ ਬਾਬਾ ਜੀ 20 ਲੱਖ। ਕਹਿੰਦਾ ਜਦੋਂ ਮੈਂ ਵੇਚਣਾ ਹੀ ਨਹੀਂ, ਤੂੰ 20 ਲੱਖ ਕਿਉਂ ਕਹੀ ਜਾਣਾ? 50 ਕਰ ਦੀਏ, 50 ਲੱਖ। ਉਹ ਕਹਿੰਦਾ ਭਾਈ ਸਾਹਿਬ ਮੈਂ ਵੇਚਣਾ ਹੀ ਨਹੀਂ ਯਾਰ, ਮੈਂ ਆਪ ਪਾਲਿਆ ਬਛੇਰਾ ਸੀ ਛੋਟਾ ਜਿਹਾ। ਇਹ ਕਹਿੰਦਾ 1 ਕਰੋੜ। ਕਹਿੰਦਾ ਨਾ ਮੈਂ ਵੇਚਣਾ ਹੀ ਨਹੀਂ। ਕਹਿੰਦਾ ਡਾਕੂ ਬਘੇਲ ਸਿੰਘ ਵੱਲੋਂ ਆਏ ਹਾਂ ਜੀ, 1.5 ਕਰੋੜ 'ਚ ਸੌਦਾ ਨਿਬੇੜੀਏ। ਉਹ ਕਹਿੰਦਾ ਮੈਂ ਵੇਚਣਾ ਹੀ ਨਹੀਂ। ਚੱਲ ਐਂ ਕਰਦਾ ਬਾਬਾ, ਆਖਰੀ ਡਾਕੂ ਬਘੇਲ ਸਿੰਘ ਨੂੰ ਮੈਂ ਵੀ ਜਾ ਕੇ ਜਵਾਬ ਦੇਣਾ, ਸਾਡਾ ਸਰਦਾਰ ਆ ਉਹ, 2 ਕਰੋੜ ਚੱਲ ਨਿਬੇੜੋ। ਉਹ ਕਹਿੰਦਾ ਵੀ ਮੈਂ ਵੇਚਣਾ ਹੀ ਨਹੀਂ ਯਾਰ, ਤੂੰ ਗੱਲਾਂ ਕਿਹੜੀਆਂ ਕਰੀ ਜਾਂਦਾ? ਚਲੋ ਜੀ, ਮੁੜ ਗਿਆ ਡਾਕੂ, ਉਹਨੇ ਜਾ ਕੇ ਦੱਸਤਾ ਆਪਦੇ ਸਰਦਾਰ ਨੂੰ, ਕਹਿੰਦੇ ਉਹ ਨਹੀਂ ਵੇਚਦਾ, ਮੈਂ 2 ਕਰੋੜ ਵੀ ਕਹਿੰਦਾ ਸੀ, ਕਹਿੰਦਾ ਮੈਂ ਨਹੀਂ ਵੇਚ। ਚਲੋ ਕਹਿੰਦਾ ਕੋਈ ਠੀਕ ਹੈ ਯਾਰ, ਕੋਈ ਗੱਲ ਨਹੀਂ। ਕਿਤੇ 5-7 ਦਿਨਾਂ ਬਾਅਦ ਨਾ ਉਹ ਸਾਧੂ ਬਾਬੇ ਨੂੰ ਸ਼ਹਿਰ ਜਾਣਾ ਪਿਆ। ਉਹ ਘੋੜੇ 'ਤੇ ਸਵਾਰ ਹੋ ਕੇ ਜਾ ਰਿਹਾ ਸ਼ਹਿਰ, ਰਸਤੇ 'ਚ ਇੱਕ ਬੁੱਢਾ ਕੁੱਬਾ, ਅੱਖਾਂ ਤੋਂ ਅੰਨਾ, ਬਿਮਾਰ, ਸੋਟੀ ਫੜ ਕੇ ਤੁਰਦਾ, ਬਹੁਤ ਹੌਲੀ ਹੌਲੀ ਤੁਰਦਾ ਜਾਵੇ ਇੱਕ ਬਜ਼ੁਰਗ। ਉਹ ਕਹਿੰਦਾ ਵੀ ਮੈਂ ਅੱਖਾਂ ਤੋਂ ਤਾਂ ਅੰਨਾ ਪਰ ਮੈਨੂੰ ਸੁਣਦਾ, ਮੈਨੂੰ ਘੋੜੇ ਦੇ ਪੌੜਾਂ ਦੀ ਆਵਾਜ਼ ਸੁਣਾਈ ਦਿੱਤੀ ਹੈ, ਕੋਈ ਘੋੜ ਸਵਾਰ ਸ਼ਹਿਰ ਵੱਲ ਨੂੰ ਜਾ ਰਿਹਾ। ਮੈਂ ਬੇਨਤੀ ਕਰਦਾ ਜੇ ਕਿਤੇ ਮੈਨੂੰ ਬਿਠਾ ਕੇ ਲੈ ਜੇ ਤਾਂ ਮੈਂ ਬਚ ਸਕਦਾ, ਪਰ ਮੈਨੂੰ ਲੱਗਦਾ ਨਹੀਂ ਜੇ ਮੈਂ ਤੁਰ ਕੇ ਜਾਊਂਗਾ ਸ਼ਹਿਰ ਤਾਂ ਮੈਂ ਪਹੁੰਚ ਜੂੰਗਾ ਸ਼ਹਿਰ, ਮੈਂ ਰਾਹ 'ਚ ਮਰ ਜੂੰਗਾ, ਬਹੁਤ ਬਿਮਾਰ ਹਾਂ ਮੈਂ। ਉਹ ਸਾਧੂ ਕਹਿੰਦਾ ਲੈ ਕੋਈ ਗੱਲ ਨਹੀਂ ਬਾਬਾ ਜੀ, ਉੱਤਰ ਗਿਆ ਘੋੜੇ ਤੋਂ। ਸਾਧੂ ਨੂੰ ਕਹਿੰਦਾ ਪਹਿਲਾਂ ਤੂੰ ਬਹਿ ਜਾ, ਫਿਰ ਮੈਂ ਤੇਰੇ ਪਿੱਛੇ ਮੈਂ ਬਹਿ ਜੂੰਗਾ। ਸਾਧੂ ਨੂੰ ਬਿਠਾਇਆ, ਜਦੋਂ ਹਜੇ ਤਾਂ ਬਾਬਾ ਉਹ ਜਿਹੜਾ ਬਾਬਾ ਸੀ ਬਜ਼ੁਰਗ ਉਹਨੂੰ ਬਿਠਾਇਆ, ਸਾਧੂ ਹਜੇ ਚੜ੍ਹ ਨਹੀਂ ਲੱਗਿਆ ਸੀ, ਉਹਨੇ ਮਾਰੀ ਅੱਡੀ ਘੋੜੇ 'ਤੇ, ਘੋੜਾ 100 ਦੀ ਸਪੀਡ 'ਤੇ ਅੱਗੇ, ਉਹ ਅੱਗੇ ਲਿਜਾ ਕੇ ਘੋੜੇ ਦਾ ਮੂੰਹ ਇੱਧਰ ਨੂੰ ਕਰਕੇ ਕਹਿੰਦਾ ਗੱਲ ਸੁਣੋ ਏ ਬਾਬਾ, 2 ਕਰੋੜ ਦਿੰਦੇ ਸੀ ਤੈਨੂੰ, ਨਹੀਂ ਲਿਆ ਨਾ ਤੈਂ? ਕੋਈ ਬਿਮਾਰ ਬਮੂਰ ਨਹੀਂ, ਕੋਈ ਅੰਨਾ ਉਹਨਾਂ ਨਹੀਂ, ਮੈਂ ਕੋਈ ਬੁੜਾ ਬੜਾ ਨਹੀਂ। ਐਂ ਮਾਰੀ ਇੱਥੋਂ ਨਕਲੀ ਦਾੜੀ ਜਿਹੜੀ ਲਾਈ ਹੋਈ ਸੀ, ਉਸੇ ਡਾਕੂ ਦੇ ਬੰਦੇ ਆ ਬਘੇਲ ਸਿੰਘ ਦੇ। ਹੁਣ ਤੈਨੂੰ ਨਾ ਪੈਸੇ ਮਿਲਣੇ ਨੇ, ਨਾ ਤੈਨੂੰ ਘੋੜਾ ਮਿਲਣਾ। ਹੁਣ ਉਹ ਖੜ ਗਿਆ, ਕਹਿੰਦਾ ਜੀ ਤਾਂ ਠੀਕ ਹੈ, ਹੁਣ ਤਾਂ ਦੇਖੋ ਘੋੜਾ ਤਾਂ ਉਸੇ ਦਾ ਹੀ ਹੁੰਦਾ ਭਾਈ,
ਜਿਹਦੇ ਹੱਥ 'ਚ ਉਹਦੀਆਂ ਬਾਗਾਂ ਨੇ। ਘੋੜਾ ਤਾਂ ਗਿਆ, ਘੋੜਾ ਤਾਂ ਨਹੀਂ ਹੁਣ ਮੈਨੂੰ ਵਾਪਸ ਮਿਲ ਸਕਦਾ। ਪਰ ਇੱਕ ਗੱਲ ਮੈਂ ਬੇਨਤੀ ਕਰਨੀ ਚਾਹੁੰਦਾ ਜੀ, ਮੇਰੀ ਮੰਨ ਲਓ ਥੋੜ੍ਹੀ ਜਿਹੀ, ਕਹਿੰਦਾ ਦੱਸ, ਕਹਿੰਦਾ ਤੁਸੀਂ ਇਹ ਕਹਾਣੀ ਦੱਸਿਓ ਨਾ ਕਿਸੇ ਨੂੰ, ਲੋਕਾਂ ਨੂੰ ਦੱਸਿਓ ਨਾ ਯਾਰ ਵੀ ਤੁਸੀਂ ਮੈਥੋਂ ਕਿਵੇਂ ਘੋੜਾ ਖੋਇਆ। ਉਹ ਹੱਸ ਪਿਆ, ਕਹਿੰਦਾ ਇਹਦੇ ਨਾਲ ਕੀ ਫਰਕ ਪੈਂਦਾ। ਸਾਧੂ ਕਹਿੰਦਾ ਬਹੁਤ ਫਰਕ ਪੈਂਦਾ। ਕਹਿੰਦਾ ਕੀ ਫਰਕ ਪੈਂਦਾ? ਕਹਿੰਦਾ ਜੇ ਤੁਸੀਂ ਦੱਸਤਾ ਨਾ, ਫਿਰ ਫਿਊਚਰ 'ਚ, ਭਵਿੱਖ 'ਚ ਲੋਕ, ਆਉਣ ਵਾਲੇ ਦਿਨਾਂ 'ਚ ਲੋਕ ਸੱਚੀ ਮੁੱਚੀ ਦੇ ਬਿਮਾਰਾਂ 'ਤੇ, ਸੱਚੀ ਮੁੱਚੀ ਦੇ ਬੁੱਢਿਆਂ 'ਤੇ, ਸੱਚੀ ਮੁੱਚੀ ਦੇ ਅੰਨਿਆਂ 'ਤੇ, ਸੱਚੀ ਮੁੱਚੀ ਦੇ ਬਜ਼ੁਰਗਾਂ 'ਤੇ ਯਕੀਨ ਕਰਨਾ ਹਟ ਜਾਣਗੇ ਯਾਰ, ਵੀ ਯਾਰ ਫਲਾਨੇ ਬਾਬੇ ਦੇ ਘੋੜੇ ਵਾਂਗੂ ਕਿਤੇ ਡਾਕੂ ਹੀ ਨਾ ਹੋਵੇ ਕਿਤੇ। ਕਹਿੰਦਾ ਲੋਕ ਹੈਲਪ ਕਰਨ ਨੂੰ ਹਟ ਜਾਣਗੇ ਗਰੀਬਾਂ ਦੀ। ਸੋ ਜਿੱਦਾਂ ਕੋਈ ਇਹੋ ਜਿਹੀ ਖਬਰ ਆ ਗਈ ਨਾ ਮੇਰੇ ਬਾਰੇ ਕਿ ਭਗਵੰਤ ਮਾਨ ਨੇ ਆਹ ਕਰਤਾ, ਕੋਈ ਗਲਤ ਕੰਮ ਕਰਤਾ, ਪੈਸਾ ਜਾਂ ਕੋਈ ਕਰਪਸ਼ਨ ਦਾ ਕੋਈ ਆ ਗਿਆ, ਦਿਲ ਟੁੱਟ ਜੂਗਾ ਫਿਰ ਲੋਕਾਂ ਦਾ, ਵੀ ਯਾਰ ਇੱਥੋਂ ਤਾਂ ਨਹੀਂ ਉਮੀਦ ਸੀ ਘੱਟੋ ਘੱਟ। ਸੋ ਮੈਂ ਬਹੁਤ ਬੋਝ ਬੋਝ ਕੇ ਕਦਮ ਧਰਦਾ, ਬਹੁਤ ਦਾਮਨ ਸਾਫ਼ ਰੱਖਣ ਵਾਸਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ। ਚਿੱਕੜ ਤਾਂ ਜਦੋਂ ਮਰਜ਼ੀ ਲਿਬੜ ਲਓ, ਚਿੱਕੜ ਤਾਂ ਕੀ ਹੈ। ਸੋ ਇਸ ਕਰਕੇ ਅੱਜ ਜਲੰਧਰ ਦੀ ਇੱਕ ਇਲੈਕਸ਼ਨ ਆਈ ਹੈ ਜਲੰਧਰ ਵੈਸਟ ਤੋਂ, ਮੈਂ ਅੱਗੇ ਲੱਗ ਕੇ ਉਸ ਇਲੈਕਸ਼ਨ ਨੂੰ ਲੜੂੰਗਾ, ਕਿਉਂਕਿ ਮੈਨੂੰ ਪਾਰਟੀ ਦਾ ਪ੍ਰਧਾਨ ਵੀ ਹਾਂ, ਮੁੱਖ ਮੰਤਰੀ ਵੀ ਹਾਂ, ਅਤੇ ਮੈਂ ਜਾ ਕੇ ਲੋਕਾਂ ਨੂੰ ਗਲੀ ਗਲੀ ਜਾ ਕੇ ਦੱਸੂੰਗਾ ਕਿ ਆਹ ਮੈਂ ਕੰਮ ਕਰਤੇ, ਆਹ ਮੈਂ ਕਰਨੇ ਨੇ, ਸ਼ਕਤੀ ਹੋਰ ਦਿਓ, ਤੁਹਾਡੇ ਹਲਕੇ ਨੂੰ ਹੋਰ ਜ਼ਿਆਦਾ ਪ੍ਰਮੋਟ ਕਰੀਏ, ਹੋਰ ਜ਼ਿਆਦਾ ਤੁਹਾਡੇ ਇਲਾਕੇ ਦੀ ਜਿਹੜੀ ਹੈ ਤਰੱਕੀ ਕਰੀਏ, ਉੱਥੇ ਜਾ ਕੇ ਤੁਹਾਡਾ ਬੰਦਾ ਬੋਲੇ, ਚੰਗੇ ਬੰਦੇ ਉੱਥੇ ਭੇਜੋ, ਉੱਥੇ ਮਿੱਟੀ ਦੇ ਮਾਧੋ ਨਾ ਭੇਜ ਦਿਆ ਕਰੋ, ਐਵੇਂ ਬੋਲਣ ਵਾਲੇ ਬੰਦੇ ਭੇਜ ਬਾ। ਦੇਖੋ ਚੱਬੇਵਾਲ ਸਾਹਿਬ ਨੇ ਉੱਥੇ, ਮੈਨੂੰ ਸ਼ਰਤ ਲਾਉਣਾ, ਬਾਕੀ ਪਾਸਵਰਡ ਥੋੜ੍ਹੇ ਜਿਹੇ ਮੈਂ ਵੀ ਦੱਸ ਦੂੰਗਾ ਬੋਲਣ ਵਾਲੇ, ਇਹਨਾਂ ਤਿੰਨਾਂ ਨੇ ਉੱਥੇ ਵੱਟ ਕੱਢ ਦੇਣੇ, ਤਿੰਨ ਜਣੇ ਨੇ ਜਿਹੜੇ, ਇੱਕ ਅਨੰਦਪੁਰ ਸਾਹਿਬ ਤੋਂ, ਇੱਕ ਸੰਗਰੂਰ ਤੋਂ, ਇੱਕ ਚੱਬੇਵਾਲ ਸਾਹਿਬ, ਸਰਪੰਚੀ ਤੋਂ ਉੱਠੇ ਨੇ, ਗਰੀਬੀ 'ਚੋਂ ਉੱਠੇ ਨੇ, ਉੱਥੇ ਪਤਾ, ਸਾਰਾ ਪਤਾ ਕਿ ਕੀ ਹੁੰਦਾ। ਤਾਂ ਜਦੋਂ ਉੱਥੇ ਬੋਲਣਗੇ ਤਾਂ ਤੁਸੀਂ ਦੇਖਿਓ ਹੁਸ਼ਿਆਰਪੁਰ ਦੀ ਆਵਾਜ਼ ਕਿਵੇਂ ਗੂੰਜਦੀ, ਤੁਹਾਨੂੰ ਮਾਣ ਮਹਿਸੂਸ ਹੋਊਗਾ ਵੋਟ ਪਾਉਣ ਦਾ। ਸੋ ਪਾਰਟੀ ਵੱਲੋਂ ਮੇਰਾ ਹੁਕਮ ਲੱਗਿਆ, ਮੈਨੂੰ ਹੁਕਮ ਲੱਗਿਆ ਪਾਰਟੀ ਵੱਲੋਂ ਕਿ ਤੁਹਾਡੀ ਪ੍ਰਧਾਨਗੀ 'ਚ ਅਸੀਂ, ਤੁਹਾਡੀ ਅਗਵਾਈ 'ਚ ਅਸੀਂ ਜਲੰਧਰ ਲੜਨੀ ਹੈ। ਜੇ ਤੁਹਾਡਾ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਜਲੰਧਰ ਬੈਠਾ, ਸਾਨੂੰ ਐਡਰੈਸ ਦੇ ਦਿਓ, ਤੁਸੀਂ ਕਹਿ ਦਿਓ, ਚੰਗੇ ਵਾਸਤੇ ਕਹਿੰਦੇ ਹਾਂ, ਚੰਗੇ ਲੱਗਦੇ ਹਾਂ, ਕੰਮ ਚੰਗੇ ਲੱਗਿਆ ਵੋਟ ਪਾ ਦਿਓ। ਜੇ ਲੱਗਿਆ ਕਿ ਨਹੀਂ ਯਾਰ ਇਹ ਤਾਂ ਹੋਰ ਹੀ ਕੁਛ ਹੈ, ਇਹ ਤਾਂ ਚੰਗੇ ਨਹੀਂ ਹੈਗੇ, ਵੋਟ ਨਾ ਪਾਏ, ਕੋਈ ਗੱਲ ਨਹੀਂ, ਕਿਉਂਕਿ ਵੋਟਾਂ ਪੈਣੀਆਂ ਨਾ ਪੈਣੀਆਂ, ਹਾਰਨਾ ਜਿੱਤਣਾ ਚੱਲਦਾ ਰਹਿੰਦਾ, ਪਰ ਘੱਟੋ ਘੱਟ ਤੁਹਾਡੀ ਨੀਅਤ ਦੇ ਵਿੱਚ ਖੋਟ ਨਹੀਂ ਆਉਣਾ ਚਾਹੀਦਾ, ਬਸ ਨੀਅਤ ਸਾਫ਼ ਹੋਣੀ ਚਾਹੀਦੀ ਹੈ। ਸੋ ਸੱਚੀ ਨੀਅਤ ਨਾਲ ਮੈਂ ਜਾਊਂਗਾ ਉੱਥੇ, ਮੈਂ ਅੱਜ ਹੀ ਚੱਲਿਆ, ਘਰ ਲੈ ਲੈਣਾ ਮੈਂ ਰੈਂਟ 'ਤੇ ਉੱਥੇ, ਕਿਰਾਏ 'ਤੇ, ਸੰਗਰੂਰ ਵੀ ਕਿਰਾਏ 'ਤੇ ਚੱਲ ਰਿਹਾ, ਕਿਰਾਏ 'ਤੇ ਲੈਣਾ ਕੀ ਔਖਾ ਹੈ, ਕਿਰਾਏ 'ਤੇ ਘਰ ਲੈਣਾ। ਉਹ ਲੈਣਾ ਇਹ ਨਹੀਂ ਹੈਗਾ ਵੀ 10 ਜੁਲਾਈ ਤੱਕ ਹੀ ਹੈ, ਫਿਰ ਉੱਥੇ ਹੀ ਰਹਿ, ਉਹ ਘਰ ਹਫ਼ਤੇ 'ਚ 2 ਜਾਂ 3 ਦਿਨ ਮਾਝੇ ਅਤੇ ਦੁਆਬੇ ਦਾ ਆਫਿਸ ਬਣ ਜੂਗਾ, ਮੈਂ ਆ ਕੇ ਉੱਥੇ ਰਿਹਾ ਕਰੂੰਗਾ, ਚੰਡੀਗੜ੍ਹ ਜਾਣ ਦੀ ਲੋੜ ਹੀ ਨਹੀਂ, ਜਲੰਧਰ ਆ ਜਾਓ। ਆਹ 2 ਦਿਨ ਮੁੱਖ ਮੰਤਰੀ ਉੱਥੇ ਬੈਠੂਗਾ ਅਫਸਰਾਂ ਸਮੇਤ, ਤੁਹਾਡੇ ਕੋਲ ਅਫਸਰ ਆਉਣਗੇ ਪਿੰਡਾਂ 'ਚ, ਰਜਿਸਟਰੀ ਆਉਣ ਕਰਾਉਣ ਫਲਾਂ। ਹੁਣ ਮੈਂ ਕੀ ਕੀਤਾ ਹੋਇਆ, ਮੈਂ ਸਾਰੇ ਅੱਜ ਜਿੰਨੇ ਬੰਦੇ ਵੀ, ਅੱਜ ਤਾਂ ਚਲੋ ਸੈਚਰਡੇ ਆ, ਜਿੰਨੇ ਵੀ ਬੰਦੇ ਕੱਲ੍ਹ ਕੋਈ ਆਧਾਰ ਕਾਰਡ ਬਣਾਉਣ ਗਿਆ, ਕੋਈ ਲਾਇਸੈਂਸ ਬਣਾਉਣ ਗਿਆ, ਕੋਈ ਰਜਿਸਟਰੀ ਕਰਾਉਣ ਗਿਆ, ਜਿੰਨੇ ਵੀ ਪੰਜਾਬ ਦੇ ਵਿੱਚ ਹੋਏ ਨੇ ਕੰਮ, ਉਹਨਾਂ ਦੀ ਮੈਂ ਲਿਸਟ ਮੰਗਾ ਲੈਂਦਾ ਸ਼ਾਮ ਨੂੰ, ਕੰਪਿਊਟਰ 'ਤੇ ਮੇਰੇ ਡੈਸ਼ਬੋਰਡ ਹੈ, ਅਤੇ ਮੈਂ ਚੈੱਕ ਕਰਦਾ, ਮੈਂ ਉਹਨਾਂ ਬੰਦਿਆਂ ਦੇ ਫੋਨ ਮੰਗਾ ਲੈਂਦਾ, ਕਿਸੇ ਨੂੰ ਮੈਂ ਫੋਨ ਕਰ ਲੈਂਦਾ ਵੀ ਤੁਸੀਂ ਭਾਈ ਕੱਲ੍ਹ ਸਮਾਣੇ ਤਹਿਸੀਲ 'ਚ ਗਏ ਸੀਗੇ, ਕਿਵੇਂ ਕੰਮ ਹੋ ਗਿਆ, ਵਧੀਆ ਹੋ ਗਿਆ? ਹੋ ਗਿਆ ਜੀ। ਕੋਈ ਪੈਸੇ ਤਾਂ ਨਹੀਂ ਮੰਗੇ ਕਿਸੇ ਨੇ? ਨਾ ਜੀ। ਕੋਈ ਵੱਧ ਘੱਟੂ ਕੋਈ ਖੱਜਲ ਖੁਆਰੀ ਤਾਂ ਨਹੀਂ? ਨਾ ਜੀ। ਦੱਸ ਦਿਓ ਆਹ ਨੰਬਰ ਹੈ ਅਤੇ ਚੈੱਕ ਕਰਨਾ, ਇਹਦੇ ਨਾਲ ਕੀ ਹੋਊਗਾ,
ਹੁਣ ਅਫਸਰਾਂ ਨੂੰ ਵੀ ਪਤਾ ਵੀ ਨੰਬਰ ਜਾਊ ਇਹਦਾ, ਜਾਊਗਾ ਵੀ ਉੱਥੇ ਮੁੱਖ ਮੰਤਰੀ ਦੇ ਦਫ਼ਤਰ 'ਚ, ਅਤੇ ਕਰੂਗਾ ਵੀ ਆਪ ਹੀ ਉਹ। ਅਤੇ ਜੇ ਇੱਕ ਅੱਧਾ ਵਿੱਚੋਂ ਫੜਿਆ ਗਿਆ ਨਾ ਵੀ ਹਾਂ ਵੱਧ ਪੈਸੇ ਲੈ ਲਏ, ਆਪਾਂ ਦੋ ਚਾਰ ਕਾਂ ਮਾਰ ਕੇ ਟੰਗ ਦੇਣੇ, ਸਾਰੇ ਠੀਕ ਹੋ ਜਾਣਗੇ ਦੇਖ ਲਿਓ। ਨਾ ਮੈਂ ਤਾਂ ਇਹ ਕੰਮ ਤੀ ਆਪ ਤਾਂ ਮੈਂ ਕਮਾਉਂਦਾ ਨਹੀਂ, ਇਹਨਾਂ ਤਾਂ ਛੱਡਦਾ ਨਹੀਂ ਮੈਂ, ਜਾਂ ਜਿਹੜੇ ਇਹਨਾਂ ਨੇ ਲੁੱਟੇ ਹੋਏ ਨੇ ਉਹ ਵੀ ਨਹੀਂ ਛੱਡਦਾ, ਉਹ ਤਾਂ ਵਿਆਜ ਸਮੇਤ ਵਾਪਸ ਲਊਂਗਾ। ਇਹ ਪਹਾੜਾਂ ਭੂੜਾਂ 'ਚੋਂ ਬਹੁਤ ਪਏ ਨੇ ਇਹਨਾਂ ਦੇ, ਪਹਾੜਾਂ 'ਚ ਬਹੁਤ ਜ਼ਮੀਨਾਂ ਜਮੁਨਾਂ ਜਿਹੀਆਂ ਲਈਆਂ ਹੋਈਆਂ ਇਹਨਾਂ ਨੇ, ਸਭ ਕੱਢ ਕੇ ਲਿਆਵਾਂਗੇ ਇੱਥੇ, ਆਹ ਆਮ ਲੋਕਾਂ ਦੇ ਗਰੀਬਾਂ ਦੇ ਘਰਾਂ 'ਚ ਉਹ ਪੈਸਾ ਆਊਗਾ, ਵਿਆਜ ਸਮੇਤ ਆਊਗਾ, ਭਾਵੇਂ ਜ਼ਮੀਨ ਦੇ ਰੂਪ 'ਚ ਆਵੇ, ਪੜ੍ਹਾਈ ਦੇ ਰੂਪ 'ਚ ਆਵੇ, ਹੈਲਥ ਦੇ ਰੂਪ 'ਚ ਆਵੇ। ਸੋ ਮੈਂ ਨਹੀਂ ਛੱਡਦਾ ਇਹਨਾਂ ਨੂੰ, ਸੋ ਮੈਂ ਇਸੇ ਕੰਮ 'ਤੇ, ਮੈਂ ਨਾ ਤਾਂ ਮੈਂ ਰੇਤੇ ਦੀਆਂ ਖੱਡਾਂ 'ਚ ਹਿੱਸਾ ਪਾਉਣਾ, ਨਾ ਮੈਂ ਬੱਸਾਂ 'ਚ ਹਿੱਸਾ ਪਾਉਣਾ, ਨਾ ਮੈਂ ਹਵੇਲੀਆਂ ਢਾਬਿਆਂ 'ਚ ਹਿੱਸਾ ਪਾਉਣਾ, ਨਾ ਮੈਂ ਰੇਤੇ ਦੀਆਂ ਖੱਡਾਂ 'ਚ ਹਿੱਸਾ ਪਾਉਣਾ। ਮੈਂ ਹਿੱਸਾ ਜ਼ਰੂਰ ਪਾਉਣਾ, ਪਰ ਪਾਉਣਾ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਪਾਉਣਾ। ਲੋਕੋਂ ਕੋ ਅਕਸਰ ਕਹਿਤੇ ਸੁਣਾ ਹੈ, ਲੋਕੋਂ ਕੋ, ਮੈਂ ਇੱਕ ਹੋਰ ਬੇਨਤੀ ਕਰਦਾ, ਕੋਈ ਲੋਕਲ ਇਲਾਕੇ ਦੀ ਕੋਈ ਮੰਗ, ਜਾਂ ਵੈਸੇ ਤਾਂ ਬਹੁਤ ਸਾਰਾ ਪੈਸਾ ਪਹਿਲੀ ਹੁਸ਼ਿਆਰਪੁਰ ਦੇ ਵਿੱਚ ਚੱਲ ਰਿਹਾ, ਸੀਵਰੇਜ ਦਾ ਕੰਮ ਚੱਲ ਰਿਹਾ, ਆ ਹਰਿਆਣਾ ਕਸਬਾ ਜਿਹੜਾ ਉੱਥੇ STP ਦਾ ਪਲਾਂਟ ਜਿਹੜਾ ਉਹ ਲੱਗ ਰਿਹਾ, ਕੋਈ ਕਿਸੇ ਕਿਸਮ ਦਾ ਕੰਮ ਹੋਵੇ ਇੱਥੇ ਦੱਸ ਦਿਓ, DC ਦਫ਼ਤਰ 'ਚ ਦੱਸ ਦਿਓ, ਤਹਿਸੀਲ 'ਚ ਦੱਸ ਦਿਓ, ਮੇਰੇ ਕੋਲ ਪਹੁੰਚ ਜੂਗਾ। ਕਿਉਂਕਿ ਹਰ ਰੋਜ਼ ਮੈਂ ਡਿਟੇਲ ਲੈਂਦਾ ਕਿ ਕੰਮ ਕਿਹੜੇ ਕਿਹੜੇ ਹੋ ਰਹੇ ਨੇ, ਕਿਹੜੇ ਨਹੀਂ ਹੋ ਰਹੇ, ਜੇ ਤਹਿਸੀਲ ਪੱਧਰ ਦਾ ਜ਼ਿਲ੍ਹੇ ਪੱਧਰ ਦਾ ਇੱਥੇ ਹੀ ਹੋ ਜੂਗਾ, ਜੇ ਇੱਕ CM ਵਿੰਡੋ ਬਣਾ ਰਹੇ ਹਾਂ, ਹਰ DC ਦੇ ਦਫ਼ਤਰ 'ਚ ਇੱਕ ਮੁੱਖ ਮੰਤਰੀ ਦਾ ਦਫ਼ਤਰ ਵੀ ਹੋਊਗਾ, ਉੱਥੇ ਅਫਸਰ ਬੈਠਣਗੇ, ਜਿਹੜੇ ਜਿਹੜੇ ਕੰਮ ਉਹਨਾਂ ਦੇ ਆਉਣਗੇ ਉਹ ਸ਼ਾਮ ਤੱਕ ਮੇਰੇ ਕੋਲ ਹੋਣਗੇ। ਅਗਲੇ ਦਿਨ ਮੁੱਖ ਮੰਤਰੀ ਦਫ਼ਤਰ 'ਚੋਂ ਉਸ ਬੰਦੇ ਨੂੰ ਫੋਨ ਜਾਊਗਾ ਕਿ ਕੱਲ੍ਹ ਤੂੰ ਆਹ ਫਲਾਨਾ ਅਰਜ਼ੀ ਦੇ ਕੇ ਆਇਆ ਸੀ, ਇਹ ਤੇਰਾ ਡਿਪਾਰਟਮੈਂਟ ਨੂੰ ਭੇਜਤਾ, 2 ਦਿਨਾਂ ਦੇ ਵਿੱਚ ਕੰਮ ਹੋ ਜੂਗਾ, ਜੇ ਕੋਈ ਕਾਗਜ਼ ਪੱਤਰ ਦੀ ਵਾਧ ਘਾਟ ਹੈ ਤੈਨੂੰ ਦੁਬਾਰੇ ਫੋਨ ਕਰਕੇ ਮੰਗਾ ਲਾਂਗੇ। ਇਸ ਕਰਕੇ ਤੂੰ ਬਿਲਕੁਲ ਨਿਸ਼ਚਿੰਤ ਰਹਿ, ਤੇਰਾ ਕੰਮ ਹੋ ਜੂਗਾ, ਤੂੰ ਤੈਨੂੰ ਚੰਡੀਗੜ੍ਹ ਆਉਣ ਦੀ ਲੋੜ ਨਹੀਂ। ਕਿਉਂਕਿ ਜਦੋਂ ਅਸੀਂ ਵੋਟਾਂ ਮੰਗਣ ਜਾਂਦੇ ਹਾਂ ਉਹ ਤਾਂ ਅਸੀਂ ਢਾਣੀਆਂ 'ਚ ਵੀ ਜਾਂਦੇ ਹਾਂ, ਡੇਰਿਆਂ 'ਚ ਵੀ ਜਾਂਦੇ ਹਾਂ, ਜਿਹੜੇ ਲੋਕ ਕਈਆਂ ਨੇ ਖੇਤਾਂ 'ਚ ਪਾਏ ਹੁੰਦੇ ਨਾ, ਸਾਡੇ ਪਿੰਡਾਂ ਵੱਲ ਕੋਠੇ ਕਹਿ ਦਿੰਦੇ ਨੇ, ਉਹ ਤਾਂ ਅਸੀਂ ਘਰ ਘਰ ਜਾਂਦੇ ਹਾਂ ਡੋਰ ਟੂ ਡੋਰ ਵੀ ਵੋਟਾਂ ਦਾ ਖਿਆਲ ਰੱਖਿਓ ਜੀ, ਅਤੇ ਜਦੋਂ ਸਰਕਾਰ ਬਣ ਜਾਂਦੀ ਉਦੋਂ ਕਹਿੰਦੇ ਚੰਡੀਗੜ੍ਹ ਆ ਜਾਓ। ਕਿਉਂ ਬਈ, ਸਰਕਾਰ ਇੱਥੇ ਨਹੀਂ ਆ ਸਕਦੀ ਦੁਬਾਰੇ, ਦੁਬਾਰਾ ਸਰਕਾਰ ਤੁਹਾਡੇ ਘਰਾਂ ਦੇ ਮੂਹਰੇ ਆਊਗੀ, ਦੁਬਾਰਾ ਸਰਕਾਰ ਤੁਹਾਡੇ ਮੁਹੱਲੇ 'ਚ ਆਊਗੀ, ਤੁਹਾਡੇ ਮੁਹੱਲਿਆਂ ਕਸਬਿਆਂ ਸ਼ਹਿਰਾਂ 'ਚੋਂ ਪਿੰਡਾਂ 'ਚੋਂ ਚੱਲੂਗੀ ਸਰਕਾਰ। ਸੋ ਲੋਕਾਂ ਕੋ ਅਕਸਰ ਕਹਿਤੇ ਸੁਣਾ ਹੈ, ਜ਼ਿੰਦਾ ਰਹੇ ਤੋ ਫਿਰ ਮਿਲੇਂਗੇ, ਲੋਕਾਂ ਕੋ ਅਕਸਰ ਕਹਿਤੇ ਸੁਣਾ ਹੈ, ਜ਼ਿੰਦਾ ਰਹੇ ਤੋ ਫਿਰ ਮਿਲੇਂਗੇ, ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤੋ ਜ਼ਿੰਦਾ ਰਹੇਂਗੇ, ਮਿਲਦੇ ਗਿਲਦੇ ਰਹਾਂਗੇ, ਜਦੋਂ ਮਰਜ਼ੀ ਆ ਜਾਇਓ। ਬਹੁਤ ਧੰਨਵਾਦ, ਤੁਸੀਂ ਇੰਨੇ ਪਿਆਰ ਸਤਿਕਾਰ, ਮੇਰਾ ਦਿਲ ਨਹੀਂ ਕਰਦਾ ਕਿ ਮੈਂ ਬੰਦ ਕਰਾਂ, ਪਰ ਤੁਸੀਂ ਬਹੁਤ ਦੇਰ ਤੋਂ ਬੈਠੇ ਹੋ ਅਤੇ ਬਹੁਤ 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 ਤੁਹਾਡਾ ਬਹੁਤ ਦਿਲ ਦੀਆਂ ਗਹਿਰਾਈਆਂ 'ਚੋਂ ਇਸ ਗੱਲ ਲਈ ਧੰਨਵਾਦ ਕਿ ਇੰਨੇ ਪਿਆਰ ਸਤਿਕਾਰ ਨਾਲ ਸੁਣਿਆ, ਔਰ ਕੋਈ ਵੀ ਕਿਸੇ ਕਿਸਮ ਦਾ ਕੰਮ ਹੋਵੇ ਲਿਖਤੀ ਰੂਪ 'ਚ ਫੋਨ ਨੰਬਰ ਸਮੇਤ ਸਾਨੂੰ ਫੜਾ ਦਿਓ ਇੱਥੇ, ਕੋਈ ਵੀ ਹਾਂ ਫੜਾ ਜਾਓ, ਬਾਅਦ 'ਚ ਅਫਸਰ ਕੋਈ ਨਹੀਂ ਬੈਠੋ, ਬਾਅਦ 'ਚ ਇੱਥੇ ਹੀ ਰਹਿਣਗੇ, DC ਸਾਹਿਬ, SSP ਸਾਹਿਬ, DIG ਸਾਹਿਬ ਬੈਠੇ ਆ ਸਾਰੇ, ਪੁਲਿਸ ਨਾਲ ਸੰਬੰਧਿਤ ਹੈ, ਪ੍ਰਸ਼ਾਸਨ ਨਾਲ ਸੰਬੰਧਿਤ ਹੈ, ਮੈਂ ਚਲਾ ਜਾਊਂਗਾ, ਪਰ ਅਫਸਰਾਂ ਨੂੰ ਮੈਂ ਬੇਨਤੀ ਕਰਦਾ, ਆਪਣਾ ਜਿੰਪਾ ਸਾਹਿਬ ਤੁਸੀਂ ਵੀ, MP ਸਾਹਿਬ, ਇਹ ਕੋਈ ਵੀ ਕਿਸੇ ਕਿਸਮ ਦਾ ਮੰਗ ਪੱਤਰ ਜਾਂ ਕੋਈ ਸਾਰਾ, ਜਿੰਨੇ ਚਿਰ ਆਖਰੀ ਬੰਦਾ ਅਟੈਂਡ ਨਹੀਂ ਹੁੰਦਾ ਉਹਨਾਂ ਚਿਰ ਤੁਸੀਂ ਇੱਥੋਂ ਜਾਣਾ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਮਿਹਰਬਾਨੀ, ਦੋਨੋਂ ਹੱਥ ਉੱਪਰ ਚੱਕ ਕੇ ਦੋ ਨਾਅਰੇ ਲਾ ਦਿਓ, ਇਨਕਲਾਬ ਬੋਲੇ ਸੋ ਨਿਹਾਲ। ਸ਼੍ਰੋਮਣੀ ਕਵੀ ਭਗਤ ਕਬੀਰ ਜੀ ਦੇ 626ਵੇਂ ਜਨਮ ਦਿਨ ਦੀਆਂ ਫਿਰ ਮੁਬਾਰਕਾਂ ਵੀ, ਅਤੇ ਨਾਲ ਨਾਲ
ਉਹਨਾਂ ਦੀਆਂ ਲਿਖਤਾਂ ਅਤੇ ਉਹਨਾਂ ਦੀਆਂ ਰਚਨਾਵਾਂ 'ਤੇ ਅਸਰ ਅਮਲ ਕਰਦੇ ਹੋਏ ਆਪਾਂ ਵੀ ਜੀਵਨ ਨੂੰ ਸੁਧਾਰ ਲਈਏ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਬਹੁਤ ਮਹਾਰਾਜ, ਥੈਂਕ ਯੂ।